ਧੰਨ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ ਪਵਨਿਦ ਤਰਨ ਤਾਰਨ ਚਿੰਤਾ ਮਨ ਇੱਕ ਨਿਮਕ ਨ ਇਹ ਮਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜਿਉ ਪਿੰਡ ਥਾ ਦੀਆ ਤਿਸ ਕੀ ਪਾਉ ਭਗਤ ਨਹੀਂ ਸਾਦੀ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜਿਉ ਪਿੰਡ ਥਾ ਦੀਆ ਤਿਸ ਕੀ ਪਾਉ ਭਗਤ ਨਹੀਂ ਸਾਦੀ ਰਹਾ ਪਰ ਧਨ ਪਰ ਤਨ ਪਰਤੀ ਨਿੰਦਾ ਪਰ ਅਪਵਾਦ ਨਾ ਛੂਟੈ ਆਵਾਗਮਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਟੁੱਟੈ ਜੇ ਕਰ ਕਥਾ ਹੋਤ ਹਰ ਸੰਤਨ ਇੱਕ ਨਿਮਖ ਨਾ ਕੀਨੋ ਮੈਂ ਫੇਰਾ ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸੰਪੈ ਮੋ ਮਾਹੀ ਦਇਆ ਧਰਮ ਅਰ ਗੁਰ ਕੀ ਸੇਵਾ ਇਹ ਸੁਪਨੰਤਰ ਨਾਹੀ ਦੀਨ ਦਇਆਲ ਕਿਰਪਾਲ ਦਮੋਦਰ ਭਗਤ ਬਛਲ ਪੈ ਹਰੀ ਕਹਿਤ ਕਬੀਰ ਪੀਰ ਜਨ ਰਾਖੋ ਹਰ ਸੇਵਾ ਕਰੋ ਤੁਮਾਰੀ ਦੀਨ ਦਇਆਲ ਕਿਰਪਾਲ ਦਮੋਦਰ ਭਗਤ ਬਛਲ ਪੈ ਹਰੀ ਕਹਿਤ ਕਬੀਰ ਪੀਰ ਜਨ ਰਾਖੋ ਹਰ ਸੇਵਾ ਕਰੋ ਤੁਮਾਰੀ ਪਰਮ ਸਨਮਾਨ ਯੋਗ ਤਨ ਤਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਬੈਠ ਕੇ ਸ਼ਾਮਾਂ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਪਰਦਿਆਂ ਹੋਇਆਂ ਸਤਿਗੁਰ ਜੀ ਦੀ ਗੋਦ ਵਿੱਚ ਜੁੜ ਕੇ ਬੈਠੇ ਹਾਂ। ਸੋਦਰ ਰਹਿ ਰਸ ਦੀ ਪਾਵਨ ਬਾਣੀ ਦੇ ਪਾਠ ਤੋਂ ਉਪਰੰਤ ਸਤਿਕਾਰਯੋਗ ਭਾਈ ਸਾਹਿਬ ਹੁਣਾਂ ਪਾਸੋਂ ਪਾਵਨ ਬਾਣੀ ਦਾ ਕੀਰਤਨ ਸਾਰਿਆਂ ਨੇ ਸੰਗਤ ਵਿੱਚ ਬੜੇ ਪਿਆਰ ਨਾਲ ਟਿਕਾਵਟ ਵਿੱਚ ਬੈਠ ਕੇ ਸਰਵਣ ਕੀਤਾ ਹੈ। ਆਓ ਭਗਤ ਕਬੀਰ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਜੋ ਰਾਗ ਰਾਮਕਲੀ ਅੰਦਰ
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 971 ਉੱਪਰ ਸੁਭਾਈਮਾਨ ਹੈ। ਭਗਤ ਜੀ ਦੇ ਅਮੋਲਕ ਵਚਨ ਵਿਚਾਰਨ ਤੋਂ ਪਹਿਲਾਂ ਸਾਰੀ ਸੰਗਤ ਅਦਬ ਸਤਿਕਾਰ ਦੇ ਨਾਲ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੀ ਸੰਗਤ ਇੱਕੇ ਵਾਰ ਕਹਿਣ 'ਤੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਜਿਹੜੇ ਤੁਹਾਡੇ ਵਿੱਚੋਂ ਵੀਰ ਭੈਣਾਂ ਬਜ਼ੁਰਗ ਆਪ ਸਤਿਗੁਰ ਦੀ ਬਾਣੀ ਦਾ ਪਾਠ ਕਰਦੇ ਨੇ, ਸਮਝ ਕੇ ਪੜ੍ਹਦੇ ਨੇ, ਉਹਨਾਂ ਨੂੰ ਤਾਂ ਇਸ ਗੱਲ ਦਾ ਪਤਾ ਹੋਏਗਾ ਕਿ ਜੋ ਸ਼ਬਦ ਦਾ ਰਹਾਉ ਵਾਲਾ ਬੰਧ ਹੁੰਦਾ ਹੈ, ਉਹ ਸ਼ਬਦ ਦਾ ਕੇਂਦਰੀ ਭਾਵ, ਜੋ ਸ਼ਬਦ ਦਾ ਸਿਧਾਂਤ ਹੈ, ਉਹ ਸ਼ਬਦ ਦੇ ਰਹਾਉ ਵਾਲੇ ਬੰਧ ਵਿੱਚ ਹੁੰਦਾ ਹੈ। ਬਾਕੀ ਬੰਧ ਉਸੇ ਰਹਾਉ ਵਾਲੇ ਬੰਧ ਦੀਆਂ ਪ੍ਰਕਰਮਾ ਕਰਦੇ ਨੇ, ਭਾਵ ਉਸ ਬੰਧ ਦੀ ਵਿਆਖਿਆ ਵਾਸਤੇ ਸਾਡੇ ਸਹਾਈ ਹੁੰਦੇ ਹਨ। ਜਿਹੜੇ ਤੁਹਾਡੇ ਵਿੱਚੋਂ ਬਾਣੀ ਸਮਝ ਕੇ ਪੜ੍ਹਦੇ ਹਨ, ਥੋੜ੍ਹਾ ਜਿਹਾ ਧਿਆਨ ਦੇ ਕੇ ਸੁਣਨਾ ਸਾਧ ਸੰਗਤ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਾਂ, ਸਭ ਤੋਂ ਪਹਿਲੀ ਗੱਲ ਹੈ ਸ਼ਬਦ ਦਾ ਰਹਾਉ ਵਾਲਾ ਬੰਧ ਸ਼ਬਦ ਦਾ ਕੇਂਦਰੀ ਭਾਵ ਹੈ। ਜੇ ਫਿਰ ਵੀ ਸ਼ਬਦ ਦੀ ਸਮਝ ਨਾ ਲੱਗੇ ਤਾਂ ਸਤਿਗੁਰ ਨੇ ਸ਼ਬਦ ਇਸ ਤਰਤੀਬ ਨਾਲ ਉਚਾਰਨ ਕੀਤੇ ਨੇ ਅਤੇ ਉਹਨਾਂ ਨੂੰ ਅੰਕਿਤ ਵੀ ਇਸ ਤਰਤੀਬ ਨਾਲ ਕੀਤਾ ਹੈ ਕਿ ਇੱਕ ਵਿਸ਼ੇ ਨਾਲ ਕਈ ਵਾਰੀ ਦੋ ਦੋ ਤਿੰਨ ਤਿੰਨ ਅੰਕ ਇਕੱਠੇ ਸ਼ਬਦ ਇਕੱਠੇ ਆਉਂਦੇ ਹਨ। ਜਿਵੇਂ ਨਾਮ ਦੀ ਗੱਲ ਆਉਂਦੀ ਹੈ ਤਾਂ ਕਈ ਦਸ ਦਸ ਅੰਕ ਇੱਕੋ ਹੀ ਵਿਸ਼ੇ ਨਾਲ ਸੰਬੰਧਿਤ ਹਨ। ਜਦੋਂ ਸ਼ਬਦ ਦੀ ਸਮਝ ਨਾ ਆਵੇ, ਦੋ ਚਾਰ ਸ਼ਬਦ ਉਸ ਤੋਂ ਅਗਲੇ ਪੜ੍ਹ ਲਓ, ਦੋ ਚਾਰ ਸ਼ਬਦ ਪਿਛਲੇ ਪੜ੍ਹ ਲਓ, ਸਮਝ ਆ ਜਾਏਗੀ ਗੁਰੂ ਪਾਤਸ਼ਾਹ ਇਸ ਸ਼ਬਦ ਵਿੱਚ ਸਮਝਾਉਣਾ ਕੀ ਚਾਹੁੰਦੇ ਹਨ। ਹੁਣ ਇਹ ਸਾਰੇ ਕੰਮ ਜਿਹੜੇ ਹਨ, ਸ਼ਬਦ ਨੂੰ ਸਮਝਣਾ, ਸ਼ਬਦ ਦੀ ਵਿਚਾਰ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ, ਇਹ ਸਮੇਂ ਦੀ ਮੰਗ ਕਰਦਾ ਹੈ ਕਿ ਥੋੜ੍ਹਾ ਜਿਹਾ ਸਮਾਂ ਇਹਦੇ ਵਾਸਤੇ ਇਕਾਗਰਤਾ ਵਾਲਾ ਚਾਹੀਦਾ ਹੈ ਕਿ ਮਨੁੱਖ ਆਪਣੇ ਜੀਵਨ ਦੇ ਵਿੱਚ ਨੇਮ ਪਾਲ ਲਿਆ ਕਿ ਇੰਨਾ ਸਮਾਂ ਮੈਂ ਸਤਿਗੁਰ ਦੀ ਬਾਣੀ ਦੀ ਵਿਚਾਰ 'ਤੇ ਲਾਉਣਾ ਹੈ। ਜਦੋਂ ਜਦੋਂ ਅਸੀਂ ਸਤਿਗੁਰ ਦੀ ਬਾਣੀ, ਜਿੱਦਾਂ ਭਾਈ ਸਾਹਿਬ ਕੀਰਤਨ ਕਰ ਰਹੇ ਸਨ, ਜਦੋਂ ਸਾਨੂੰ ਸ਼ਬਦ ਦੀ ਸਮਝ ਹੋਏਗੀ, ਫਿਰ ਸਾਨੂੰ ਕੀਰਤਨ ਸੁਣਨ ਦਾ ਆਨੰਦ ਵੀ ਵੱਖਰਾ ਹੀ ਆਏਗਾ। ਫਿਰ ਅਸੀਂ ਸ਼ਬਦ ਦੀ ਵਿਚਾਰ ਨਾਲ ਜੁੜਾਂਗੇ, ਸਾਨੂੰ ਪਤਾ ਹੋਏਗਾ ਕਿ ਜੋ ਸ਼ਬਦ ਗਾਇਆ ਜਾ ਰਿਹਾ ਉਸਦਾ ਅਰਥ ਕੀ ਹੈ, ਸੱਚੇ ਪਾਤਸ਼ਾਹ ਸ਼ਬਦ ਵਿੱਚ ਸਮਝਾਉਂਦੇ ਕੀ ਹਨ। ਹੁਣ ਭਗਤ ਕਬੀਰ ਜੀ ਨੇ ਸ਼ਬਦ ਵਿੱਚ ਬੜੀ ਕੀਮਤੀ ਗੱਲ ਕਹੀ ਹੈ। ਇੱਕ ਤਾਂ ਸਭ ਤੋਂ ਵੱਡਾ ਭੁਲੇਖਾ ਸਾਡਾ ਇਹ ਦੂਰ ਕੀਤਾ ਹੈ, ਸਾਡੇ ਸੰਸਾਰ ਨੂੰ ਇੱਕ ਬਹੁਤ ਵੱਡੀ ਚਿੰਤਾ ਇਸ ਗੱਲ ਦੀ ਖਾਈ ਜਾ ਰਹੀ ਹੈ ਕਿ ਜਦੋਂ ਬੰਦਾ ਮਰ ਜਾਏ ਪਤਾ ਨਹੀਂ ਕਿੱਥੇ ਜਾਂਦਾ ਹੈ, ਪਤਾ ਨਹੀਂ ਉਹਦੇ ਨਾਲ ਕੀ ਹੁੰਦਾ ਹੈ, ਪਤਾ ਨਹੀਂ ਉਹਨੂੰ ਕਿਹੜੀ ਜੂਨ ਵਿੱਚ ਰੱਬ ਪਾਉਂਦਾ ਹੈ। ਬਾਬੇ ਕਬੀਰ ਨੇ ਬੜਾ ਵੱਡਾ ਭੁਲੇਖਾ ਦੂਰ ਕੀਤਾ, ਕਹਿੰਦੇ ਸਰੀਰ ਦੇ ਮਰਨ ਤੋਂ ਬਾਅਦ ਚਿੰਤਾ ਛੱਡ ਦੇ, ਆ ਤੈਨੂੰ ਦਰਸ਼ਨ ਕਰਾਵਾਂ, ਇੱਥੇ ਇਸ ਸਰੀਰ ਦੇ ਵਿੱਚ ਰਹਿੰਦੇ ਹੋਇਆਂ ਪਤਾ ਨਹੀਂ ਤੂੰ ਇੱਕ ਦਿਨ ਵਿੱਚ ਕਿੰਨੀ ਵਾਰ ਜਨਮ ਲੈਂਦਾ ਹੈ ਅਤੇ ਕਿੰਨੀ ਵਾਰ ਮਰਦਾ ਹੈ। ਇਸ ਸਰੀਰ ਵਿੱਚ ਰਹਿੰਦੇ ਹੋਇਆਂ ਨਾ ਪਤਾ ਨਹੀਂ ਬੰਦੇ ਦੀ ਕਿੰਨੀ ਵਾਰ ਮੌਤ ਹੁੰਦੀ ਹੈ ਅਤੇ ਕਿੰਨੀ ਵਾਰ ਬੰਦਾ ਜਨਮ ਲੈਂਦਾ ਹੈ। ਕਹਿੰਦੇ ਪਹਿਲਾਂ ਇਸ ਸਮੱਸਿਆ ਵਿੱਚੋਂ ਤਾਂ ਬਾਹਰ ਨਿਕਲ ਜਾ, ਇਸ ਸਮੱਸਿਆ ਨੇ ਤਾਂ ਤੈਨੂੰ ਜਗੜਿਆ ਹੋਇਆ, ਚਿੰਤਾ ਤੂੰ ਅਗਲੇ ਦੀ ਕਰੀ ਜਾ ਰਿਹਾ। ਭਗਤ ਕਬੀਰ ਜੀ ਨੇ ਇਸ ਸ਼ਬਦ ਵਿੱਚ ਅਪਰਾਧ ਦੀ ਗੱਲ ਕੀਤੀ। ਹੋ ਸਕਦਾ ਵੈਸੇ ਤਾਂ ਜਦੋਂ ਅਸੀਂ ਇਸ ਸ਼ਬਦ ਨੂੰ ਸਮਝਦੇ ਹਾਂ ਤਾਂ ਕੋਈ ਟਾਵਾਂ ਮਨੁੱਖ ਇਸ ਅਪਰਾਧ ਤੋਂ ਬਚਿਆ ਹੈ, ਨਹੀਂ ਤਾਂ ਦੁਨੀਆਂ ਦੀ ਬਹੁ ਗਿਣਤੀ ਨੇ ਇਹ ਅਪਰਾਧ ਕੀਤਾ ਹੋਇਆ ਜਿਸ ਅਪਰਾਧ ਦਾ ਜ਼ਿਕਰ ਭਗਤ ਕਬੀਰ ਜੀ ਨੇ ਸ਼ਬਦ ਵਿੱਚ ਕੀਤਾ ਹੈ। ਸ਼ਬਦ ਦਾ ਰਹਾਉ ਵਾਲਾ ਬੰਦ ਹੈ ਗੋਬਿੰਦ, ਗੋ ਦਾ ਅਰਥ ਹੈ ਧਰਤੀ, ਬਿੰਦ ਦਾ ਅਰਥ ਹੈ ਧਰਤੀ ਦਾ ਮਾਲਕ। ਹੇ ਅਕਾਲ ਪੁਰਖ ਪਰਮਾਤਮਾ ਧਰਤੀ ਦੇ ਮਾਲਕ ਜੀ, ਗੋਬਿੰਦ ਹਮ ਐਸੇ ਅਪਰਾਧੀ, ਹੇ ਗੋਬਿੰਦ ਅਸੀਂ ਇਹੋ ਜਿਹੇ ਅਪਰਾਧੀ ਹਾਂ। ਕਿਹੋ ਜਿਹੇ ਅਪਰਾਧੀ ਭਲਾ? ਜਿਨ ਪ੍ਰਭ, ਜਿਸ ਪ੍ਰਭੂ ਨੇ ਜੀਉ ਇਹ ਜਿਨ ਦਿੱਤੀ, ਪਿੰਡ ਸਰੀਰ ਦਿੱਤਾ, ਤਿਸ ਕੀ ਭਾਉ ਭਗਤ ਨਹੀਂ ਸਾਧੀ।
ਦੁਨੀਆ ਅੰਦਰ ਅਸੀਂ ਕਿਸੇ ਦੀ ਜਦੋਂ ਮਦਦ ਕਰਦੇ ਹਾਂ ਨਾ, ਉਹਦੇ ਪਿੱਛੇ ਵੀ ਇੱਕ ਆਸ ਰੱਖਦੇ ਹਾਂ ਵੀ ਇਹ ਮੇਰਾ ਧੰਨਵਾਦ ਕਰੇ। ਤੁਸੀਂ ਕਦੀ ਵੇਖਣਾ ਆਪਾਂ ਕਿਸੇ ਰਿਸ਼ਤੇਦਾਰ ਦੀ ਵੀ ਹੈਲਪ ਕਰੀਏ ਅਤੇ ਉਹ ਸਾਨੂੰ ਥੈਂਕਸ ਨਾ ਕਵੇ, ਸਾਡਾ ਧੰਨਵਾਦ ਨਾ ਕਰੇ, ਅਤੇ ਦੁਬਾਰਾ ਅਗਲੀ ਵਾਰ ਉਹ ਆਸ ਲਾਵੇ ਸਾਡੇ ਤੋਂ, ਅਸੀਂ ਕਹਿੰਦੇ ਨਾ ਭਾਈ ਪਹਿਲੀ ਵਾਰੀ ਤਾਂ ਤੂੰ ਮੁੜ ਕੇ ਸਾਨੂੰ ਬੁਲਾਇਆ ਵੀ ਨਾ ਬਾਅਦ ਵਿੱਚ, ਹੁਣ ਅਸੀਂ ਤੇਰੀ ਮਦਦ ਕਿਉਂ ਕਰੀਏ। ਸੰਸਾਰ ਦੇ ਅੰਦਰ ਕੋਈ ਕਿਸੇ ਦੀ ਮਦਦ ਕਰੇ ਅਤੇ ਧੰਨਵਾਦ ਨਾ ਕਰੇ ਤਾਂ ਕਿੰਨਾ ਗੁੱਸਾ ਚੜ੍ਹਦਾ ਸਾਨੂੰ। ਕਹਿੰਦੇ ਪਰਮੇਸ਼ੁਰ ਨੇ ਤੈਨੂੰ ਸਰੀਰ ਦਿੱਤਾ, ਜਿੰਨ ਦਿੱਤਾ, ਧੰਨਵਾਦ ਕੀਤਾ ਆਪਣੇ ਜੀਵਨ ਵਿੱਚ, ਤੇਰੇ ਘਰ ਪੋਤਰੇ ਨੇ ਜਨਮ ਲਿਆ, ਤੂੰ ਸ਼ਰਾਬਾਂ ਪੀਣੀਆਂ ਅਤੇ ਰੋੜਨੀਆਂ ਸ਼ੁਰੂ ਕਰਤੀਆਂ, ਗੁਰੂ ਦਾ ਤਾਂ ਸ਼ੁਕਰਾਨਾ ਕੀਤਾ ਇਹਨਾਂ ਵੀ ਰੱਬਾ, ਜਿਸ ਵਾਹਿਗੁਰੂ ਤਰਫ ਨੇ ਦਾਤ ਬਖਸ਼ਿਸ਼ ਕੀਤੀ, ਮੈਂ ਇਸ ਬੱਚੇ ਨੂੰ ਉਸ ਨਾਲ ਜੋੜਾਂ। ਕਦੀ ਸੋਚਿਆ ਸਾਡੇ ਅੱਜ ਪੁੱਤਰ ਧੀਆਂ ਦੇ ਆਨੰਦ ਕਾਰਜ, ਸਾਡੇ ਬੱਚਿਆਂ ਦੇ ਜਦੋਂ ਘਰਾਂ ਵਿੱਚ ਅਸੀਂ ਆਪਣੇ ਬੱਚਿਆਂ ਦੇ ਆਗਮਨ ਦਿਵਸ ਮਨਾਉਂਦੇ, ਸਾਡੇ ਬੱਚੇ ਨੇ ਜਨਮ ਲਿਆ, ਆਓ ਭਾਈ 13ਵਾਂ ਹੋਇਆ, 21 ਹੈ, ਆਓ ਸਾਡੇ ਬੱਚੇ ਦੇ ਜਨਮ ਦਿਨ ਵਿੱਚ ਸ਼ਾਮਿਲ ਹੋ, ਅਤੇ ਅਸੀਂ ਸਾਰੀ ਗੱਲ ਗੁਰਮਤ ਤੋਂ ਉਲਟ ਕਰਦੇ ਹਾਂ, ਧੰਨਵਾਦ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਅਸੀਂ ਸ਼ੁਕਰਾਨਾ ਕਰੀਏ ਪਰਮਾਤਮਾ ਦਾ। ਆਓ ਭਗਤ ਕਬੀਰ ਜੀ ਨੇ ਜਿਸ ਅਪਰਾਧ ਦਾ ਜ਼ਿਕਰ ਕੀਤਾ, ਆਪਾਂ ਵੇਖੀਏ ਵੀ ਜਾਣੇ ਅਣਜਾਣੇ ਸਾਡੇ ਕੋਲੋਂ ਇਹ ਅਪਰਾਧ ਕਿਤੇ ਹੋਇਆ ਤਾਂ ਨਹੀਂ, ਜੀ ਹੋਇਆ ਤਾਂ ਇਸ ਅਪਰਾਧ ਵਿੱਚੋਂ ਨਿਕਲਣਾ ਕਿਵੇਂ ਹੈ। ਵੈਸੇ ਦੁਨੀਆਂ ਅੰਦਰ ਜਦੋਂ ਲੋਕ ਅਪਰਾਧ ਕਰਦੇ ਨੇ ਨਾ, ਤਾਂ ਉਸ ਅਪਰਾਧ ਤੋਂ ਬਚਣ ਵਾਸਤੇ ਪਤਾ ਕੀ ਕਰਦੇ ਨੇ, ਆਪਣੇ ਹੱਕ ਵਿੱਚ ਵਕੀਲ ਕਰਦੇ ਨੇ ਵੀ ਜਾ ਕੇ ਬਹਿਸ ਕਰ ਅਦਾਲਤ ਵਿੱਚ ਵੀ ਇਹ ਅਪਰਾਧ ਮੈਂ ਨਹੀਂ ਕੀਤਾ। ਪਰ ਕਿੱਡੀ ਕਮਾਲ ਦੀ ਗੱਲ ਹੈ, ਇੱਥੇ ਐਡਵੋਕੇਟ ਕਰਨ ਦੀ ਲੋੜ ਨਹੀਂ, ਵਕੀਲ ਕਰਨ ਦੀ ਲੋੜ ਨਹੀਂ, ਇੱਥੇ ਖੁਦ ਸਵੀਕਾਰ ਕਰਦਾ ਮਨੁੱਖ ਵੀ ਇਹ ਅਪਰਾਧ ਮੇਰੇ ਕੋਲੋਂ ਜਾਣੇ ਅਣਜਾਣੇ ਨਹੀਂ, ਮੈਂ ਆਪ ਜਾਣ ਬੁੱਝ ਕੇ ਅਪਰਾਧ ਕੀਤਾ ਹੈ, ਮੈਂ ਆਪਣੇ ਜੀਵਨ 'ਚੋਂ ਬਹੁਤ ਵੱਡੀ ਗਲਤੀ ਕੀਤੀ। ਆਓ, ਵੈਸੇ ਗੁਰਦੁਆਰਾ ਹੁੰਦਾ ਹੀ ਇੰਨਾ ਕਮਾਲ ਹੀ ਹੈ, ਇੱਥੇ ਬੈਠ ਕੇ ਮਨੁੱਖ ਨੇ ਆਪਣੀਆਂ ਗਲਤੀਆਂ ਸਿੱਖਣੀਆਂ ਹਨ, ਪਰ ਸਾਰੀ ਜ਼ਿੰਦਗੀ ਮਨੁੱਖ ਜਦੋਂ ਵੀ ਸ਼ਬਦ ਦੀ ਵਿਚਾਰ ਹੁੰਦੇ ਮਨੁੱਖ ਦੂਜੇ ਵੱਲ ਉਂਗਲ ਕਰਦਾ, ਤੇਰੇ 'ਤੇ ਗੱਲ ਲੱਗ ਰਹੀ ਹੈ, ਤੈਨੂੰ ਮਹਾਰਾਜ ਕਹਿ ਰਹੇ ਨੇ ਵੀ ਮੈਂ ਠੀਕ ਹਾਂ। ਨਹੀਂ, ਹਰ ਇੱਕ ਨੇ ਜਿਵੇਂ ਸੀਸਾ ਹੁੰਦਾ ਨਾ ਦਰਪਣ, ਘਰ ਵਿੱਚ ਕਿੰਨੇ ਸੀਸੇ ਲੱਗੇ ਹੁੰਦੇ ਨੇ ਪਤਾ, ਹਰ ਬੰਦਾ ਸਵੇਰੇ ਉੱਠ ਕੇ ਜਦੋਂ ਵੀ ਘਰੋਂ ਬਾਹਰ ਨਿਕਲਣ ਲੱਗਦਾ ਸੀਸੇ ਵਿੱਚ ਆਪਣੇ ਆਪ ਨੂੰ ਵੇਖ ਕੇ ਬਾਹਰ ਨਿਕਲਦਾ ਵੀ ਮੈਂ ਸੀਸੇ 'ਚ ਵੇਖਾਂ ਮੈਂ ਠੀਕ ਠਾਕ ਲੱਗਦਾ ਬਾਹਰ ਪਤਾ। ਇਸ ਵਾਸਤੇ ਜਿਵੇਂ ਸਰੀਰ ਸੀਸੇ ਅੱਗੇ ਖਲੋ ਕੇ ਆਪਣੇ ਆਪ ਨੂੰ ਸਵਾਰਦਾ, ਸਰੀਰ ਨੂੰ ਸਵਾਰਦਾ ਵੀ ਦਸਤਾਰ ਸੋਹਣੀ ਹੈ, ਮੇਰੇ ਕੱਪੜੇ ਠੀਕ ਲੱਗਦੇ ਨੇ, ਪ੍ਰੋਫੈਸਰ ਸਾਹਿਬ ਸਿੰਘ ਨੇ ਬਾਣੀ ਦੇ ਅਰਥ ਕਰਨ ਲੱਗੇ ਇਹਦਾ ਨਾਂ ਰੱਖਿਆ ਦਰਪਣ। ਕਹਿੰਦੇ ਇਹਦੇ ਸਾਹਮਣੇ ਖਲੋ ਕੇ ਆਪਣੇ ਮਨ ਨੂੰ ਖੂਬਸੂਰਤ ਬਣਾ, ਮਨ ਵਿੱਚ ਤੇਰੇ ਕਿੰਨੀਆਂ ਕਮੀਆਂ ਨੇ, ਸਰੀਰ ਤੇਰਾ ਜਿੰਨਾ ਬਾਹਰੋਂ ਸੋਹਣਾ ਹੈ ਉਹਨਾਂ ਮਨ ਤੇਰਾ ਕਰੂਪ ਹੈ, ਉਹਨਾਂ ਮਨ ਅੰਦਰੋਂ ਰੁੱਖਾ ਹੈ, ਇਸ ਮਨ ਨੂੰ ਸੁੰਦਰ ਬਣਾਉਣਾ ਹੈ ਤਾਂ ਜੀਵਨ ਖੂਬਸੂਰਤ ਬਣੇ। ਆਓ ਇੱਕ ਵਾਰ ਸਾਰੇ ਜਾਣੇ ਰਲ ਕੇ ਇਹ ਸ਼ਬਦ ਦੀਆਂ ਰਹਾਉ ਵਾਲੀਆਂ ਤੁਕਾਂ ਨੂੰ ਪੜ੍ਹੀਏ, ਫਿਰ ਆਪਾਂ ਸਾਧ ਸੰਗਤ ਦੇ ਸ਼ਬਦ ਦੀ ਵਿਚਾਰ ਸਾਂਝੀ ਕਰਦੇ ਹਾਂ। ਆਓ ਅਦਬ ਸਤਿਕਾਰ ਦੇ ਨਾਲ ਇੱਕ ਵਾਰ ਦੁਬਾਰਾ ਨਾ ਕਹਿਣਾ ਪਵੇ, ਵੈਸੇ ਬਾਣੀ ਪੜ੍ਹਨ ਦੀ ਆਦਤ ਪਾ ਲਈਏ, ਜਦੋਂ ਵੀ ਅਸੀਂ ਬਾਣੀ ਕੰਠ ਕਰਨੀ ਹੈ ਅਤੇ ਬਾਣੀ ਨੂੰ ਗਾ ਕੇ ਪੜ੍ਹੀਏ, ਘਰ ਵਿੱਚ ਵੀ ਪਾਠ ਕਰਦੇ ਹੋ ਅਤੇ ਬੋਲ ਕੇ ਪਾਠ ਕਰੋ ਤਾਂ ਕਿ ਜ਼ੁਬਾਨ ਪਾਠ ਬੋਲੇ ਅਤੇ ਕੰਨ ਬਾਣੀ ਨੂੰ ਸੁਣਨ, ਤੁਸੀਂ ਤਜਰਬਾ ਕਰ ਲਿਓ ਬੜੀ ਛੇਤੀ ਬਾਣੀ ਕੰਠ ਹੋਏਗੀ। ਇੰਨਾ ਔਖਾ ਕੰਮ ਨਹੀਂ ਹੈ ਜਦੋਂ ਅਸੀਂ ਬਾਣੀ ਨੂੰ ਬੋਲ ਕੇ ਪੜ੍ਹਦੇ, ਪਾਠ ਬੋਲ ਕੇ ਕਰਦੇ ਹਾਂ ਅਤੇ ਸਹਿਸ ਬਾਏ ਸਾਨੂੰ ਉਹ ਬਾਣੀ ਯਾਦ ਹੋਣੀ ਸ਼ੁਰੂ ਹੋ ਜਾਂਦੀ। ਆਦਤ ਪਾਈਏ ਕਿ ਸਹਿਬ ਸੱਚੇ ਪਾਤਸ਼ਾਹ ਦੀ ਬਾਣੀ ਸਾਨੂੰ ਯਾਦ ਹੋ ਸਕੇ, ਯਾਦ ਹੋਏਗੀ ਅਤੇ ਉਹਦੀ ਅਸੀਂ ਵਰਤੋਂ ਵੀ ਆਪਣੇ ਜੀਵਨ 'ਚ ਫਿਰ ਕਰ ਸਕਦੇ ਹਾਂ। ਹਮ ਐਸੇ ਅਪਰਾਧੀ ਗੋਬਿੰਦ, ਹਮ ਐਸੇ ਅਪਰਾਧੀ, ਹਮ ਐਸੇ ਅਪਰਾਧੀ ਗੋਬਿੰਦ, ਹਮ ਐਸੇ ਅਪਰਾਧੀ, ਹਮ ਐਸੇ ਅਪਰਾਧੀ ਗੋਬਿੰਦ, ਹਮ ਐਸੇ ਅਪਰਾਧੀ।
ਹਮ ਐਸੇ ਅਪਰਾਧੀ ਗੋਬਿੰਦ ਹਮ ਐਸੇ ਅਪਰਾਧੀ ਹਮ ਐਸੇ ਅਪਰਾਧੀ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਉ ਪਿੰਡ ਥਾ ਦੀਆ 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 ਤੇਰ ਕੀ ਗੋਬਿੰਦ ਭਗਤ ਨ ਸਾਦੀ ਤੇਰ ਕੀ ਭਾਉ ਭਗਤ ਨਹੀਂ ਸਾਦੀ ਹਮ ਐਸੇ ਅਪਰਾਧੀ ਗੋਬਿੰਦ ਹਮ ਐਸੇ ਅਪਰਾਧੀ ਹਮ ਐਸੇ ਅਪਰਾਧੀ ਗੋਬਿੰਦ ਹਮ ਐਸੇ ਅਪਰਾਧੀ ਕਹਿੰਦੇ ਵੇਖ ਪਰਮੇਸ਼ਰ ਨੇ ਤੇਰੇ ਤੇ ਕਿੱਡੀ ਵੱਡੀ ਕਿਰਪਾ ਕੀਤੀ ਹੈ। ਸਭ ਤੋਂ ਪਹਿਲੀ ਦਾਤ ਕਈ ਵਾਰੀ ਮਨੁੱਖ ਸ਼ਿਕਵਾ ਕਰਦਾ ਭਾਈ ਤੁਸੀਂ ਜੇ ਗੁਰਦੁਆਰੇ ਜਾਓ ਤੁਹਾਨੂੰ ਤੇ ਪਰਮੇਸ਼ਰ ਨੇ ਬੜਾ ਕੁਝ ਦਿੱਤਾ ਹੈ, ਅਸੀਂ ਕਿਉਂ ਜਾਈਏ ਉੱਥੇ, ਸਾਨੂੰ ਕੀ ਮਿਲਿਆ ਉੱਥੋਂ ਪਹਿਲਾਂ। ਕਈ ਵਾਰੀ ਮਨੁੱਖ ਦੇ ਅੰਦਰ ਜੀਵਨ 'ਚ ਨਾ ਸ਼ਿਕਵੇ ਹੁੰਦੇ ਨੇ, ਗਿਲੇ ਹੁੰਦੇ ਨੇ ਬੜੇ। ਵੈਸੇ ਬੰਦੇ ਦੇ ਨਾ ਸ਼ਿਕਵੇ ਗਿਲਿਆਂ 'ਚ ਜੀਵਨ ਲੰਘ ਜਾਂਦਾ ਬਹੁਤ ਵਾਰੀ, ਸਾਰੀ ਜ਼ਿੰਦਗੀ ਉਹ ਕੰਮ ਹੀ ਕਰਦਿਆਂ ਲੰਘ ਜਾਂਦੇ। ਜੋ ਹੈ ਉਹਦਾ ਸ਼ੁਕਰਾਨਾ ਨਹੀਂ ਕਰਦਾ, ਜੋ ਨਹੀਂ ਉਹਦਾ ਸ਼ਿਕਵਾ ਕਰਦਾ, ਜੋ ਹੁੰਦਾ ਨਾ ਉਹਦਾ ਧੰਨਵਾਦ ਨਹੀਂ ਕਰਦਾ। ਸ਼ੇਖ ਸ਼ਾਹ ਵੀ ਮੁਸਲਮਾਨ ਹੋਇਆ, ਉਹਦੀਆਂ ਦੋ ਕਿਤਾਬਾਂ ਨੇ ਬਹੁਤ ਸੋਹਣੀਆਂ, ਜਿਹੜੀਆਂ ਉਹਨੇ ਨਿੱਕੇ ਨਿੱਕੇ ਨੁਕਤੇ ਦਿੱਤੇ ਨੇ ਉਹਦੇ ਵਿੱਚ। ਉਹਨੇ ਇੱਕ ਕਿਤਾਬ ਦੇ ਵਿੱਚ ਗੱਲ ਲਿਖੀ ਹੈ ਸ਼ੇਖ ਸ਼ਾਹ ਜੀ ਨੇ, ਉਹ ਕਹਿੰਦਾ ਵੀ ਇੱਕ ਬੰਦਾ ਜਿਹਦੇ ਕੋਲ ਪੈਰੀ ਪਾਉਣ ਲਈ ਜੋੜਾ ਨਹੀਂ ਤੇ ਨਮਾਜ਼ 5 ਵਾਰ ਰੋਜ਼ ਪੜ੍ਹਦਾ ਤੇ ਮਨ ਵਿੱਚ ਇੱਕ ਸ਼ਿਕਵਾ ਹੈ, ਕਹਿੰਦਾ ਅੱਲਾ ਵੀ ਮੈਂ ਤੇਰੀ 5 ਵਾਰ ਨਮਾਜ਼ ਪੜ੍ਹਦਾ, ਪੈਰੀ ਪਾਉਣ ਲਈ ਮੈਨੂੰ ਜੁੱਤੀ ਵੀ ਨਹੀਂ ਦਿੱਤੀ। ਥੋੜ੍ਹਾ ਜਿਹਾ ਘਰੋਂ ਬਾਹਰ ਨਿਕਲਿਆ ਤੇ ਇੱਕ ਬੰਦੇ ਨੂੰ ਹਾਥੀ 'ਤੇ ਚੜ੍ਹਿਆ ਵੇਖਿਆ, ਉਹਦੇ ਸਿਰ 'ਤੇ ਛਤਰ ਝੁਲਦਾ ਅਤੇ ਪੈਰੀ ਪਾਉਣ ਲਈ ਸੋਹਣੀ ਜੋੜਾ ਵੀ ਹੈ ਉਹਦੇ, ਅਤੇ ਹੋਰ ਮਨ 'ਚ ਰੋਸ ਆ ਗਿਆ, ਕਹਿੰਦਾ ਹੱਦ ਹੋ ਗਈ, ਮੈਂ ਤੇਰੀ 5 ਵਾਰ ਨਮਾਜ਼ ਪੜ੍ਹਦਾ, ਮੇਰੀ ਮੇਰੇ ਕੋਲ ਪੈਰੀ ਪਾਉਣ ਲਈ ਜੋੜਾ ਵੀ ਨਹੀਂ, ਇਹ ਬੰਦੇ ਨੂੰ ਮੈਂ ਕਦੀ ਮਸਜਿਦ ਵਿੱਚ ਵੇਖਿਆ ਵੀ ਨਹੀਂ, ਇਹਦੇ ਕੋਲ ਹਾਥੀ ਵੀ ਚੜ੍ਹਨ ਲਈ ਹੈ ਅਤੇ ਪੈਰੀ ਪਾਉਣ ਲਈ ਜੋੜਾ ਵੀ ਹੈ, ਵੀ ਰੱਬਾ ਇਹ ਤੇਰਾ ਕੀ ਨਿਆਂ ਭਲਾ, ਵੀ ਇਹਨੇ ਤੇਰਾ ਕਦੀ ਤਰ ਸਾਨੂੰ ਕਿਉਂ ਨਹੀਂ ਇੰਝ ਹੁੰਦਾ ਨਾ ਵੀ ਆਹ ਬੰਦਾ ਤਾਂ ਕਦੀ ਗੁਰਦੁਆਰੇ ਵੀ ਨਹੀਂ ਗਿਆ, ਗੱਡੀਆਂ 'ਤੇ ਕੋਈ 5 ਨੇ, ਧੀ ਕੋ ਵੱਖਰੀ ਹੈ, ਪੁੱਤ ਕੋ ਵੱਖਰੀ ਹੈ, ਘਰ ਵਾਲੀ ਕੋ ਵੱਖਰੀ ਹੈ, ਮੈਂ 24 ਘੰਟੇ 5 ਮੱਝ ਜਾਂਦਾ, ਮੇਰੇ ਕੋਲ ਇੱਕ ਹੀ ਉਹ ਜਿਹੀਆਂ ਵੀ ਕਿਸ਼ਤਾਂ ਪੂਰੀਆਂ ਨਹੀਂ ਹੁੰਦੀਆਂ। ਇਹੋ ਸ਼ਿਕਵਾ ਕਰਨਾ, ਅਸੀਂ ਇੱਥੇ ਖਲੋਤੇ ਹੋਏ ਹਾਂ, ਮਾਫ਼ ਕਰਨਾ, ਗੁੱਸਾ ਨਾ ਮਨਾਇਓ, ਅਸੀਂ ਇਸੇ ਨੂੰ ਹੀ ਰੱਬ ਦੀਆਂ ਦਾਤਾਂ ਸਮਝੀ ਬੈਠੇ ਵੀ ਇਹ ਦਾਤ ਹੈ ਉਹ ਦਾਤ ਨਹੀਂ, ਆਹ ਜ਼ਿਆਦਾ ਲੈ ਗਿਆ ਮੈਂ ਘੱਟ ਲੈ ਗਿਆ। ਆਹ ਸੁਣਿਓ ਹੁਣ ਗੱਲ ਜਿਹੜੀ ਸ਼ੇਖ ਸ਼ਾਹ ਜੀ ਨੇ ਲਿਖੀ ਹੈ, ਉਹ ਬੰਦਾ ਕਹਿੰਦਾ ਵੀ ਅੱਜ ਅੱਲਾ ਤੇਰੀ ਨੇ ਨਮਾਜ਼ ਕੋਈ ਨਹੀਂ ਪੜ੍ਹਨੀ, ਅੱਜ ਤਾਂ ਉਹ ਲਾਮਾ ਹੀ ਦੇਣਾ ਤੈਨੂੰ ਬਸ, ਮੈਂ ਘਰੋਂ ਤੁਰ ਪਿਆ। ਜਦੋਂ ਘਰੋਂ ਤੁਰਿਆ ਨਾ ਤੇ ਮਸਜਿਦ ਦੀਆਂ ਸੀੜੀਆਂ ਚੜ੍ਹ ਗਿਆ, ਜਦੋਂ ਮਸਜਿਦ ਦੀਆਂ ਸੀੜੀਆਂ ਚੜ੍ਹ ਗਿਆ ਤੇ ਇੱਕ ਬੰਦਾ ਮਸਜਿਦ ਦੀਆਂ ਸੀੜੀਆਂ ਤੋਂ ਉਹ ਉੱਤਰ ਰਿਹਾ ਜਿਹਦੇ ਕੋਲ 2 ਲੱਤਾਂ ਹੈ ਨਹੀਂ ਤੇ ਬਾਹਾਂ ਦੇ ਨਾਲ ਉਹ ਇਕੱਲੀ ਇਕੱਲੀ ਪੌੜੀ 'ਤੇ ਠਾਨ ਮਾਰਿਆ ਤੇ ਮਨ ਵਿੱਚ ਹੋਰ ਗੱਲ ਆਈ
ਕਹਿੰਦਾ ਵੀ ਮੇਰੇ ਕੋਲ ਤਾਂ ਜੋੜਾ ਹੀ ਹੈ ਨਹੀਂ ਅਤੇ ਮੈਂ ਇੰਨਾ ਲਾਲ ਪੀਲਾ ਹੋਇਆ ਪਿਆ, ਇਹਦੇ ਕੋਲ ਤਾਂ ਲੱਤਾਂ ਹੀ ਹੈ ਨਹੀਂ, ਇਹ ਪੱਕੀ ਗੱਲ ਰੱਬ ਨਾਲ ਅੱਲਾ ਨਾਲ ਦੋ ਹੱਥ ਕਰਕੇ ਆਇਆ ਹੋਵੇਗਾ, ਇਹ ਤਾਂ ਪੱਖਾ ਤਾਂ ਠਾਂ ਕੇ ਆਇਆ ਹੋਵੇਗਾ ਵੀ ਮੇਰੇ ਕੋਲ ਤਾਂ ਜੋੜਾ ਨਹੀਂ ਅਤੇ ਮੈਂ ਇੰਨਾ ਲਾਲ ਪੀਲਾ ਹੋਇਆ ਪਿਆ, ਇਹਦੇ ਕੋਲ ਤਾਂ ਲੱਤਾਂ ਹੀ ਹੈ ਨਹੀਂ, ਪੈਰ ਹੀ ਹੈ ਨਹੀਂ, ਇਹ ਤਾਂ ਪੱਕੀ ਗੱਲ ਹੈ ਅੱਲਾ ਨਾਲ ਦੋ ਹੱਥ ਕਰਕੇ ਆਇਆ ਹੋਵੇਗਾ। ਜਦੋਂ ਦੋਵੇਂ ਜਾਣੇ ਇੱਕੇ ਸੀੜੀ 'ਤੇ ਇਕੱਠੇ ਹੋਏ, ਉਹ ਥਾਂ ਰਿਹਾ ਸੀ ਸ਼ੇਖ ਸ਼ਾਹ ਦੀ, ਕਹਿੰਦਾ ਵੀ ਤਾਂ ਜਾਂਦਿਆਂ ਮੈਂ ਉਹਨੂੰ ਪੁੱਛਿਆ ਪਿਆਰ ਨਾਲ, ਕਹਿੰਦੇ ਵੀ ਤੇਰੇ ਕੋਲ ਤਾਂ ਦੋਵੇਂ ਲੱਤਾਂ ਹੈ ਨਹੀਂ, ਤੂੰ ਮਸਜਿਦ ਵਿੱਚ ਆਇਆ, ਮੇਰੇ ਕੋਲ ਤਾਂ ਸਿਰਫ ਜੋੜਾ ਨਹੀਂ ਅਤੇ ਮੈਂ ਇੰਨੇ ਗੁੱਸੇ ਨਾਲ ਭਰਿਆ ਪੀਤਾ ਆਇਆ, ਤੂੰ ਤਾਂ ਪੱਕਾ ਅੱਲਾ ਨਾਲ ਲੜ ਕੇ ਆਇਆ ਹੋਏਗਾ। ਕੀ ਬੋਲ ਕੇ ਆਇਆ ਅੱਲਾ ਨੂੰ ਪਤਾ ਕਿਉਂ, ਕੀ ਕਹਿੰਦਾ ਮੁਸਕਰਾ ਕੇ, ਜਿਹਦੇ ਕੋਲ ਲੱਤਾਂ ਨਹੀਂ ਸਨ, ਕਹਿੰਦਾ ਮੈਂ ਲੜਿਆ ਥੋੜ੍ਹਾ ਅੱਲਾ ਨਾਲ, ਮੈਂ ਤਾਂ ਸ਼ੁਕਰਾਨਾ ਕਰਨ ਆਇਆ। ਕਹਿੰਦਾ ਕਾਹਦਾ? ਕਹਿੰਦਾ ਵੀ ਜੇ ਉਹ ਬਾਹਾਂ ਵੀ ਨਾ ਦਿੰਦਾ ਤਾਂ ਮੈਂ ਭਲਾ ਉਹਦਾ ਕੀ ਕਰ ਸਕਦਾ ਸੀ। ਜਿਸ ਠਾਕੁਰ ਸਿਓ, ਪੜ੍ਹੋ ਇੱਕ ਵਾਰ, ਜਿਸ ਠਾਕੁਰ ਸਿਓ ਨਾ, ਤੇਰੀ ਪਾਇਆ ਕੀ ਹੈ ਬੰਦਿਆ, ਭਲਾ ਹੈ ਤੇਰੀ ਕੋਈ ਪਾਇਆ? ਤੇਰੇ ਕੋਲ ਅੱਖਾਂ ਹੈਗੀਆਂ, ਜੇ ਰੱਬ ਨਾ ਦਿੰਦਾ ਭਲਾ ਤੈਨੂੰ, ਤੂੰ ਕਰ ਸਕਦਾ ਸੀ ਕੁਝ? ਮੰਨ ਲਓ ਪਰਮੇਸ਼ਰ, ਡਾਕਟਰ ਵੀ ਉਹਨਾਂ ਅੱਖਾਂ ਨੂੰ ਠੀਕ ਕਰਦੇ ਜਿਹਨਾਂ ਦੇ ਪਿੱਛੇ ਰੋਸ਼ਨੀ ਹੁੰਦੀ ਹੈ, ਤਾਂ ਦੂਜੇ ਦੀਆਂ ਅੱਖਾਂ ਉਹਨਾਂ ਦੇ ਕੋਲ ਪੈ ਜਾਂਦੀਆਂ ਨੇ, ਜਿਹਨਾਂ ਵੱਲੋਂ ਪਿੱਛੇ ਹੀ ਧੁਰ ਤੋਂ ਹੀ ਆਪ ਕਿਰਪਾ ਕਰੋ, ਸਾਇਦ ਫੋਨ ਸਾਇਲੈਂਟ ਕਰ ਦਿਓ, ਬਿਰਤੀ ਭੰਗ ਹੁੰਦੀ ਹੈ, ਹੱਥ ਜੋੜ ਕੇ ਤਰਲਾ ਤੁਹਾਡੇ ਚਰਨਾਂ 'ਚ, ਧਿਆਨ ਮਾਰ ਲਓ ਇੱਕ ਵਾਰ, ਜਿਹਨਾਂ ਕੋਲ ਸੈਲ ਫੋਨ ਹੈ ਇੱਕ ਵਾਰ, ਕਈ ਵਾਰੀ ਚੇਤਾ ਭੁੱਲ ਜਾਂਦਾ, ਉਹਨੂੰ ਸਾਇਲੈਂਟ ਮੋਡ 'ਤੇ ਕਰ ਦਿਓ ਜਾਂ ਬੰਦ ਕਰ ਦਿਓ ਤਾਂ ਕਿ ਬਿਰਤੀ ਨਾ ਆਪਣੀ ਟੁੱਟ ਜਾਏ, ਜੋ ਆਪਾਂ ਵਿਚਾਰ ਕਰ ਰਹੇ ਫਿਰ ਉਖੜ ਜਾਂਦੀ ਹੈ ਗੱਲ। ਹੁਣ ਕਿੰਨੀ ਕੀਮਤੀ ਗੱਲ ਸਤਿ ਪਾਤਸ਼ਾਹ ਨੇ ਬਾਣੀ ਵਿੱਚ ਲਿਖੀ ਹੈ, ਪੜ੍ਹੋ ਮਾਝ ਕੀ ਵਾਰ ਦੀ ਪੌੜੀ ਜੀ, ਜਦੋਂ ਅਸੀਂ ਬਾਣੀ ਪੜ੍ਹਾਂਗੇ ਨਾ, ਉਹ ਸ਼ੇਖ ਸ਼ਾਹ ਜੀ ਤਾਂ ਸਿਰਫ ਕਹਿੰਦਾ ਵੀ ਮੈਂ ਤਾਂ ਕਿਹਾ, ਮੈਂ ਤਾਂ ਮੈਨੂੰ ਜੋੜਾ ਨਹੀਂ ਮਿਲਿਆ ਅਤੇ ਮੇਰੇ ਨਾਲ ਲਾਲ ਪੀਲਾ ਹੋਇਆ ਪਿਆ, ਤੇਰੇ ਕੋਲ ਤਾਂ ਲੱਤਾਂ ਨਹੀਂ ਹੈਗੀ, ਤੂੰ ਤਾਂ ਪੱਕੀ ਗੱਲ ਹੈ ਦੋ ਹੱਥ ਕਰਕੇ ਆਇਆ। ਕਹਿੰਦਾ ਨਹੀਂ, ਮੈਂ ਸ਼ੁਕਰਾਨਾ ਕਰਨ ਆਇਆ ਸੀ ਵੀ ਜੇ ਉਸਨੇ ਪੈਰ ਨਹੀਂ ਦਿੱਤੇ, ਬਾਹਾਂ ਨੂੰ ਦਿੰਦਾ, ਮੈਂ ਕੀ ਕਰ ਸਕਦਾ ਸੀ ਭਲਾ ਉਹਦਾ, ਮੈਂ ਕੋਈ ਨੁਕਸਾਨ ਕਰ ਸਕਦਾ ਸੀ? ਹੁਣ ਧਿਆਨ ਦਿਓ ਜੀ, ਜਿਹੜੇ ਉਲਾਮਾ ਦਿੰਦੇ ਨੇ ਮੈਨੂੰ ਪਰਮੇਸ਼ਰ ਨੇ ਦਿੱਤਾ ਕਿ ਆ ਗਿਣਤੀ ਕਰੀ ਜਾਏ। ਹੁਣ ਤੁਸੀਂ ਜੀਓ ਪਾਏ ਤਨ ਸਾਜਿਆ, ਸਭ ਤੋਂ ਪਹਿਲੀ ਦਾਤ ਹੈ ਵੀ ਇਹ ਸਰੀਰ ਜਿੰਦ ਪਾ ਕੇ ਤਨ ਨੂੰ ਸਾਜਿਆ। ਜੀਓ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਏ। ਕਿੰਨੀ ਸੋਹਣੀ ਬਣਤਰ ਬਣਾਈ ਹੈ, ਕਿੰਨਾ ਸੋਹਣਾ ਨੱਕ ਲਾਇਆ, ਕਿੰਨੀਆਂ ਸੋਹਣੀਆਂ ਅੱਖਾਂ ਲਾਈਆਂ, ਕਿੰਨਾ ਸੋਹਣਾ ਤੇਰਾ ਮੱਥਾ ਬਣਾਇਆ, ਕਿੱਡਾ ਵੱਡਾ ਕਾਰੀਗਰ ਹੈ ਪਰਮੇਸ਼ਰ। ਆ ਜਿਹੜੀਆਂ ਨਕਲੀ ਬਿਊਟੀ ਪਾਰਲਰ ਦੀਆਂ ਦੁਕਾਨਾਂ ਖੋਲ੍ਹੀਆਂ ਅਤੇ ਬਿਊਟੀ ਨੂੰ ਵਿਗਾੜਦੀਆਂ ਨੇ, ਅਸਲੀ ਬਿਊਟੀ ਤਾਂ ਕੁਦਰਤ ਨੇ ਦਿੱਤੀ ਹੈ ਸਾਨੂੰ। ਇਹ ਬਿਊਟੀ ਦਾ ਡਰ ਹੁੰਦਾ ਨਾ, ਵੀ ਧੁੱਪ ਪੈ ਗਈ ਤਾਂ ਵੀ ਡਰ ਹੈ, ਬਾਰਿਸ਼ ਪੈ ਗਈ ਤਾਂ ਵੀ ਡਰ ਹੈ। ਜਿਹੜੀ ਕੁਦਰਤ ਨੇ ਬਿਊਟੀ ਦਿੱਤੀ ਉਹ ਤਾਂ ਜਦੋਂ ਬਾਹਰ ਵਿਚਰੋਗੇ ਨਾ ਤੁਸੀਂ, ਉਹ ਤਾਂ ਸੁੰਦਰਤਾ ਹੈ। ਵੈਸੇ ਰੱਬ ਨੇ ਸਾਨੂੰ ਸੁੰਦਰ ਬਣਾ ਕੇ ਭੇਜਿਆ, ਪੜ੍ਹੋ ਸੁਖਮਨੀ ਸਾਹਿਬ ਦੀ ਬਾਣੀ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ, ਪੜ੍ਹੋ ਜੀ, ਜਿਨੇ ਉਭਾਰਿਆ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਸ਼ਿੰਗਾਰ ਤਾਂ ਪਹਿਲਾਂ ਤੇਰਾ ਪਰਮੇਸ਼ਰ ਨੇ ਤੈਨੂੰ ਕਰਕੇ ਭੇਜਿਆ। ਜੀਓ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਏ। ਅਗਣੀ ਜਾਇਓ ਜੀ, ਹੁਣ ਅੱਖੀਂ ਦੇਖੈ, ਤੈਨੂੰ ਅੱਖਾਂ ਵੇਖਣ ਵਾਸਤੇ ਦਿੱਤੀਆਂ। ਅੱਖੀਂ ਦੇਖੈ ਜਿਹਬਾ ਬੋਲੈ, ਜ਼ੁਬਾਨ ਬੋਲਣ ਵਾਸਤੇ ਦਿੱਤੀ। ਭੱਜ ਭਾਈ, ਇਹਨਾਂ ਗੱਲਾਂ ਤੋਂ ਭੱਜ ਸਕਦਾ ਤੂੰ ਵੀ ਮੈਨੂੰ ਦਿੱਤਾ ਕੀ ਰੱਬ ਨੇ? ਅੱਖੀਂ ਦੇਖੈ ਜਿਹਬਾ ਬੋਲੈ, ਕੰਨੀ ਸੁਰਤ ਸਮਾਏ, ਪੈਰੀ ਚੱਲੈ, ਪੈਰ ਤੋੜ ਨਹੀਂ ਦਿੱਤੇ, ਹੱਥੀਂ ਕਰਨਾ। ਮੰਨ ਲਓ ਕਿਸੇ ਡਾਕਟਰ ਕੋਲੋਂ ਦੋ ਦੰਦ ਲਵਾਉਣੇ ਹੋਣ, ਕਿਉਂ ਜੀ, ਫ੍ਰੀ ਲਾਉਂਦਾ ਕਿ ਪੈਸੇ ਲੈਂਦਾ ਭਲਾ?
ਬੋਲ ਕੇ ਦੱਸੋ ਜੀ, ਮੈਂ ਸਕਾਂ ਹੋ ਜਾਵੇ ਇੰਡੀਆ ਵਿੱਚ ਪੈਸੇ ਲੱਗਦੇ, ਨੌਰਮਲ ਫ੍ਰੀ ਹੋਣ, ਇੰਨਾ ਸੋਚ ਕੇ ਦੱਸ ਦਿਓ, ਇੱਕ ਸਕਿੰਟ ਵਿੱਚ ਜਵਾਬ ਦਿਓ ਵੀ ਹਾਂਜੀ ਪੈਸੇ ਲੱਗਦੇ ਨੇ। ਵੀ ਇੱਕ ਦੰਦ ਲਵਾਉਣਾ ਹੋਵੇ, ਦੰਦਾਂ ਦਾ ਪੀੜ ਬਜ਼ੁਰਗ ਨੇ ਲਵਾਉਣਾ, ਉਹ ਤਾਂ ਪੈਸੇ ਲੱਗਦੇ ਨੇ ਨਾ। ਜਿਹੜੇ ਰੱਬ ਨੇ ਦੰਦ ਦਿੱਤੇ ਭਲਾ ਪੈਸੇ ਲੈ ਸਾਡੇ ਕੋਲ ਕਿਉਂ ਜੀ? ਹੋ ਸਕਦਾ ਕਿਸੇ ਨੇ ਦਿੱਤੇ ਹੋਣ ਪੈਸੇ, ਵੀ ਮੈਂ ਤਾਂ ਪੈਸੇ ਦੇ ਕੇ ਦੰਦ ਲਏ ਨੇ। ਜਿਹੜੇ ਪਰਮੇਸ਼ਰ ਦੇ ਦੰਦ ਉੱਤੇ ਕੋਈ ਚਾਰਜ ਨਹੀਂ ਲੱਗਾ ਸਾਨੂੰ। ਅੱਛਾ, ਇੱਥੇ ਵੀ ਕਮਾਲ ਦੀ ਗੱਲ ਵੇਖੋ, ਕਿੰਨੀ ਹਵਾ ਅਸੀਂ ਫ੍ਰੀ ਵਰਤ ਰਹੇ, ਆਕਸੀਜਨ ਵਰਤ ਰਹੇ, ਇਹਦਾ ਕੋਈ ਚਾਰਜ ਹੈ, ਇਹਦਾ ਕੋਈ ਬਿੱਲ ਆਉਂਦਾ ਸਾਨੂੰ? 10 ਦਿਨ ਮਰੀਜ਼ ਹੋਸਪਿਟਲ ਰਹੇ ਅਤੇ ਆਕਸੀਜਨ ਲਾਉਣ ਅਤੇ ਉਹਦਾ ਬਿੱਲ ਨਾਲ ਦਿੰਦੇ ਨੇ ਦਵਾਈਆਂ ਦੇ, ਕਹਿੰਦੇ ਇੰਨੀ ਆਕਸੀਜਨ ਲੱਗੀ ਹੈ ਸਾਡੀ। ਬੰਦਿਆਂ, ਬੰਦੇ ਦੀ ਆਕਸੀਜਨ ਲੱਗੀ ਅਤੇ ਬਿੱਲ ਲੱਗੇਗਾ ਯਾਰ। ਸੋਚ ਕਰ, ਜੇ ਤੈਨੂੰ ਹਵਾ ਵੀ ਭਲਾ ਰੱਬ ਕੋਲੋਂ ਮੁੱਲ ਲੈਣੀ ਪੈਂਦੀ, ਤੂੰ ਤਾਂ ਕਰਜ਼ਾਈ ਹੋ ਜਾਣਾ ਸੀ ਭਲਿਆ। ਜਿੱਦਾਂ ਤੈਨੂੰ ਬਾਕੀ ਕਿਸ਼ਤਾਂ ਦੇਣੀਆਂ ਪੈਂਦੀਆਂ, ਗੱਡੀ ਦੀਆਂ, ਘਰ ਦੀਆਂ, ਹਵਾ ਦੀ ਵੀ ਕਿਸ਼ਤ ਆਇਆ ਕਰਨੀ ਸੀ ਤੇਰੇ ਘਰ, ਤੂੰ ਤਾਂ ਉੱਠ ਨਹੀਂ ਸੀ ਰਹਿਣਾ। ਇਹ ਤਾਂ ਦਾਤ ਹੈ ਤੈਨੂੰ, ਕਿੱਡੀ ਵੱਡੀਆਂ ਦਾਤਾਂ ਮਿਲੀਆਂ ਨੇ। ਹੁਣ ਇਹ ਗੱਲਾਂ ਬੱਚਿਆਂ ਨੂੰ ਦੱਸਣ ਦੀ ਲੋੜ ਨੇ ਵੀ ਇਹ ਸਾਰੀਆਂ ਬਾਣੀ 'ਚ ਲਿਖੀਆਂ ਹੋਈਆਂ ਨੇ, ਵੀ ਇੱਡਾ ਵੱਡਾ ਸ਼ੁਕਰਾਨਾ ਕਰ। ਤੂੰ ਤਾਂ ਸ਼ੁਕਰਾਨਾ ਕਰ ਤਾਂ ਥੱਕਣਾ ਹੀ ਨਹੀਂ ਚਾਹੀਦਾ। ਤੇਰੇ ਜੀਵਨ 'ਚੋਂ ਧੰਨਵਾਦ ਨਿਕਲੇ ਵੀ ਰੱਬਾ ਜੋ ਹੈ ਮੈਂ ਧੰਨਵਾਦ ਕਰਨ ਆਇਆ, ਜੋ ਨਹੀਂ ਮੈਂ ਗਿਲਾ ਥੋੜ੍ਹਾ। ਮੈਂ ਕੱਲ੍ਹ ਵੀ ਇੱਕ ਬੇਨਤੀ ਕੀਤੀ ਸੀ ਨਾ, ਹਮੇਸ਼ਾ ਗਿਲੇ ਕੌਣ ਕਰਦੇ ਨੇ? ਜਿਹਨਾਂ ਨੂੰ ਆਪਣੀ ਕਾਬਲੀਅਤ ਉੱਤੇ ਭਰੋਸਾ ਆਉਂਦਾ ਵੀ ਮੈਂ ਕਾਬਿਲ ਹਾਂ। ਤੁਸੀਂ ਵੇਖਿਓ ਧਰਨੇ ਲਓ, ਕੌਣ ਦਿੰਦੇ ਨੇ ਭਲਾ? ਜਿਹੜੇ ਕਹਿੰਦੇ ਨੇ ਅਸੀਂ ਕੰਮ ਜ਼ਿਆਦਾ ਕਰਦੇ ਹਾਂ ਸਾਨੂੰ ਬਣਦਾ ਹੱਕ ਨਹੀਂ ਪੂਰਾ ਮਿਲਦਾ, ਉਹ ਧਰਨੇ ਦਿੰਦੇ ਨੇ। ਉਹ ਮਾਲਕ ਦੇ ਅੱਗੇ ਧਰਨੇ ਦਿੰਦੇ, ਫੈਕਟਰੀ ਆ ਗਈ, ਮੁਜ਼ਾਹਰੇ ਕਰਦੇ ਨੇ, ਧਰਨੇ ਦਿੰਦੇ ਨੇ ਵੀ ਅਸੀਂ ਕੰਮ ਜ਼ਿਆਦਾ ਕਰਦੇ ਹਾਂ ਸਾਨੂੰ ਸਾਡਾ ਬਣਦਾ ਹੱਕ ਨਹੀਂ ਮਿਲਦਾ। ਇੰਝ ਹੁੰਦਾ ਨਾ, ਜਿਹੜੇ ਬੱਚੇ ਆਪਣੇ ਮਾਂ ਬਾਪ ਦੇ ਅੱਗੇ ਰੋਸ ਪ੍ਰਗਟ ਕਰਦੇ, ਉਹਨਾਂ ਨੂੰ ਇਹ ਆਸ ਹੁੰਦੀ ਹੈ ਵੀ ਅਸੀਂ ਬੜੇ ਲਾਇਕ ਹਾਂ, ਮਾਂ ਬਾਪ ਦੀ ਗੱਲ ਬੜੀ ਮੰਨਦੇ ਹਾਂ, ਮਾਂ ਬਾਪ ਸਾਡੀ ਇਸ ਲਾਇਕਤਾ ਦੀ ਕਦਰ ਨਹੀਂ ਕਰਦੇ। ਕਿ ਮਾਂ ਬਾਪ ਕਹਿੰਦੇ ਤੂੰ ਮੇਰੇ ਕੋਲ ਮੰਗੀ ਸਾਰਾ ਕੁਝ ਜਾਣਾ, ਪਰ ਗੱਲ ਤਾਂ ਤੂੰ ਮੇਰੀ ਮੰਨਦਾ ਨਹੀਂ। ਸਿੱਖ ਵੀ ਗੁਰਦੁਆਰੇ ਆਣ ਕੇ ਇੰਝ ਹੀ ਕਹਿੰਦੇ ਨਾ, ਪਹਿਲਾਂ ਦਾਦੀ ਨੇ ਪੁੱਤਰ ਮੰਗਿਆ, ਫਿਰ ਪੋਤਰਾ ਮੰਗਣ ਆ ਗਈ। 2 ਮਿੰਟ ਸੋਚਿਓ ਹੁਣ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ, ਹੇ ਮਾਂ ਪਹਿਲਾਂ ਪੁੱਤਰ ਮੰਗ ਕੇ ਖੜਿਆ, ਹੁਣ ਪੋਤਰਾ ਮੰਗਣ ਆ ਗਈ ਹੈ, ਮੈਨੂੰ ਆਪਣਾ ਪੁੱਤਰ ਵਿਖਾ ਪਲਾ, ਉਹਦੀ ਸ਼ਕਲ ਮੇਰੇ ਅਜੀਤ ਸਿੰਘ ਨਾਲ ਮੇਲ ਖਾਂਦੀ ਹੈ, ਤੂੰ ਪੋਤਰਾ ਮੰਗਣ ਆ ਗਈ। ਬੋਲੋ ਜੀ, ਪੋਤਰਾ ਮੰਗਣ ਆ ਗਈ ਹੈ, ਪੁੱਤਰ ਦੀ ਸ਼ਕਲ ਮੇਰੇ ਪੋਤਰੇ ਨਾਲ, ਮੇਰੇ ਸਾਹਿਬਜ਼ਾਦੇ ਨਾਲ ਮੇਲ ਖਾਂਦੀ ਹੈ। ਸਾਡੇ ਕੋਲ ਜਵਾਬ ਹੀ ਕੋਈ ਨਹੀਂ ਹੋਣਾ, ਮਤਲਬ ਸਾਨੂੰ ਸ਼ਿਕਵਾ ਹੈ। ਅਸੀਂ ਇਹ ਨਹੀਂ ਕਹਿੰਦੇ ਵੀ ਜੋ ਅਸੀਂ ਜੋ ਸਾਨੂੰ ਮਿਲਿਆ ਅਸੀਂ ਧੰਨਵਾਦ ਤਾਂ ਕੀਤਾ ਹੀ ਨਹੀਂ ਉਹਦਾ। ਹੁਣ ਸਾਹਿਬ ਸੱਚੇ, ਹੁਣ ਦੰਦ ਜਿਹੜੇ ਸਾਨੂੰ ਡਾਕਟਰ ਲਾ ਕੇ ਦਿੰਦਾ, ਨਾਲੇ ਇਹ ਉਹ ਗੱਲ ਵੀ ਨਹੀਂ ਬਣਦੀ ਵੀ ਬਰੱਸ਼ ਕਰਦੇ ਹਾਂ ਕਿ ਡਿੱਗ ਪੈਂਦੇ ਨੇ ਵਾਸ਼ਪੇਸ਼ੀ, ਦੰਦਾਂ ਦਾ ਪੀੜ ਹਿਲਦਾ ਸਾਰਾ, ਉਹ ਨਜ਼ਾਰਾ ਵੀ ਨਹੀਂ ਹੈਗਾ। ਜਿਹੜੀਆਂ ਪਰਮੇਸ਼ਰ ਨੇ ਅੱਖਾਂ 'ਤੇ ਉਹਦੀ ਵੀ ਕੋਈ ਕੀਮਤ ਨਹੀਂ, ਜਿਹੜੇ ਪਰਮੇਸ਼ਰ ਨੇ ਹੱਥ ਪੈਰ ਦਿੱਤੇ ਨੇ। ਕਿੰਨਾ, ਇੱਕ ਵਿਦਵਾਨ ਨੇ ਲਿਖਿਆ, ਕਹਿੰਦੇ ਪਰਮਾਤਮਾ ਵਰਗਾ ਕਾਰੀਗਰ ਕੋਈ ਨਹੀਂ, ਪਰਮਾਤਮਾ ਵਰਗਾ ਕੋਈ ਕਾਰੀਗਰ ਨਹੀਂ ਹੈਗਾ। ਪਰਮਾਤਮਾ ਬੜਾ ਵੱਡਾ ਕਾਰੀਗਰ ਹੈ ਵੀ, ਬਹੁਤ ਵੱਡਾ। ਵਾਰੀ ਬਲਿਹਾਰੀ ਜਾਵਾਂ ਨੇਤੇ ਉਹਦੀ ਸ਼ਾਨ ਤੋਂ, ਉਸੇ ਦੀਆਂ ਕੁਦਰਤਾਂ ਬਣਾਇਆ ਤੁਸ਼ ਬੰਦਾ ਏ, ਅੱਡੋ ਅੱਡ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ, ਹੱਡੀਆਂ ਵੱਖਰੀਆਂ ਵੱਖਰੀਆਂ ਸੀ, ਕਿੱਡੀ ਜੁਗਤੀ ਨਾਲ ਉਹਨਾਂ ਦੇ ਜੋੜ ਜੋੜੇ ਨੇ। ਬੰਦਾ ਕਈ ਵਾਰੀ ਜੋੜ ਹਿੱਲ ਜਾਣ ਅਤੇ ਕੋਈ ਡਾਕਟਰ ਜੋੜ ਲਾਉਂਦਾ, ਉਹਦੇ ਕੋਈ ਜੋੜ ਸੈੱਟ ਨਾ ਬੈਠੇ, ਤਾਂ ਸਾਰੀ ਜ਼ਿੰਦਗੀ ਲੱਤ ਦਰਦ ਕਰਦੀ ਰਹਿੰਦੀ ਹੈ। ਕਿੰਨਾ ਵੱਡਾ ਕਾਰੀਗਰ ਹੈ, ਕਿੱਦਾਂ ਦੇ ਜੋੜ ਲਾਏ ਨੇ ਉਹਨੇ, ਅੱਡੋ ਅੱਡ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ, ਕੀਤੀ ਏ ਸਫਾਈ ਸੋਹਣਾ ਫੇਰ ਫੇਰ ਰੰਦਾ ਏ। ਕਾਰੀਗਰ ਰੰਦਾ ਫੇਰਦਾ ਨਾ ਲੱਕੜ ਉੱਤੇ, ਉਹ ਰੰਦੇ ਫੇਰਨ ਤੋਂ ਬਾਅਦ ਵੀ ਲੱਕੜ 'ਤੇ ਹੱਥ ਫਿਰੀਏ, ਕੋਈ ਨਾ ਕੋਈ ਸ਼ਿਲਤ ਵੱਜ ਹੀ ਜਾਂਦੀ ਹੈ। ਰੱਬ ਨੇ ਕਿੱਦਾਂ ਦਾ ਰੰਦਾ ਫੇਰਿਆ, ਸਰੀਰ 'ਤੇ ਹੱਥ ਫੇਰ ਕੇ ਵੇਖੋ, ਸ਼ਿਲਤ ਵੱਜਦੀ ਹੈ ਕੋਈ? ਕੀਤੀ ਏ ਸਫਾਈ ਸੋਹਣਾ ਫੇਰ ਫੇਰ ਰੰਦਾ ਏ, ਬਾਹਰੋਂ ਸੋਹਣਾ, ਪੈਕਿੰਗ ਬੜੀ ਕਮਾਲ ਦੀ ਕੀਤੀ ਬੰਦੇ ਦੀ ਰੱਬ ਨੇ, ਬਾਹਰੋਂ ਸੋਹਣਾ ਪੋਚੇ ਨਾਲ ਪੋਚਿਆ ਮਨਾਰਾ ਸੋਹਣਾ,
ਵਿੱਚ ਭਰ ਦਿੱਤਾ ਮਾਲ ਗੰਦਾ, ਵਿੱਚ ਗੰਦ ਭਰਤਾ, ਬਾਹਰੋਂ ਪੈਕਿੰਗ ਬੜੀ ਕਮਾਲ ਦੀ। ਇਹ ਪੈਕਿੰਗ ਤੇ ਨਾ ਏਦਾਂ ਹੱਥ ਮਾਰ ਕੇ ਰੱਖਿਆ, ਹੈ ਮੇਰੇ ਵਰਗਾ ਕੋਈ? ਮਾਰ ਕੇ ਗੰਦ ਦੀ ਪੁੱਟ ਲਈ ਇਹਨੂੰ, ਇਹ ਤੇਰੀ ਪੈਕਿੰਗ ਬੜੀ ਕਮਾਲ ਦੀ, ਬਸ ਅੰਦਰ ਤਾਂ ਗੰਦ ਹੀ ਹੈ। ਮੈਂ ਨਹੀਂ ਕਹਿੰਦਾ, ਗਾਥਾ ਬਾਣੀ ਪੜ੍ਹੋ, ਕਰਪੂਰ ਪੋਹਪ ਸੁਗੰਧਾ, ਪਰ ਸਮਨੁੱਖ ਹੈ ਦੇਹ ਮਲੀਣੰ, ਪਾਊਡਰ ਕਰੀਮ ਪਰਫਿਊਮ, ਜਦੋਂ ਤੱਕ ਤੇਰੇ ਸਰੀਰ ਤੋਂ ਪਰਾਂ ਹੁੰਦੇ ਨੇ ਨਾ, ਸਾਰਿਆਂ 'ਚ ਸੁਗੰਧ ਹੀ ਆਉਂਦੀ ਹੈ। ਤੇਰੇ ਸਰੀਰ ਨਾਲ ਸਪਰਸ਼ ਕਰਨ 'ਤੇ ਇਹਨਾਂ 'ਚ ਵੀ ਬਦਬੂ ਆਉਣ ਲੱਗ ਪੈਂਦੀ ਹੈ। ਤੂੰ ਕਹਿੰਦਾ ਮੇਰੇ ਵਰਗਾ ਸੋਹਣਾ ਕੋਈ ਨਹੀਂ, ਇੰਝ ਕਹਿੰਦਾ ਨਾ ਬੰਦਾ, ਜਦੋਂ ਤੱਕ ਪਰਫਿਊਮ ਇਹਦੀ ਬਾਡੀ ਤੋਂ ਪਰਾਂ ਹੁੰਦਾ, ਉਹਦੇ 'ਚ ਸੁਗੰਧ ਹੀ ਆਉਂਦੀ ਹੈ। ਪਾਊਡਰ ਜਦੋਂ ਇਹਦੇ ਸਰੀਰ ਤੋਂ ਪਰਾਂ ਹੁੰਦਾ ਹੈ, ਇਹਦੇ 'ਚ ਸੁਗੰਧ ਹੀ ਆਉਂਦੀ ਹੈ। ਜਦੋਂ ਇਹਦੇ ਸਰੀਰ ਨਾਲ ਸਪਰਸ਼ ਕਰਦਾ, ਉਹ ਵੀ ਮੁਸ਼ਕ ਮਾਰਨ ਲੱਗ ਪੈਂਦਾ। ਅਤੇ ਬੰਦੇ ਨੂੰ ਪੁੱਛ ਕੇ ਵੇਖੋ, ਕਿਤੇ ਬੰਦਾ ਕਹਿੰਦਾ ਹੈ ਕੋਈ ਮੇਰੇ ਵਰਗਾ? ਮੇਰੇ ਵਰਗਾ ਤਾਂ ਹੈ ਹੀ ਕੋਈ ਨਹੀਂ। ਮਾਰ ਕਹਿੰਦੇ ਕਰਪੂਰ ਪੋਪ ਸੁਗੰਧਾ, ਪਰਸ ਮਨੁੱਖ ਹੈ ਦੇਹ ਮਲੀਨੰ, ਕਹਿੰਦੇ ਮਜ਼ਾ ਉਧਰ ਦੁਰਗੰਧਾ, ਮਿੱਝ ਗੰਦ ਭਰਿਆ ਪਿਆ ਤੇਰੇ ਜੀਵਨ 'ਚ, ਮਜ਼ਾ ਉਧਰ ਦੁਰਗੰਧਾ। ਨਾਨਕ ਹੱਥ ਕਰਵੇਣ ਅਗਿਆਨ ਨੂੰ, ਅਗਿਆਨੀ ਬੰਦਾ ਇਸ ਗੰਦ ਦੀ ਪੋਟਲੀ 'ਤੇ ਹੱਥ ਮਾਰ ਕਹਿੰਦਾ ਹੈ ਕੋਈ ਮੇਰੇ ਵਰਗਾ? ਗਾਥਾ ਬਾਣੀ 'ਚ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਭਲਾ ਗਾਥਾ ਬਾਣੀ ਕਦੋਂ ਆਉਂਦੀ ਜੀ ਸਾਡੇ ਘਰ ਨੂੰ ਪਾਠ ਹੁੰਦਾ? ਸਵੇਰੇ ਸਵੇਰੇ ਜਦੋਂ ਸਾਡਾ ਟੱਬਰ ਲਗਭਗ ਸੁੱਤਾ ਹੁੰਦਾ ਆਪਣੀ ਆਪਣੀ ਮਸਤੀ 'ਚ, ਸਾਡੇ ਘਰ ਘਰ ਖਾਣ ਪਟ ਰੱਖਿਆ ਹੁੰਦਾ, ਪਰਿਵਾਰ ਸਾਡਾ ਸੁੱਤਾ ਹੁੰਦਾ, ਫਿਰ ਜਦੋਂ ਜਿਉਂ ਜਦੋਂ ਨਵੇਂ ਪਾਤਸ਼ਾਹ ਸਲੂਕ ਸ਼ੁਰੂ ਹੋਣੇ ਸ਼ੁਰੂ ਹੁੰਦੇ ਨੇ, ਉਦੋਂ ਸਾਰੇ ਧਿਆਨ ਮਾਰਦੇ, ਹੁਣ ਵੀ ਭੋਗ ਪੈਣ ਵਾਲਾ, ਹੁਣ ਚਲੋ ਗੁਰਦੁਆਰਾ ਸਾਹਿਬ ਦਬਦਬ। ਬਾਣੀ ਦਾ ਬੜਾ ਵੱਡਾ ਹਿੱਸਾ ਹੈ, ਜਦੋਂ ਇਕੱਲੇ ਭਾਈ ਪੜ ਜਾਂਦੇ ਨੇ, ਜਿਹਨਾਂ ਪਾਠ ਕਰਾਇਆ ਉਹ ਵੀ ਨਹੀਂ ਪਹੁੰਚਦੇ। ਪਹਿਲਾਂ ਪਹਿਲਾਂ ਪੰਜ ਪੌੜੀਆਂ ਸੁਣ ਲੈਣੀਆਂ, ਉਦੋਂ ਦੇਗ ਵਰਤਾ ਲੈਣੀ, ਜਪਜੀ ਸਾਹਿਬ ਦਾ ਪਾਠ ਹੋ ਜਾਣਾ, ਸ੍ਰੀ ਰਾਗ ਆਰੰਭ ਹੋ ਜਾਣਾ, ਫਿਰ ਅੱਗੇ ਸ੍ਰੀ ਰਾਗ ਤੋਂ ਬਾਅਦ ਫਿਰ ਜਦੋਂ ਬਾਣੀ ਚੱਲਣੀ ਹੈ, ਫਿਰ ਅਸੀਂ ਆਪੋ ਆਪਣੇ ਕੰਮਾਂ ਕਾਰਾਂ 'ਚ ਰੁੱਝ ਜਾਣਾ, ਫਿਰ ਅਸੀਂ ਆਵਾਂਗੇ ਅਖੀਰਲੇ ਦਿਨ। ਵਿੱਚੋਂ ਵਿੱਚੋਂ ਧਿਆਨ ਹੁੰਦਾ, ਕੋਈ ਟਾਵਾਂ ਟਾਵਾਂ ਟੱਬਰ ਹੁੰਦਾ ਜਿਹੜਾ ਬਾਣੀ ਸੁਣਦਾ, ਆਣ ਕੇ ਵੀ ਅਸੀਂ ਬਾਣੀ ਸੁਣਨੀ। ਪਾਠ ਸਾਡੇ ਲਈ ਹੈ ਭਾਈ, ਪਾਠ ਤਾਂ ਸਾਡੇ ਲਈ ਹੈ, ਬਾਣੀ ਤਾਂ ਸਾਡੇ ਵਾਸਤੇ ਹੈ। ਅਸੀਂ ਤਾਂ ਕੰਧਾਂ ਨੂੰ ਪਾਠ ਸੁਣਾ ਛੱਡੇ, ਆਪ ਤਾਂ ਸੁਣਿਆ ਹੀ ਨਹੀਂ। ਬਾਣੀ ਸਾਡੇ ਵਾਸਤੇ, ਅਸੀਂ ਬਾਣੀ ਪੜ੍ਹਨੀ ਸੀ, ਆਪਾਂ ਵਿਚਾਰਨੀ ਸੀ, ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਕਿ ਉਪਦੇਸ਼ ਕੀ ਦਿੱਤਾ। ਬਾਣੀ ਦਾ ਬਹੁਤ ਵੱਡਾ ਹਿੱਸਾ ਹੈ, ਜਦੋਂ ਪੜ੍ਹਿਆ ਜਾਂਦਾ ਉਦੋਂ ਅਸੀਂ ਉੱਥੇ ਗੁਰਦੁਆਰੇ ਹੁੰਦੇ ਹੀ ਨਹੀਂ, ਘਰਾਂ 'ਚ ਵੀ ਇੰਝ ਹੀ ਹੁੰਦਾ, ਵਿਆਹਾਂ ਸ਼ਾਦੀਆਂ 'ਤੇ ਅਸੀਂ ਜਦੋਂ ਪਾਠ ਕਰਾਉਂਦੇ ਕੀ ਹੁੰਦਾ ਭਲਾ? ਸਰੂਪ ਮਹਾਰਾਜ ਦਾ ਹੁੰਦਾ, ਵੈਸੇ ਕੋਈ ਟਾਵਾਂ ਭਾਗਾਂ ਵਾਲਾ ਪਰਿਵਾਰ ਹੁੰਦਾ ਹੈ, ਜਿਹੜਾ ਜਿੰਨੇ ਸਨਮਾਨ ਨਾਲ ਸਰੂਪ ਲੈ ਕੇ ਆਵੇ ਉਨੇ ਸਨਮਾਨ ਨਾਲ ਛੱਡਣ ਵੀ ਜਾਣ ਹੁੰਦਾ। ਅਕਸਰ ਪਤਾ ਕੀ ਹੈ, ਜਦੋਂ ਸਰੂਪ ਲੈਣ ਜਾਣਾ, ਪਿਤਾ ਨੇ ਸਿਰ 'ਤੇ ਚੁੱਕਿਆ ਹੁੰਦਾ, ਪੁੱਤਰ ਚੌਰ ਕਰਦਾ, ਭਾਈ ਸਾਹਿਬ ਨਾਲ ਚੱਲ ਪੈਂਦੇ ਨੇ। ਜਦੋਂ ਪੈ ਜਾਂਦੇ ਪਾਠ ਦੀ ਸਮਾਪਤੀ, ਲੜਕੇ ਨੂੰ ਲੱਗ ਜਾਂਦਾ ਸ਼ਗਨ, ਅਤੇ ਫਿਰ ਸਾਡੇ ਵਰਗੇ ਭਾਈ ਨਾ ਪੁੱਛਦੇ ਰਹਿੰਦੇ, ਹੁਣ ਸਰੂਪ ਛੱਡਣ ਜਾਣਾ ਹੈ ਕਿੱਥੇ, ਵੀ ਪਰਿਵਾਰ ਵਾਲੇ ਕਿੱਥੇ ਨੇ? ਉਹ ਪਰਿਵਾਰ ਵਾਲੇ ਫਿਰ ਲੜਕੇ ਦੇ ਡੈਡੀ ਅਤੇ ਕੁੜਮਾਂ ਨੂੰ ਸਾਂਭਣਾ ਹੁੰਦਾ, ਕਿਉਂਕਿ ਹੁਣ ਉਹ ਇੰਨਾ ਮੋਟਾ ਸਮਾਨ ਲੈ ਕੇ ਆਏ ਨੇ, ਕੰਬਲ 'ਤੇ ਉਹਨਾਂ ਨੂੰ ਲਿਖਾ 'ਤੇ ਡਬਲ ਡਬਲ ਬੈਠ ਗਏ, ਮੁੰਦਰੀਆਂ ਦੇ ਮਾਮੇ ਦੀਆਂ ਵੀ ਲਿਖਾਤੀਆਂ, ਫੁੱਫੜ ਦੀਆਂ ਵੀ ਲਿਖਾਤੀਆਂ, ਹੁਣ ਕੁੜਮਾਂ ਨੂੰ ਤਾਂ ਸਾਂਭਣਾ, ਫਿਰ ਉਹ ਇਸ ਪਿੰਡ 'ਚੋਂ ਲੱਭਦੇ ਕੋਈ ਬੰਦਾ, ਕਹਿੰਦੇ ਲੈ ਸਰਦਾਰ ਸਾਹਿਬ ਤੂੰ ਸਿਰ 'ਤੇ ਸਰੂਪ ਚੁੱਕ ਲਾ, ਮਹਾਰਾਜ ਤੋਂ ਜੋ ਕੰਮ ਕਰਾਉਣਾ ਸੀ ਅਸੀਂ ਕਰਾ ਲਿਆ, ਹੁਣ ਸਰੂਪ ਤੁਸੀਂ ਗੁਰਦੁਆਰੇ ਛੱਡ ਆਓ। ਅਸੀਂ ਫਿਰ ਗੁਰਦੁਆਰੇ ਪਤਾ ਕਦੋਂ ਜਾਵਾਂਗੇ? ਜਦੋਂ ਸਾਡੀ ਨੋਹ ਨਾ ਆਖੇ ਲੱਗੀ, ਫਿਰ ਅਸੀਂ ਨੰਗੇ ਪੈਰੀ ਗੁਰਦੁਆਰੇ ਜਾਵਾਂਗੇ, ਫਿਰ ਜਦੋਂ ਸਾਡਾ ਪੁੱਤ ਨਾ ਆਖੇ ਲੱਗਾ, ਫਿਰ ਅਸੀਂ ਮਹਾਰਾਜ ਦੇ ਪੀੜੇ ਦੀਆਂ ਮੁੱਠੀਆਂ ਭਰਾਂਗੇ, ਆਣ ਕੇ ਵੀ ਮਹਾਰਾਜ ਕਰੋ ਕਿਰਪਾ ਜੀ, ਹੁਣ ਬੌੜੀ ਕਰੋ ਸੱਚਿਆ ਪਾਤਸ਼ਾਹ। ਜਿੱਥੇ ਚਾਹ ਪਾਣੀ ਪੀਣਾ ਹੁੰਦਾ ਉਹ ਪੰਡਾਲ ਛੋਟੇ ਪੈ ਜਾਂਦੇ ਨੇ, ਜਿੱਥੇ ਲਾਵਾਂ ਹੋਣੀਆਂ ਹੁੰਦੀਆਂ ਨੇ ਉੱਥੇ ਭਾਈ ਸਾਹਿਬ ਕੀਰਤਨ ਕਰਨ ਵਾਲੇ, ਪਾਠ ਕਰਨ ਵਾਲੇ ਉਡੀਕ ਰਹੇ ਹੁੰਦੇ ਨੇ। ਚਾਰ ਚਾਰ ਵਾਰ ਦੇਗ ਠੰਡੀ ਹੋ ਜਾਂਦੀ, ਕਈ ਵਾਰੀ ਗਰਮ ਕਰਨੀ ਪੈਂਦੀ ਹੈ, ਚਾਰ ਚਾਰ ਵਾਰ ਦੇਗ ਉਡੀਕਦੇ ਹੁੰਦੇ ਨੇ। ਭਾਈ ਆ ਜਾਓ, ਬਰਾਤ ਵਾਲਿਓ ਆ ਜਾਓ, ਜਲਦੀ ਆ ਜਾਓ, ਤੁਹਾਨੂੰ ਉਡੀਕ ਰਹੇ ਹਾਂ ਅਸੀਂ, ਆ ਜਾਓ ਆ ਜਾਓ, ਆਪਾਂ ਚਾਰ ਲਾਵਾਂ ਪੜ੍ਹ ਲਈਏ, ਬਾਣੀ ਪੜ੍ਹ ਲਈਏ, ਪਤਾ ਲੱਗ ਜਾਏ ਸਾਨੂੰ।
ਮਾਫ ਕਰਨਾ ਸਾਸੋ, ਸਮੇਂ ਦੀ ਕਦਰ ਕਰਨਾ ਨਹੀਂ ਸਿੱਖਿਆ ਸੀ ਕਿ ਅਸੀਂ ਕਿਵੇਂ ਆਪਣੀ ਜ਼ਿੰਦਗੀ ਨੂੰ ਜਿਉਣਾ ਸੀ, ਕਿਵੇਂ ਬਾਣੀ ਨੂੰ ਸਮਝਣਾ ਸੀ। ਪਾਤਸ਼ਾਹ ਨੇ ਸਾਨੂੰ ਕਿੰਨੀਆਂ ਕੀਮਤੀ ਵਿਚਾਰਾਂ ਬਖਸ਼ਿਸ਼ ਕੀਤੀਆਂ। ਉਸ ਵਿਦਵਾਨ ਨੇ ਲਿਖਿਆ, ਕਹਿ ਲੱਗੇ ਇਹ ਗੰਦ ਦੀ ਪੋਟਲੀ, ਬਾਹਰੋਂ ਪੈਕਿੰਗ ਬੜੀ ਸੋਹਣੀ ਕੀਤੀ ਹੈ, ਵਾਰੀ ਬਨਿਹਾਰੀ ਜਾਵਾਂ, ਨੇਤੇ ਉਹਦੀ ਸ਼ਾਨ ਤੋਂ ਉਸੇ ਦੀਆਂ ਕੁਦਰਤਾਂ ਬਣਾਇਆ, ਤੁਸ਼ ਬੰਦਾ ਹੈ, ਅੱਡੋ ਅੱਡ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ ਕੀਤੀ ਹੈ ਸਫਾਈ, ਸੋਹਣਾ ਫੇਰ ਫੇਰ ਰੰਦਾ ਹੈ, ਬਾਹਰੋਂ ਸੋਹਣਾ, ਪੋਚੇ ਨਾਲ ਪੋਚਿਆ ਮਨਾਰਾ ਸੋਹਣਾ, ਵਿੱਚ ਭਰ ਦਿੱਤਾ ਮਾਲ ਗੰਦਾ ਏ, ਬੰਦਾ ਉਹਦਾ ਹੋ ਕੇ ਕਰੇ ਬੰਦਗੀ ਤੇ ਬੰਦਾ ਚੰਗਾ। ਜੇ ਤੇ ਬੰਦਾ ਉਹਦਾ ਹੋ ਕੇ ਜੀਵਨ ਜੀਵੇ, ਫਿਰ ਤੇ ਇਹਦੇ ਨਾਲ ਤਾਂ ਹੈ ਹੀ ਕੋਈ ਨਹੀਂ, ਪਰ ਜੇ ਇਹਦੇ ਜ਼ਿੰਦਗੀ ਚੋਂ ਗੁਣ ਹੈ ਨਹੀਂ, ਫਿਰ ਬੰਦਗੀ ਬਗੈਰ ਬੰਦਾ ਗੰਦਗੀ ਤੋਂ ਗੰਦਾ ਹੈ। ਜੇ ਇਹਦੇ ਵਿੱਚ ਪਰਮੇਸ਼ਰ ਦੇ ਗੁਣ ਹੈ ਨਹੀਂ, ਫਿਰ ਗੰਦਗੀ ਦੇ ਢੇਰ ਤੋਂ ਵੱਧ ਕੇ ਮੇਰੇ ਖਿਆਲ 'ਚ ਇਹਦੀ ਔਕਾਤ ਕੋਈ ਨਹੀਂ ਹੈ, ਗੰਦਗੀ ਦਾ ਢੇਰ ਹੈ ਬਸ। ਕਹਿੰਦੇ ਕਿੰਨੀਆਂ ਦਾਤਾਂ ਦਿੱਤੀਆਂ ਤੈਨੂੰ ਪਰਮੇਸ਼ਰ ਨੇ, ਜੀਉ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਏ ਅੱਖੀਂ ਦੇਖੇ, ਜੇ ਬਾ ਬੋਲੇ ਕੰਨੀ ਸੁਰਤ ਸਮਾਏ, ਪੈਰੀ ਚੱਲੇ ਪੈਰ ਤੁਰ ਲਈ ਦਿੱਤੇ, ਹੱਥੀਂ ਕਰਨਾ ਹੱਥ ਕੰਮ ਕਰ ਲਈ ਦਿੱਤੇ, ਦਿੱਤਾ ਪਹਿਨੇ ਖਾਏ, ਦਿੱਤਾ ਹੋਇਆ ਪਹਿਨ ਰਿਹਾ ਤੇ ਖਾ ਰਹੇ, ਜਿਨ ਰਚ ਰਚਿਆ ਗੋਬਿੰਦ ਹਮ ਐਸੇ ਅਪਰਾਧੀ। ਆ ਹੈ ਅਪਰਾਧ ਜੀਵਨ ਦਾ, ਗੋਬਿੰਦ ਹਮ ਐਸੇ ਅਪਰਾਧੀ, ਜਿਨ ਰਚ ਰਚਿਆ ਕਿਸੇ ਨਾ ਜਾਣੇ। ਜਿਸ ਪਰਮੇਸ਼ਰ ਨੇ ਇਹਦਾ ਰਚਨ ਰਚਿਆ ਉਹਨੂੰ ਜਾਣਦਾ ਹੀ ਨਹੀਂ, ਉਹਨੂੰ ਭੁੱਲ ਹੀ ਬੈਠਾ, ਭੁਲਾ ਹੀ ਦਿੱਤਾ। ਇੱਕ ਮੁਸਲਮਾਨ ਹੋਇਆ ਜੋਸ਼ ਮਲੀਆਬਾਦੀ, ਉਹ ਲਿਖਦਾ ਜਿਵੇਂ ਸਾਡੇ ਘਰਾਂ 'ਚ ਰਿਵਾਜ ਨਹੀਂ, ਜਦੋਂ ਬੱਚਾ ਜਨਮ ਲਵੇ ਤੇਰਵਾਂ ਕਰਦੇ ਸੀ ਪੰਜਾਬੀ, ਸਾਡੇ ਸਿੱਖਾਂ 'ਚ ਕੋਈ 21 ਦਿਨਾਂ ਬਾਅਦ ਕਰਦਾ, ਕੋਈ 13ਵਾਂ ਕਰਦਾ, ਕੋਈ ਦਾ ਸਾਡਾ ਪੁੱਤਰ 1.25 ਮਹੀਨੇ ਦਾ ਹੋ ਗਿਆ, ਕੋਈ ਫਿਰ ਜਾਂ ਸਾਲ ਬਾਅਦ ਕਹਿੰਦੇ ਆਓ ਭਾਈ ਲੋਹੜੀ ਲੈ ਕੇ ਆਓ ਸਾਡੇ ਘਰ, ਪੋਤਰੇ ਪੁੱਤਰ ਨੇ ਜਨਮ ਲਿਆ। ਲੋਕ ਖੁਸ਼ੀਆਂ ਮਨਾਉਂਦੇ ਨੇ ਨਾ, ਭੰਗੜੇ ਪੀਂਦੇ, ਸ਼ਰਾਬਾਂ ਪੀਂਦੇ। ਮੁਸਲਮਾਨ ਜੋਸ਼ ਮਲੀਆਬਾਦੀ ਲਿਖਦਾ, ਕਹਿੰਦਾ ਕਿਸੇ ਘਰ ਬੱਚੇ ਨੇ ਜਨਮ ਲਿਆ, ਜਦੋਂ ਬੱਚੇ ਨੇ ਜਨਮ ਲਿਆ ਤੇ ਬਾਪ ਨੇ ਸ਼ਰਾਬ ਦੀ ਬੋਤਲ ਖੋਲ੍ਹੀ। ਮੈਂ ਸੁਣਿਆ ਧਿਆਨ ਨਾਲ ਗੱਲ, ਕਹਿੰਦੇ ਸ਼ਰਾਬ ਦੀ ਬੋਤਲ ਖੋਲ੍ਹੀ ਤੇ ਮੁਸਲਮਾਨ ਰਾਈਟਰ ਕਵੀ ਬੱਚੇ ਵੱਲੋਂ ਹੋ ਕੇ ਕਵਿਤਾ ਲਿਖਦਾ। ਉਹ ਕਹਿੰਦਾ ਬੱਚਾ ਕਹਿੰਦਾ ਤਮੰਨਾਓ ਮੈਂ ਉਲਝਾਇਆ ਗਿਆ ਹੂੰ, ਖਿਲੌਣੇ ਦੇ ਕੇ ਬਹਿਲਾਇਆ ਗਿਆ ਹੂੰ। ਕਹਿੰਦਾ ਜਿੱਦਣ ਦਾ ਮੈਂ ਜਨਮ ਲਿਆ ਨਾ, ਜੇ ਮੈਂ ਰੋਇਆ ਮਾਂ ਨੇ ਦੁੱਧ ਦੇ ਦਿੱਤਾ, ਜੇ ਦੁੱਧ ਵੀ ਪੀ ਲਿਆ ਫਿਰ ਵੀ ਰੋਇਆ ਕਿ ਮਾਂ ਨੇ ਖਿਡੌਣਾ ਦੇ ਦਿੱਤਾ। ਇਹਦਾ ਜੇ ਬੱਚਾ ਰੋਂਦਾ ਹੋਇਆ ਆਪਾਂ ਉਹਦੇ ਸਾਹਮਣੇ ਖਿਡੌਣਾ ਕਰਦੇ ਨਾ, ਕੋਈ ਚੀਜ਼ ਵੀ ਬੱਚਾ ਸਾਡਾ ਚੁੱਪ ਕਰ ਜਾਏ। ਕਹਿੰਦਾ ਤਮੰਨਾਓ ਮੈਂ ਉਲਝਾਇਆ ਗਿਆ ਹੂੰ, ਖਿਲੌਣੇ ਦੇ ਕੇ ਬਹਿਲਾਇਆ ਗਿਆ ਹੂੰ। ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਵੀ ਮੇਰੇ ਬਾਪ ਨੂੰ ਖੁਸ਼ੀ ਕਾਹਦੀ ਹੈ ਮੇਰੇ ਇਸ ਸੰਸਾਰ 'ਤੇ ਆਉਣ ਦੀ। ਕਹਿੰਦਾ ਤਮੰਨਾਓ ਮੈਂ ਉਲਝਾਇਆ ਗਿਆ ਹੂੰ, ਖਿਲੌਣੇ ਦੇ ਕੇ ਬਹਿਲਾਇਆ ਗਿਆ ਹੂੰ, ਪੂਛ ਦਿਲੇ ਮੁਜ਼ਦਰ ਸੇ ਰੌਣਕ ਮਹਿਫਿਲ, ਹੇ ਮੇਰੇ ਘਰ ਵਿੱਚ ਲੱਗੀ ਹੋਈ ਰੌਣਕ, ਮੇਰੇ ਦਿਲ ਕੋਲੋਂ ਤਾਂ ਪੁੱਛੋ ਮੈਂ ਆਇਆ ਨਹੀਂ ਬਲਕਿ ਲਾਇਆ ਗਿਆ ਹੂੰ, ਮੈਂ ਆਪਣੀ ਮਰਜ਼ੀ ਨਾਲ ਥੋੜ੍ਹਾ ਆਇਆ, ਮੈਨੂੰ ਭੇਜਣ ਵਾਲਾ ਕੋਈ ਹੋਰ ਹੈ, ਹੋ ਸਕਦਾ ਬਾਪ ਮੇਰੇ ਤੂੰ ਮੇਰੇ ਜਨਮ ਦੀ ਖੁਸ਼ੀ ਸ਼ਰਾਬ ਪੀ ਰਿਹਾ ਪਿਆ ਰਿਹਾ। ਹੁੰਦਾ ਨਾ ਕਈ ਵਾਰੀ ਪੋਤਰਾ ਜਨਮ ਲਵੇ ਤੇ ਦਾਦਾ ਸ਼ਰਾਬ ਦੀ ਬੋਤਲ ਖੋਲ੍ਹ ਲੈਂਦਾ। ਕਹਿੰਦਾ ਨਾ ਕਰ ਇੰਨੀ ਖੁਸ਼ੀ ਹੋ ਸਕਦਾ ਜਿਸ ਨੇ ਮੈਨੂੰ ਇਸ ਦੁਨੀਆਂ ਤੇ ਲਿਆਂਦਾ, ਤੇਰੇ ਸ਼ਰਾਬ ਦੀ ਬੋਤਲ ਖਾਲੀ ਹੋਣ ਤੋਂ ਪਹਿਲਾਂ ਪਹਿਲਾਂ ਜਿਹਨੇ ਭੇਜਿਆ ਉਹਨੇ ਵਾਪਸ ਸੱਦ ਲਿਆ, ਜਿਹੜੇ ਤੇਰੀ ਖੁਸ਼ੀ ਸ਼ਾਮਿਲ ਨੇ ਤੇਰੇ ਦੁੱਖ ਵਿੱਚ, ਇਹਨਾਂ ਤੇਰਾ ਸ਼ਰੀਕ ਨਹੀਂ ਹੋਣਾ, ਤੇਰਾ ਦੁੱਖ ਵੰਡਾਉਣ ਵਾਸਤੇ ਤੇਰੇ ਨਾਲ ਨਹੀਂ ਉਤਰਨਾ। ਤੂੰ ਧੰਨਵਾਦ ਕਰ ਮੇਰੇ ਬਾਪ ਜਿਸ ਨੇ ਭੇਜਿਆ ਉਹਦਾ ਧੰਨਵਾਦ ਕਰ। ਯਾਦ ਰੱਖਣਾ ਗੁਰਮਤ ਹੈ, ਆਹ ਜਿਹੜੇ ਜਨਮ ਦੀਆਂ ਖੁਸ਼ੀਆਂ 'ਚ ਵਾਜੇ ਵਜਾਉਂਦੇ ਨੇ ਨਾ, ਜਦੋਂ ਬੱਚਾ ਜਨਮ ਲਵੇ ਘਰ 'ਚ ਤੂਤੀਆਂ ਵਜਾਉਂਦੇ ਨੇ ਖੁਸ਼ੀ ਮਨਾਉਂਦੇ ਨੇ। ਸੁਣਿਓ ਮਹਾਰਾਜ ਦੀ ਬਾਣੀ ਕੀ ਕਹਿੰਦੀ, ਜਨਮੇ ਕੋ
ਜਨਮੇ ਕੋ ਵਾਜੇ ਵਜਾਏ। ਜਿਹੜੇ ਬੱਚੇ ਦੀ ਜਨਮ ਦੀ ਖੁਸ਼ੀ ਵਾਜੇ ਵਜਾਉਂਦੇ ਨੇ, ਸ਼ਰਾਬਾਂ ਪੀਂਦੇ ਨੇ, ਭੰਗੜੇ ਪਾਉਂਦੇ ਨੇ, ਨਾਚ ਗਾਣੇ ਕਰਦੇ ਨੇ, ਅੱਧੀ ਅੱਧੀ ਰਾਤ ਤੱਕ ਨਾ ਸੌਂਦੇ ਨਾ ਸੌਣ ਦਿੰਦੇ ਨੇ, ਜਨਮੇ ਕੋ ਵਾਜੇ ਵਜਾਏ। ਕੀ ਆਉਂਦੇ ਭਲਾ ਮਹਾਰਾਜ ਉਹਨਾਂ ਨੂੰ? ਸੋਹਲੜੇ ਅਗਿਆਨੀ ਦਾ, ਉਹਨਾਂ ਨੂੰ ਅਗਿਆਨੀ ਕਹਿੰਦੇ। ਅਗਿਆਨੀ ਬੰਦੇ ਸੋਹਲੜੇ ਗਾਉਂਦੇ ਨੇ, ਗਿਆਨੀ ਬੰਦੇ ਨਹੀਂ। ਜਿਹੜੇ ਪਰਮੇਸ਼ਰ ਨੂੰ ਜਾਣਨ ਵਾਲੇ ਉਹ ਤੇ ਪਰਮੇਸ਼ਰ ਦਾ ਧੰਨਵਾਦ ਕਰਦੇ ਨੇ। ਜਨਮੇ ਕੋ ਵਾਜੇ ਵਜਾਏ, ਸੋਹਲੜੇ ਅਗਿਆਨੀ ਗਾਏ ਜੋ ਜਨਮੈ। ਕਿਉਂ ਸਾਹਿਬ, ਜਿਹੜਾ ਜੰਮਿਆ ਉਹਨੇ ਜਾਣਾ ਨੀ ਦੁਨੀਆਂ ਤੋਂ, ਜਾਣਾ ਹੈ ਤੇ ਫਿਰ ਬੰਦੇ ਨੂੰ ਚੇਤੇ ਭੁੱਲ ਜਾਂਦਾ ਨਾ ਜਨਮ ਲੈਂਦਾ, ਤੇ ਉਦੋਂ ਇੰਨਾ ਪਾਗਲ ਹੋ ਜਾਂਦਾ, ਇੰਨਾ ਕਮਲਾ ਹੋ ਜਾਂਦਾ ਵੀ ਜਿਹੜਾ ਆਇਆ ਨਾ ਤੇ ਜਾਣਾ ਨੀ ਹੈ, ਤੇ ਖੁਸ਼ੀ ਕਾਹਦੀ? ਜੇ ਅੱਜ ਜੇ ਤੂੰ ਅੱਜ ਜਿੰਨੀ ਖੁਸ਼ੀ ਮਨਾ ਰਹੇ ਹੈ, ਜਦੋਂ ਜਾਏਗਾ ਭਲਾ? ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਨੇ ਚਾਰ ਸਾਹਿਬਜ਼ਾਦੇ ਨੇ ਜਨਮ ਲਿਆ, ਕਿ ਉਹ ਸਾਡੇ ਤਰ੍ਹਾਂ ਕਰਦੇ ਹੋਣਗੇ ਜਦੋਂ ਬਾਬੇ ਅਜੀਤ ਸਿੰਘ ਨੇ ਜਨਮ ਲਿਆ ਹੋਏਗਾ? ਬਿਲਕੁਲ ਨਹੀਂ। ਐਂ ਹੋਸ਼ ਵਿੱਚ ਸਾਹਿਬਜ਼ਾਦੇ ਦਾ ਘਰ 'ਚ ਆਗਮਨ ਹੋਇਆ ਹੋਏਗਾ, ਪਿਆਰ ਨਾਲ ਸਿੱਖਿਆ ਦਿੱਤੀ ਹੋਏਗੀ। ਜੇ ਉਹਨਾਂ ਨੇ ਜਨਮ ਵੇਲੇ ਖੁਸ਼ੀ ਇੰਨੀ ਨਹੀਂ ਮਨਾਈ, ਤਾਂ ਜਿੱਦਣ ਉਹਨਾਂ ਨੇ ਆਪਣੇ ਸਾਹਿਬਜ਼ਾਦੇ ਦੀ ਲਾਸ਼ ਲਾਗੋ ਲੰਘੇ, ਉਹਨਾਂ ਸੋਗ ਵੀ ਨਹੀਂ ਇੰਨਾ ਮਨਾਇਆ। ਅਸੀਂ ਜਿੰਨੀ ਵੱਧ ਖੁਸ਼ੀ ਮਨਾਉਂਦੇ ਹਾਂ ਨਾ, ਤਾਂ ਜਦੋਂ ਸਾਨੂੰ ਕਿਤੇ ਬੱਚੇ ਦੀ ਲਾਸ਼ ਵੇਖਣੀ ਪੈਂਦੀ ਹੈ ਨਾ, ਫਿਰ ਬਾਪ ਡੋਲ ਜਾਂਦਾ, ਕਿਉਂਕਿ ਉਹਨੇ ਇੱਕ ਦਿਨ ਇਹ ਸੀਨ 'ਤੇ ਵੇਖਿਆ, ਸੁਪਨਾ ਵੀ ਨਹੀਂ ਲਿਆ ਹੁੰਦਾ ਵੀ ਜਿਹਨੂੰ ਅੱਜ ਪਾਲ ਕੇ, ਜਿਹਨੂੰ ਚੂਰੀਆਂ ਕੁੱਟ ਕੁੱਟ ਕੇ ਪਾਲ ਰਹੇ ਹਾਂ, ਜਿਹਨੂੰ ਬਦਾਮ ਭੇਮ ਭੇ ਕੇ ਖਵਾ ਰਹੇ ਹਾਂ, ਇਹਦੀ ਕਦੀ ਲਾਸ਼ ਵੀ ਵੇਖਣੀ ਪੈਣੀ? ਕਦੀ ਸੁਪਨਾ ਲਿਆ ਹੁੰਦਾ ਬਾਪ ਨੇ? ਪਰ ਜਿੱਦਣ ਵੇਖਣੀ ਪੈਂਦੀ ਲਾਸ਼, ਉਦੋਂ ਕੰਬ ਜਾਂਦਾ। ਤਿਆਰੀ ਕਹਿੰਦੇ, ਤਿਆਰੀ ਕਰੋ, ਤਿਆਰੀ ਪਹਿਲਾਂ। ਪਤਾ ਨਹੀਂ ਕੀ ਹੋਣਾ ਤੁਹਾਡੇ ਨਾਲ, ਕੀ ਵਾਪਰਨਾ ਤੁਹਾਨੂੰ, ਤਿਆਰੀ ਕਰਕੇ ਸੌ। ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ। ਲੋਕ ਕਿਹੜੇ ਡੋਲਦੇ ਨੇ ਭਲਾ, ਜਿਹੜੇ ਬਿਪਤਾ ਤੋਂ ਪਹਿਲਾਂ ਬਿਪਤਾ ਦੀ ਤਿਆਰੀ ਨਹੀਂ ਕਰਦੇ। ਸਿੱਖ ਰੋਜ਼ 16 ਸਾਹਿਬ ਦਾ ਪਾਠ ਕਿਉਂ ਕਰਦਾ ਜੀ? ਭਲਾ ਕਿਉਂ ਕਰਦਾ? ਭਲਾ ਪਤਾ ਹੈ ਸਾਨੂੰ, ਤਿਆਰੀ ਹੈ ਵੀ, ਤਿਆਰੀ ਹੈ ਵੀ। ਬੰਦਾ ਚੜ੍ਹਾਈ ਕਰਦਾ ਸੀ ਉਸ ਵੇਲੇ 16 ਸਾਹਿਬ ਪੜ੍ਹ ਕੇ ਆਉਂਦੇ, ਰੋਜ਼ ਪੜ੍ਹ ਕੇ ਸੁਣਨਾ, ਤੂੰ ਰੋਜ਼ ਪੜ੍ਹ ਕੇ ਸੁਣਨਾ। ਪਤਾ ਨਹੀਂ ਸਵੇਰੇ ਉੱਠ ਕੇ ਗੱਲਾਂ ਕਰਨੀਆਂ ਕਿਸੇ ਨੇ ਕਿ ਨਹੀਂ ਕਰਨੀਆਂ, ਪਰ ਸਾਡਾ ਫਿਰ ਉਹੋ ਹੀ ਕੰਮ, ਫਿਰ ਉਹੋ ਹੀ ਕੁਕਰਮ, ਉਹੋ ਹੀ ਅਪਰਾਧ, ਉਹੋ ਹੀ ਬੁਰੀਆਂ ਆਦਤਾਂ, ਉਹੋ ਹੀ ਬੁਰੇ ਸੰਸਕਾਰ। ਫਿਰ ਬੰਦਾ ਸੋਚਦਾ ਸਾਰਾ ਕੁਝ ਤੇਰੇ ਲਈ ਹੈ, ਮੇਰੇ ਲਈ ਥੋੜ੍ਹਾ। ਭਾਈ ਹੁਣ ਸਾਹਿਬ ਨੇ ਕਿੰਨੀਆਂ ਕੀਮਤੀ ਗੱਲਾਂ ਕਹੀਆਂ, ਕਿੰਨੀਆਂ ਕੀਮਤੀ ਵਿਚਾਰਾਂ ਕਹਿ ਕੇ ਸਮਝਾਇਆ। ਜਨਮੇ ਕੋ ਵਾਜੇ ਵਜਾਏ, ਸੋਹਲੜੇ ਅਗਿਆਨੀ ਗਾਏ ਜੋ ਜਨਮੈ ਤਿਸ ਸਰ ਪਰ ਮਰਨਾ। ਜਿਹੜਾ ਜੰਮਿਆ ਉਹਨੇ ਮਰਨਾ ਵੀ ਹੈ। ਕਿਰਤ ਪਿਆ ਸਿਰ ਸਾਹਾ ਹੈ, ਕਹਿੰਦੇ ਮਿਥਿਆ ਵਾ ਸਮਾਂ। ਫਿਰ ਕੀ ਕਰਨਾ ਜੀ ਸਾਨੂੰ ਚਾਹੀਦਾ, ਕੀ ਕਰਨਾ ਚਾਹੀਦਾ ਭਲਾ? ਜਦੋਂ ਘਰ 'ਚ ਬੱਚਾ ਬੱਚੀ ਜਨਮ ਲਵੇ, ਮਰਿਆਦਾ 'ਚ ਲਿਖਿਆ, ਜਦੋਂ ਮਾਂ ਤੁਰਨ ਫਿਰਨ ਜੋਗੀ ਹੋ ਜਾਏ, ਪਰਿਵਾਰ ਦੇਗ ਤਿਆਰ ਕਰੇ, ਗੁਰਦੁਆਰਾ ਸਾਹਿਬ ਆਏ, ਅਰਦਾਸ ਕਰੇ, ਹੇ ਸੱਚਿਆ ਪਾਤਸ਼ਾਹ ਜੋ ਵੀ ਤੁਸੀਂ, ਵੈਸੇ ਮਰਿਆਦਾ ਇਹ ਹੈ, ਹੇ ਅਕਾਲ ਪੁਰਖ ਪਰਮਾਤਮਾ ਜੀ, ਮਾਂ ਕਹੇ ਬੱਚੇ ਨੂੰ, ਹੇ ਪਰਮਾਤਮਾ ਜੀ ਤੁਸਾਂ ਧੀ ਦਿੱਤੀ, ਤੁਸਾਂ ਪੁੱਤ ਦਿੱਤਾ, ਇੱਕ ਕਾਰ ਮੇਰਾ ਬੱਚਾ ਧੁਰ ਤੋਂ ਲੈ ਕੇ ਆਇਆ ਕੇਸ, ਦੂਜਾ ਕਾਰ ਮੈਂ ਤੁਹਾਨੂੰ ਹਾਜ਼ਰ ਨਾਜ਼ਰ ਜਾਣ ਕੇ ਪਾਉਣ ਲੱਗੀ ਹਾਂ ਕੜਾ। ਹੇ ਪਰਮੇਸ਼ਰ ਦੀ ਕਿਰਪਾ ਕਰਿਓ, ਆਰੰਭ ਹੋ ਗਿਆ ਜੀਵਨ, ਧੀ ਸੀ ਪੁੱਤਰ ਸੀ। ਜਦੋਂ ਬੱਚਾ ਬੱਚੀ ਆਪ ਇਸ਼ਨਾਨ ਪਾਨ ਕਰਨ ਯੋਗੇ ਹੋ ਗਏ, ਮਾਂ ਰੇਵਦਾਰ ਕਸਹਿਰਾ ਸੀ ਕੇ ਆਪ ਦੇਵੇ ਬੱਚੇ ਨੂੰ, ਕੇਸ ਵਾਰ ਜੋਗਾ ਹੋ ਜਾਏ ਕੰਘਾ ਦੇਵੇ, ਕਿਰਪਾਨ ਦੇਣ ਦੀ ਲੋੜ ਨਹੀਂ ਅਜੇ ਮਾਂ ਨੂੰ। ਜਦੋਂ ਭੁੱਖ ਲੱਗੇਗੀ, ਰਾਤ ਦੀ ਰੋਟੀ ਪਈ ਵੀ ਬੰਦਾ ਸਵੇਰੇ ਉੱਠ ਕੇ ਖਾਂਦਾ, ਜਦੋਂ ਘਰ 'ਚ ਬੱਚਾ ਵਿਚਰੇਗਾ, ਉਹਨੇ ਵੇਖਣਾ ਡੈਡੀ ਕੋਲ ਵੀ ਹੈ, ਮੰਮੀ ਕੋਲ ਵੀ ਹੈ, ਮੇਰੀ ਵੱਡੀ ਭੈਣ ਕੋਲ ਵੀ ਹੈ, ਦਾਦੇ ਕੋਲ ਵੀ ਹੈ, ਦਾਦੀ ਕੋਲ ਵੀ ਹੈ। ਕਿਉਂ ਜੀ? ਕਿਸੇ ਪ੍ਰਚਾਰਕ ਨੂੰ ਜ਼ੋਰ ਲਾਉਣਾ ਪੈਣਾ ਬੱਚੇ ਨੂੰ ਖੰਡੇ ਦੀ ਪੌਣ ਛਕਾਉਣ ਲਈ, ਉਹਨੇ ਮਾਂ ਨੂੰ ਹੀ ਪੁੱਛ ਲੈਣਾ, ਮਾਂ
ਤੇਰੇ ਕੋਲ ਪੰਜੇ ਕਕਾਰ ਨੇ, ਮੇਰੇ ਕੋਲ ਸਿਰਫ ਚਾਰ ਹੀ ਨੇ, ਇਹ ਸ੍ਰੀ ਸਾਹਿਬ ਕਦੋਂ ਪਾਵਾਂਗਾ ਮੈਂ? ਅਤੇ ਮਾਂ ਕਹੇ ਵੀ ਪੁੱਤ ਉਹਦੇ ਵਾਸਤੇ ਪੰਜਾਂ ਪਿਆਰਿਆਂ ਕੋਲ ਜਾਣਾ ਪੈਂਦਾ ਹੈ, ਉਹਦੇ ਵਾਸਤੇ ਗੁਰੂ ਕੋਲ ਜਾਣਾ ਪੈਂਦਾ ਹੈ। ਤਿਆਰੀ ਹੋ ਗਈ ਨਾ? ਕਿਸੇ ਪ੍ਰਚਾਰਕ ਨੂੰ ਗੁਰਦੁਆਰੇ ਆਣ ਕੇ ਸਮਾਗਮ 'ਚ ਕਹਿਣਾ ਪਿਆ? ਮਾਂ ਹੀ ਪ੍ਰਚਾਰਕ ਬਣ ਗਈ ਬੱਚਿਆਂ ਵਾਸਤੇ, ਬਾਪ ਹੀ ਪ੍ਰਚਾਰਕ ਬਣ ਗਿਆ ਬੱਚਿਆਂ ਵਾਸਤੇ। ਇੱਕ ਸੰਸਕਾਰ ਨੇ, ਰੋਨੇ ਪਏ ਹਾਂ ਅਸੀਂ, ਲਾਸ਼ ਤਾਂ ਵੇਖੀ ਨਹੀਂ ਜਾਂਦੀ ਸਾਡੇ ਕੋਲੋਂ, ਚੰਗਾ ਕਰਨ ਨੂੰ ਅਸੀਂ ਤਿਆਰ ਕੋਈ ਨਹੀਂ ਹੈ। ਸਾਡੀ ਆਦਤ ਪਤਾ ਕੀ ਹੈ ਸਾਸੰਗ? ਉਹ ਕਿਸੇ ਬੰਦੇ ਨੇ ਨਾ ਗੁਆਂਢੀਆਂ ਘਰ ਗਿਆ ਅਤੇ ਗੁਲਾਬ ਦਾ ਫੁੱਲ ਬੜਾ ਵਧੀਆ ਸੀ, ਉਹਨਾਂ ਦੇ ਘਰ ਜਾ ਕੇ ਕਹਿੰਦਾ ਵੀ ਆਹ ਜਿਹੜਾ ਫੁੱਲ ਤੁਹਾਡੇ ਘਰ ਹੈ, ਇਹ ਸਾਡੇ ਘਰ ਨਹੀਂ ਖੇਡ ਸਕਦਾ? ਉਹ ਕਹਿੰਦੇ ਹਾਂ ਇਹ ਕਿਹੜਾ ਔਖਾ ਕੰਮ ਹੈ, ਬਿਲਕੁਲ ਖੇਡ ਸਕਦਾ। ਹੁਣ ਪਤਾ ਨਹੀਂ ਸੀ ਇਹਦੇ ਪਿੱਛੇ ਕਰਨਾ ਕੀ ਪੈਂਦਾ। ਉਹਨੇ ਕੀਤਾ ਵੀ ਗੁਲਾਬ ਦਾ ਫੁੱਲ ਸਮੇਤ ਮਿੱਟੀ ਸਾਰਾ ਹੀ ਉਹਨੇ ਖਾ ਕੇ ਅਤੇ ਆਪਣੇ ਘਰ ਲਿਆ ਕੇ ਬਗੀਚੇ 'ਚ ਲਾ ਤਾ। ਇੱਕ ਦਿਨ ਲੰਘਿਆ, ਦੋ ਦਿਨ ਲੰਘਿਆ, ਚਾਰ ਦਿਨ ਲੰਘੇ, ਪੰਜ, ਸੱਤ, ਅੱਠ ਦਿਨ ਗੁਲਾਬ ਦਾ ਫੁੱਲ ਝੜ ਗਿਆ। ਨਵਾਂ ਤਾਂ ਕੀ ਲੱਗਣਾ ਸੀ, ਉਹ ਪਹਿਲਾ ਸੀ ਉਹ ਵੀ ਮੁਰਝਾ ਗਿਆ। ਪੰਦਰਾਂ ਕੁ ਦਿਨਾਂ ਬਾਅਦ ਨਾ ਫਿਰ ਗੁਆਂਢੀਆਂ ਘਰ ਗਿਆ, ਕਹਿੰਦਾ ਵੀ ਕਮਾਲ ਦੀ ਗੱਲ ਹੈ ਵੀ ਤੁਹਾਡੇ ਘਰ ਤੁਹਾਡੀ ਬਗੀਚੀ 'ਚ ਬੜਾ ਸੋਹਣਾ ਗੁਲਾਬ ਦਾ ਫੁੱਲ ਖਿੜਿਆ, ਜਦੋਂ ਮੇਰੇ ਘਰ ਜਾ ਕੇ ਵੇਖਿਆ ਤੇ ਨਵੇਂ ਤਾਂ ਕੀ ਲੱਗਣਾ ਸੀ, ਪਹਿਲੇ ਵੀ ਮੁਰਝਾ ਗਿਆ। ਉਹ ਆਉਂਦਾ ਮੈਂ ਤੇਰੇ ਘਰ ਜਾ ਕੇ ਵੇਖਣਾ। ਜਾ ਕੇ ਵੇਖਿਆ ਤੇ ਥੱਲਿਓਂ ਧਰਤੀ ਸੁੱਕੀ ਪਈ। ਉਹ ਆਉਂਦਾ ਵੀ ਪਿਆਰਿਆ ਤੂੰ ਗੁਲਾਬ ਦਾ ਫੁੱਲ ਤੇ ਆਪਣੇ ਘਰ ਲਾ ਲਿਆ, ਨਾ ਤਾਂ ਤੂੰ ਪਾਣੀ ਪਾਇਆ ਇਹਨੂੰ, ਨਾ ਤੂੰ ਇਹਨੂੰ ਗੋਡੀ ਕੀਤੀ। ਕਹਿੰਦੇ ਬਗੀਚੇ ਬਣਾਉਣ ਵਾਸਤੇ ਨਾ ਟਾਈਮ ਦੇਣਾ ਪੈਂਦਾ, ਇਹਦੇ ਵਿੱਚ ਇੱਕ ਦੋ ਵਾਰ ਚੱਕਰ ਲਾਉਣਾ ਪੈਂਦਾ, ਵਾਧੂ ਘਾਹ ਹੋਵੇ ਪੁੱਟਣਾ ਪੈਂਦਾ, ਗੋਡੀ ਕਰਨੀ ਪੈਂਦੀ, ਟਾਈਮ ਸਿਰ ਪਾਣੀ ਪਾਉਣਾ ਪੈਂਦਾ, ਤਾਂ ਜਾ ਕੇ ਫੁੱਲ ਖਿੜਦੇ ਨੇ, ਤਾਂ ਇਹਨਾਂ ਵਿੱਚੋਂ ਸੁਗੰਧੀ ਆਉਂਦੀ। ਕਹਿੰਦਾ ਅੱਛਾ ਟਾਈਮ ਦੇਣਾ ਪੈਂਦਾ, ਮੈਂ ਸੋਚਿਆ ਉੱਦਾਂ ਹੀ ਜਾ ਕੇ ਲਾ ਦੀ ਇਹ ਗੱਲ ਬਣ ਜਾਂਦੀ ਹੈ। ਜਦੋਂ ਕਿਸੇ ਦਾ ਬੱਚਾ ਅਸੀਂ ਕਿਤੇ ਕੀਰਤਨ ਕਰਦਿਆਂ ਵੇਖਦੇ ਹਾਂ, ਪਾਠ ਕਰਦਿਆਂ ਵੇਖਦੇ ਹਾਂ, ਕਵਿਤਾ ਬੋਲਦੇ ਵੇਖਦੇ ਹਾਂ, ਗੁਰਦੁਆਰੇ ਚੌਂਕੜੀ ਮਾਰ ਕੇ ਬੈਠ, ਸਾਡਾ ਵੀ ਚਿੱਤ ਕਰਦਾ ਇੱਦਾਂ ਦਾ ਗੁਲਾਬ ਦਾ ਫੁੱਲ ਸਾਡੇ ਘਰ ਵੀ ਖਿੜੇ, ਸਾਡਾ ਮਾਂ ਦਾ ਚਿੱਤ ਕਰਦਾ ਇੱਦਾਂ ਦਾ ਸਾਡੇ ਘਰ ਵੀ ਹੋਵੇ। ਪਰ ਮਾਂ ਨੂੰ ਇਹ ਨਹੀਂ ਪਤਾ ਵੀ ਉਸ ਮਾਂ ਨੇ ਟਾਈਮ ਦਿੱਤਾ, ਉਸ ਬਾਪ ਨੇ ਟਾਈਮ ਦਿੱਤਾ, ਤੁਸੀਂ ਜੇ ਟਾਈਮ ਦੇਣ ਨੂੰ ਤਿਆਰ ਹੀ ਨਹੀਂ, ਤੁਸੀਂ ਤਾਂ ਕਹਿੰਦੇ ਉੱਤੋਂ ਹੀ ਪੈਰਾਸੂਟਰਾਂ ਹੀ ਸਿੱਖੀ ਆਣ ਡੇ ਸਾਡੇ ਘਰ। ਸਾਡੇ ਲੋਕ ਪਤਾ ਕਹਿੰਦੇ ਨੇ ਉੱਤੋਂ ਪੈਰਾਸੂਟਰਾਂ ਹੀ ਨਾ ਉੱਤੋਂ ਦੀ, ਜਿਵੇਂ ਆਪ ਅਸੀਂ ਮਹਾਰਾਜ ਸਰੂਪ ਅਤੇ ਫੁੱਲ ਸੁੱਟਦੇ, ਇੱਦਾਂ ਸਿੱਖੀ ਸਾਡੇ ਘਰ ਉੱਤੋਂ ਡਿੱਗ ਪਏ ਆਣ ਕੇ ਸਿੱਧੀ। ਆਹ ਗਰੋਸਰੀ ਜਿਹੜੀ ਅਸੀਂ ਆਪਣੇ ਘਰ ਕਿਚਨ ਦਾ ਸਮਾਨ ਵਰਤਦੇ ਹੋ, ਆਟਾ ਦਾਲ ਸਬਜ਼ੀਆਂ, ਕਿਉਂ ਜੀ ਸਟੋਰ ਤੋਂ ਆਪ ਲਿਆਉਣਾ ਪੈਂਦਾ ਕਿ ਆਪੇ ਆ ਜਾਂਦਾ ਘਰ? ਦੱਸੋ ਸਾਸੰਗ ਜੀ, ਇਹ ਸਭ ਕੁਝ ਲਿਆਉਣਾ ਪੈਂਦਾ ਨਾ, ਦੁਨੀਆਂ ਦਾ ਹਰ ਸਮਾਨ ਲਿਆਉਣਾ ਪੈਂਦਾ। ਸਿੱਖੀ ਬਾਰੇ ਪਤਾ ਕਹਿੰਦੇ ਨੇ, ਅੱਛਾ ਵਿੱਦਿਆ ਵੀ ਆ ਤੁਹਾਡੇ ਬੱਚਿਆਂ ਦੀ, ਜਿਹੜੀ ਵਿੱਦਿਆ ਹੈ, ਜਿਹੜੀ ਐਜੂਕੇਸ਼ਨ ਹੈ, ਇਹ ਵੀ ਲਿਆਉਣੀ ਪੈਂਦੀ ਹੈ ਨਾ ਘਰ, ਇਹਦੇ ਵਾਸਤੇ ਸਕੂਲ 'ਚ ਐਡਮਿਸ਼ਨ ਲੈਣੀ ਪੈਂਦੀ ਹੈ। ਜਦੋਂ ਸਿੱਖੀ ਦੀ ਗੱਲ ਆਉਂਦੀ ਪਤਾ ਕਹਿੰਦੇ ਨੇ, ਆਪੇ ਮਹਾਰਾਜ ਨੇ ਕਿਰਪਾ ਕਰ ਦੇਣੀ ਹੈ। ਅੱਛਾ ਉਹ ਕਿੱਦਾਂ ਕਰੇਗਾ ਜੀ ਭਲਾ? ਆ ਕਿਸੇ ਨਸ਼ਾ ਪੀਣ ਵਾਲੇ ਨੂੰ ਪੁੱਛ ਕੇ ਦੇਖੋ, ਭਾਈ ਛੱਡ ਦੇ, ਕਹਿੰਦਾ ਜਿੱਦਣ ਕਿਰਪਾ ਕੀਤੀ ਛੱਡ ਦੇਣੀ। ਅੱਛਾ ਬੋਤਲ ਚੁੱਕਣਾ ਆਏਗਾ ਹੁਣ ਮਹਾਰਾਜ ਤੇਰੇ ਅੱਗੇ? ਕਿਉਂ ਜੀ ਮਹਾਰਾਜ ਬੋਤਲ ਚੁੱਕਣਾ ਆਏਗਾ ਹੁਣ? ਇਹਨਾਂ ਦੇ ਮਹਾਰਾਜ ਕੋਲ ਟਾਈਮ ਹੈ ਨਹੀਂ ਵੀ ਇਕੱਲੇ ਇਕੱਲੇ ਦੇ ਘਰ ਜਾਵੇ, ਉਪਦੇਸ਼ ਹੀ ਹੈ ਸਾਰਿਆਂ ਵਾਸਤੇ, ਉਪਦੇਸ਼ ਹੈ ਭਾਈ, ਸਿੱਖਿਆ ਹੈ, ਲੈ ਜਾਏਗਾ ਤੇਰੀ ਮਰਜ਼ੀ ਨਾ ਲੈ ਜਾਏਗਾ ਤੇਰੀ ਮਰਜ਼ੀ, ਇੱਥੇ ਗੁਰੂ ਸਾਹਿਬ ਨੇ ਕੋਈ ਉਲਾਮਾ ਥੋੜ੍ਹਾ ਦੇਣਾ, ਇੱਥੇ ਤੇਰੀ ਆਪਣੀ ਮਰਜ਼ੀ ਹੈ। ਗੁਰਦੁਆਰਾ ਸਿੱਖਿਆ ਦਾ ਕੇਂਦਰ ਇੱਥੋਂ ਆਣ ਕੇ ਸੰਸਕਾਰ ਲੈਣੇ, ਅਪਰਾਧ ਹੈ ਜੀਵਨ ਦਾ ਸਭ ਤੋਂ ਵੱਡਾ ਕੀਤਾ ਵੀ ਜੋ ਦਾਤਾਂ ਮਿਲੀਆਂ ਸੀ ਅਸੀਂ ਉਹਦਾ ਸ਼ੁਕਰਾਨਾ ਨਾ ਕਰ ਸਕੇ, ਉਲਟਾ ਉਹ ਉਲਾਮਾ ਦੇਣ ਆਏ ਸੀ ਮੈਨੂੰ ਆਹ ਨਹੀਂ ਮਿਲਿਆ, ਮੈਨੂੰ ਆਹ ਨਹੀਂ ਮਿਲਿਆ। ਮਾਫ ਕਰਨਾ, ਗੁੱਸਾ ਨਾ ਮਨਾਇਓ, ਅਸੀਂ ਅੱਜ ਕੱਲ੍ਹ ਗੁਰਦੁਆਰੇ ਦੇ ਵਿੱਚ ਵੀ ਰਾਜਨੀਤੀ ਖੇਡ ਰਹੇ ਹਾਂ, ਇੱਥੋਂ ਆਣ ਕੇ ਬੱਚਿਆਂ ਬਾਰੇ ਉਲਾਮਾ ਦਿੰਦੇ, ਅਸੀਂ ਬੱਚਿਆਂ ਨੂੰ ਉਲਾਮਾ ਦਿੰਦੇ, ਅਸੀਂ ਬੱਚੇ ਇੰਝ ਕਰਦੇ, ਬੱਚੇ ਇੰਝ ਕਰਦੇ ਨੇ, ਇੱਥੋਂ ਤਾਂ ਚੰਗਾ ਕੁਝ ਸਿੱਖਣਾ ਆਣ ਕੇ ਸਿੱਖ ਨੇ, ਇੱਥੋਂ ਤਾਂ ਛਾਲ ਕਪਟ ਵਾਲ ਆਣ ਕੇ ਅਸੀਂ ਆਪਣੇ ਜੀਵਨ 'ਚੋਂ ਬਾਹਰ ਕੱਢਣੇ ਨੇ, ਇੱਥੋਂ ਤੱਕ ਨਿਮਰਤਾ ਲੈ ਕੇ ਆਉਣੀ, ਸੱਚਾ ਪਾਤਸ਼ਾਹ ਗੁਣ ਲੈਣ ਆਏ ਹਾਂ ਅਸੀਂ ਆਪਣੇ ਜੀਵਨ। ਯੂਟਿਊਬ 'ਤੇ ਜਾ ਕੇ ਵੇਖੋ ਕੀ ਕੁਝ ਬਣਿਆ ਪਿਆ ਸਾਡੇ ਸਮਾਜ ਦੇ ਵਿੱਚ,
ਗੁਰਦੁਆਰੇ ਲੜਾਈਆਂ ਦੇ ਅੱਡੇ ਬਣ ਗਏ ਨੇ। ਸਿਆਣਪ ਵਰਤ ਕੇ ਆਪਣੇ ਜੀਵਨ ਨੂੰ ਖੂਬਸੂਰਤ ਬਣਾਈਏ। ਜਿਵੇਂ ਅਸੀਂ ਆਪਣੇ ਘਰ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹਾਂ, ਅਸੀਂ ਆਪਣੇ ਘਰ ਨੂੰ ਗਾਂ ਅਸੀਂ ਆਪਣੇ ਵੇਖੋ ਅਸੀਂ ਘਰ ਕਿੰਨਾ ਸੋਹਣਾ ਬਣਾਉਂਦੇ ਹਾਂ। ਜਦੋਂ ਅਸੀਂ ਆਪਣਾ ਘਰ ਬਣਾਉਂਦੇ, ਖਾਸ ਕਰਕੇ ਬਾਹਰਲੀਆਂ ਕੰਟਰੀਆਂ 'ਚ, ਜਦੋਂ ਅਸੀਂ ਆਪਣੇ ਘਰ ਵਿੱਚ ਪ੍ਰਵੇਸ਼ ਕਰਦੇ ਹਾਂ, ਜਿੰਨਿਆਂ ਨੇ ਵੀ ਜੋੜੇ ਪਾਏ ਤੇ ਸਾਰੇ ਦਰਵਾਜ਼ੇ 'ਤੇ ਲਾ ਜਾਂਦੇ ਨੇ। ਪਹਿਲਾਂ ਕਿਉਂ ਲਾਉਂਦੇ ਆਪਾਂ ਵੀ ਘਰ ਸਾਫ਼ ਸੁਥਰਾ ਰਹੇ, ਸਫਾਈ ਕਰਨੀ ਸੌਖੀ ਰਹੂਗੀ ਸਾਨੂੰ, ਵੀ ਬਾਹਰੋਂ ਜਿਹੜੀ ਡਸਟ ਆਉਣੀ ਹੈ, ਮਿੱਟੀ ਆਉਣੀ, ਬਾਹਰ ਹੀ ਲੈ ਜਾਏ, ਪੈਰ ਸਾਫ਼ ਸੁਥਰੇ ਲੈ ਕੇ ਅੰਦਰ। ਇਸ ਵਾਸਤੇ ਨਾ ਘਰ ਸਾਫ਼ ਸੁਥਰਾ ਰਹੇ। ਜੇ ਅਸੀਂ ਘਰ ਸਾਫ਼ ਸੁਥਰਾ ਚਾਹੁੰਦੇ ਹਾਂ ਤਾਂ ਗੁਰਦੁਆਰਾ ਵੀ ਸਾਫ਼ ਸੁਥਰਾ ਚਾਹੀਦਾ, ਇੱਥੋਂ ਦਾ ਵਾਤਾਵਰਨ ਸਾਫ਼ ਸੁਥਰਾ ਚਾਹੀਦਾ, ਸਾਡੇ ਪੁੱਤਰ ਧੀਆਣ ਕੇ ਚੰਗੀ ਖੁਸ਼ਬੂ ਲੈ ਕੇ ਜਾਣ, ਉਹਨਾਂ ਨੂੰ ਸਿੱਖੀ ਬਾਰੇ ਪਤਾ ਲੱਗ ਸਕੇ, ਸਿੱਖੀ ਸਿਧਾਂਤ ਬਾਰੇ ਪਤਾ ਲੱਗ ਸਕੇ, ਸਿੱਖੀ ਵਿਚਾਰ, ਛਾਲ, ਕਪਟ, ਫਰੇਬ, ਪਤਾ ਨਹੀਂ ਕਿੰਨਾ ਕਿੰਨਾ ਜੀਵਨ ਦੇ ਵਿੱਚ ਟਿਕਿਆ ਹੋਇਆ। ਨਿਊਜ਼ੀਲੈਂਡ ਇੱਕ ਮਾਤਾ ਨੇ ਆਉਣਾ ਗੁਰਦੁਆਰੇ ਮੱਥਾ ਟੇਕਣ, ਉਹਨੇ ਆਣ ਕੇ ਨਾ ਗੁਰਦੁਆਰੇ ਜਦੋਂ ਡਾਲਰ ਪਾਉਣਾ, ਭੈਣਾਂ ਕੋਲ ਗੱਲਾਂ ਕਰਨੀਆਂ, ਉਹਨੇ ਭੈਣਾਂ ਕੋਲ ਉਹਨੂੰ ਕਹਿਣਾ, ਭੈਣ ਜੀ ਤੁਸੀਂ ਕਿਉਂ ਆਉਂਦੇ ਜੀ ਗੁਰਦੁਆਰੇ? ਕਹਿੰਦੀ ਤਾਂ ਉਹਨੇ, ਚਲੋ ਗੁਰੂ ਘਰ ਦੀ ਮਦਦ ਹੋ ਜਾਂਦੀ ਇੰਨੇ ਘਰ ਬਹਾਨੇ, ਜਦੋਂ ਗੁਰਦੁਆਰੇ ਡਾਲਰ ਪਾਈ ਦਾ ਇੰਨੇ ਬਹਾਨੇ ਗੁਰਦੁਆਰੇ ਲੰਗਰ ਚੱਲਦਾ ਰਹਿੰਦਾ। ਉਹ ਵਿਚਾਰੇ ਨੂੰ ਇਹ ਭੁਲੇਖਾ ਸੀ ਵੀ ਮੇਰੇ ਡਾਲਰ ਨਾਲ ਲੰਗਰ ਚੱਲਦਾ ਹੈ। ਇਹ ਅਕਬਰ ਨੂੰ ਵੀ ਭੁਲੇਖਾ ਸੀ ਕਈ ਵਾਰੀ, ਕਦੀ ਜ਼ਿੰਦਗੀ 'ਚ ਚੀਜ਼ ਲੈ ਕੇ ਨਾ ਆਇਓ, ਜੀਵਨ ਤਬਾਹ ਹੋ ਜਾਏਗਾ। ਨਾ ਨਾ ਨਾ, ਭਲਿਆ ਤੂੰ ਕੀ, ਤੂੰ ਗੁਰੂ ਨੂੰ ਚਲਾਉਣ ਵਾਲਾ? ਇਹ ਤਾਂ ਵੱਡੇ ਵੱਡੇ ਬਾਦਸ਼ਾਹ ਆਏ ਨੇ, ਇੱਥੇ ਤਾਂ ਨਿਮਰਤਾ ਲੈ ਕੇ ਆਉਣੀ, ਆਪਣੇ ਜੀਵਨ ਵਿੱਚ ਸਿੱਖਿਆ ਲੈਣੀ ਹੈ। ਉਹ ਤਾਂ ਤੇਰੇ ਕੋਲੋਂ ਸੇਵਾ ਲੈ ਰਿਹਾ ਹੈ, ਉਹ ਤਾਂ ਜੇ ਉਹ ਬਚਿੱਤਰ ਸਿੰਘ ਦੇ ਕੋਲੋਂ ਥਾਪੜਾ ਦੇ ਕੇ ਹਾਥੀ ਦਾ ਮੁਕਾਬਲਾ ਕਰਾ ਸਕਦਾ? ਜੋ ਤੈਨੂੰ ਮਿਲਿਆ ਤੂੰ ਧੰਨਵਾਦ ਕਰ ਸੱਚਿਆ ਪਾਤਸ਼ਾਹ, ਮੇਰੇ ਕੋਲੋਂ ਤੂੰ ਲੈ ਰਿਹਾ, ਸੇਵਾ ਕਰੋ, ਉਦਮ ਕਰੋ, ਕਰਾਵੋ ਠਾਕੁਰ, ਕਰਨਾ ਮੈਂ ਕਰਾਉਣਾ ਤੁਸੀਂ ਹੈ ਮੇਰੇ ਕੋਲੋਂ। ਜਿਸ ਦਿਨ ਅਸੀਂ ਆਪਣੇ ਜੀਵਨ ਨੂੰ ਸਵਾਰਨਾ ਸ਼ੁਰੂ ਕਰ ਦਿੱਤਾ ਨਾ, ਸਮਝ ਆਉਣੀ ਸ਼ੁਰੂ ਹੋ ਗਈ ਸਾਨੂੰ, ਸਾਡੇ ਬੱਚੇ ਛਾਲਾਂ ਮਾਰ ਮਾਰ ਕੇ ਗੁਰੂ ਦੀ ਗੋਦ ਵਿੱਚ ਆਣ ਕੇ ਬਹਿਣਗੇ। ਅਸੀਂ ਅਜੇ ਆਪਣੇ ਬੱਚਿਆਂ ਸਾਹਮਣੇ ਵਧੀਆ ਰੋਲ ਮਾਡਲ ਪੇਸ਼ ਤਾਂ ਕਰ ਸਕੇ, ਤਾਂ ਹੀ ਉਲਾਮਾ ਦਿੰਦੇ, ਜਿਹੜੀ ਵੱਡੀ ਉਮਰ ਦੇ ਨੇ ਆਣ ਕੇ ਗੁਰਦੁਆਰੇ ਬਹਿੰਦੇ ਨੇ, ਬੱਚੇ ਆਣ ਕੇ ਬਹਿੰਦੇ ਨੇ, ਬੱਚੇ ਕਹਿੰਦੇ ਕੀ ਲੈਣ ਜਾਈਏ ਅਸੀਂ ਗੁਰਦੁਆਰੇ, ਉਹ ਤੋਂ ਸਾਨੂੰ ਮਿਲਦਾ ਕੀ ਹੈ? ਬੱਚਿਆਂ ਨੇ ਪ੍ਰਚਾਰ ਨਹੀਂ ਵੇਖਣਾ, ਬੱਚਿਆਂ ਨੇ ਸਾਡਾ ਵਿਹਾਰ ਵੇਖਣਾ, ਉਹਨਾਂ ਸਾਡਾ ਵਿਹਾਰ ਵੇਖਣਾ। ਉਹ ਅੱਗੇ ਉਹ ਕਹਿੰਦੇ ਨੇ, ਮੰਮੀ ਜੀ ਤੁਸੀਂ ਕਹਿੰਦੇ ਗੁਰਦੁਆਰੇ ਜਾਓ, ਦਾਦਾ ਜੀ ਨੂੰ 40 ਸਾਲ ਜਾਂਦਿਆਂ ਹੋ ਗਏ, ਉਹਨਾਂ ਵਿੱਚ ਕੋਈ ਫਰਕ ਨਹੀਂ ਪਿਆ। ਜਿੱਦਣ ਦਾਦੇ 'ਚ ਫਰਕ ਪੈ ਗਿਆ, ਦਾਦੀ 'ਚ ਫਰਕ ਪੈ ਗਿਆ, ਬੱਚੇ ਨੇ ਤਾਂ ਆਪਣੇ ਆਪ ਗੁਰੂ ਕੋਲ ਆਉਣਾ ਸ਼ੁਰੂ ਕਰ ਦੇਣਾ, ਉਹਨਾਂ ਦੇ ਘਰ ਕੋਲੋਂ ਸਿੱਖਿਆ ਲੈਣੀ। ਅਜੇ ਜੀਵਨ ਦਾ ਅਪਰਾਧ ਦੇ ਕੇ ਅਸੀਂ ਚੰਗੇ ਸੰਸਕਾਰ ਸਿੱਖਣ ਨੂੰ ਤਿਆਰ ਨਹੀਂ। ਜਿਹੜੀ ਮੈਂ ਗੱਲ ਪਹਿਲਾਂ ਕਹੀ ਸੀ, ਅਸੀਂ ਗੱਲ ਵੀ ਕਹੀ ਸੀ ਵੀ ਸਿੱਖਣ ਵਾਸਤੇ ਨਹੀਂ ਹੁੰਦੇ, ਸਿਖਾਉਣ ਵਾਸਤੇ ਹੁੰਦੇ। ਭਾਂਡਾ ਤਾਂ ਪਹਿਲਾਂ ਬੜਾ ਭਰਿਆ ਪਿਆ, ਇੱਥੇ ਬਾਣੀ 'ਚ ਲਿਖਿਆ ਨਾ, ਸਭ ਤੋਂ ਪੂਰਾ ਆਪੇ ਹੋਵੇ, ਪੜੋ ਜੀ, ਸਭ ਤੋਂ ਪੂਰਾ ਘੱਟ ਨਾ ਕੋਈ ਆਖ ਹੈ। ਕਹਿੰਦੇ ਸਾਰੇ ਤਾਂ ਪੂਰੇ ਬਣ ਕੇ ਆਉਂਦੇ ਨੇ, ਘੱਟ ਤਾਂ ਕੋਈ ਕਹਿੰਦਾ ਹੀ ਨਹੀਂ, ਇੱਥੇ ਘੱਟ ਬਣ ਕੇ ਆਉਣਾ। ਸੱਚਿਆ ਪਾਸ ਤੂੰ ਸਮਰੱਥ ਵੱਡਾ ਮੇਰੀ ਮੱਤ ਥੋੜ੍ਹੀ ਨਾ, ਤੁਸੀਂ ਸਮਰੱਥ ਹੋ ਮੇਰੀ ਮੱਤ ਥੋੜ੍ਹੀ ਹੈ, ਮੈਂ ਤੁਹਾਡੇ ਕੋਲ ਅਕਲ ਲੈਣ ਆਇਆ, ਮੈਂ ਤੁਹਾਡੇ ਕੋਲ ਸਮਤ ਲੈਣਾ, ਜ਼ਿੰਦਗੀ ਜਿਉਣ ਦਾ ਤਰੀਕਾ ਸਿਖਾਇਆ ਪਾਤਸ਼ਾਹ, ਮੈਂ ਜ਼ਿੰਦਗੀ ਨੂੰ ਕਿਵੇਂ ਜਿਉਣਾ ਹੈ, ਕਿਵੇਂ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਹੈ, ਕਿਵੇਂ ਆਪਣੇ ਜੀਵਨ ਨੂੰ ਸਵਾਰਾਂਗਾ, ਕਿਵੇਂ ਮੇਰਾ ਜੀਵਨ ਵਧੀਆ ਬਣੇ, ਇਹ ਅਰਦਾਸ ਸਤਿਗੁਰ ਦੇ ਚਰਨਾਂ ਵਿੱਚ ਕਰਨ ਦੀ ਜ਼ਰੂਰਤ ਹੈ। ਇਹੋ ਗੱਲ ਹੀ ਬਾਬੇ ਕਬੀਰ ਜੀ ਨੇ ਕਹੀ ਹੈ, ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜਿਸ ਪ੍ਰਭੂ ਨੇ ਜੀਉ ਜਿੰਦ ਪਿੰਡ ਸਰੀਰ ਥਾ ਦੀਆ ਤਿਸ ਕੀ ਪਾਓ ਭਗਤ ਨਹੀਂ ਸਾਦੀ। ਉਹਦਾ ਸ਼ੁਕਰਾਨਾ ਨਹੀਂ ਕੀਤਾ, ਉਹਦਾ ਧੰਨਵਾਦ ਨਹੀਂ ਕੀਤਾ, ਹੇ ਪ੍ਰਮਾਤਮਾ ਤੁਸੀਂ ਸਾਨੂੰ ਪੁੱਤਰ ਧੀ ਦਿੱਤੇ ਨੇ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡਾ ਸ਼ੁਕਰਾਨਾ ਕਰਦੇ ਹਾਂ, ਇਹ ਬੱਚੇ ਤੁਹਾਡੇ ਨਾਲ ਜੁੜੇ ਰਹਿਣ, ਇਹ ਜ਼ਰੀਆ ਬਣ, ਅਸੀਂ ਤੁਹਾਡੇ ਨਾਲ ਜੁੜੇ ਰਹੀਏ, ਅਸੀਂ ਤੁਹਾਡੇ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਲਾਗੂ ਕਰ ਸਕੀਏ। ਕਮਨ ਕਾਜ ਸਿਰਜੇ ਜਗ ਪੀਤਰ ਸ਼ਬਦ ਦਾ ਪਹਿਲਾ ਬਣ। ਸਾਨੂੰ ਤਾਂ ਅਜੇ ਤੱਕ ਇਹ ਨਹੀਂ ਪਤਾ ਲੱਗਾ ਅਸੀਂ ਦੁਨੀਆਂ 'ਤੇ ਆਏ ਕਿਉਂ ਹੈ, ਪੁੱਛ ਕੇ ਵੇਖੋ ਬੰਦੇ ਨੂੰ ਵੀ ਦੁਨੀਆਂ 'ਤੇ ਲੈਣ ਕੀ ਆਇਆ, ਉਹ ਕਹਿੰਦਾ ਖਾਓ ਪੀਓ ਬਸ, ਇਹ ਜਗ ਮਿੱਠਾ ਅੱਗੇ ਕਹਿੰਦਾ ਡਿੱਟਾ, ਜੀਵਨ ਸਵਾਰ ਪਿਆ ਰਿਹਾ, ਐਸਾ ਜੀਵਨ ਜੀਵ ਕੇ ਜਾ
ਤੂੰ ਮਰ ਜਾਏ ਪਰ ਸਰੀਰ ਦੁਆਰਾ ਕੀਤੇ ਹੋਏ ਕੰਮ ਕਦੀ ਨਾ ਮਰਨ। ਯਾਦ ਰੱਖਣਾ ਆ ਨੁਕਤਾ, ਵੇਖੋ ਕਿੱਡਾ ਪਿਆਰਾ ਬਾਣੀ ਦਾ। ਕਹਿੰਦੇ ਸਰੀਰ ਨੇ ਖਤਮ ਹੋ ਜਾਣਾ ਪਰ ਅਸੀਂ ਸਰੀਰ ਦੁਆਰਾ ਕੰਮ ਐਸੇ ਕਰ ਜਾਓ ਤੁਹਾਡੇ ਕੰਮ ਦੁਨੀਆਂ 'ਤੇ ਬੋਲਣ। ਸਰੀਰ ਨੇ ਤਾਂ ਖਤਮ ਹੋ ਜਾਣਾ ਪਰ ਸਰੀਰ ਦੁਆਰਾ ਕੀਤੇ ਹੋਏ ਕੰਮ ਦੁਨੀਆਂ ਤੋਂ ਕਦੀ ਨਹੀਂ ਜਾਂਦੇ। ਸਰੀਰ ਗੁਰੂ ਨਾਨਕ ਸਾਹਿਬ ਦਾ ਅੱਜ ਸਾਡੇ ਵਿੱਚ ਨਹੀਂ ਹੈ ਪਰ ਗੁਰੂ ਨਾਨਕ ਸਾਹਿਬ ਦੇ ਕੀਤੇ ਹੋਏ ਪ੍ਰਚਾਰ ਦੌਰੇ ਉਹਨਾਂ ਦੇ ਸਰੀਰ ਦੁਆਰਾ ਉਚਾਰਨ ਕੀਤੀ ਬਾਣੀ ਤੇ ਅੱਜ ਸਾਡੇ ਕੋਲ ਹੈ। ਬਾਬਾ ਫਤਿਹ ਸਿੰਘ ਸਰੀਰ ਕਰਕੇ ਤਾਂ ਸਾਡੇ ਕੋਲ ਨਹੀਂ ਹੈਗੇ ਪਰ ਸਰੀਰ ਦੁਆਰਾ ਪਾਏ ਹੋਏ ਪੂਰਨੇ ਅੱਜ ਸਾਡੇ ਕੋਲ ਨੇ। ਜਿਤਨਾ ਵੀ ਜਿੰਨਾ ਸਿੱਖਾਂ ਦੇ ਸੀ ਨਾਲ ਇਹਨੇ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਕੀ ਅਰਥ ਹੈ ਜੀ ਭਲਾ। ਸਰੀਰ ਅੱਜ ਉਹਨਾਂ ਦੇ ਸਾਡੇ ਵਿੱਚ ਨਹੀਂ ਪਰ ਸਰੀਰ ਦੁਆਰਾ ਕੀਤੇ ਹੋਏ ਕਰਮ ਅੱਜ ਵੀ ਅੱਜ ਸਾਡੇ ਵਿੱਚ ਹਨ। ਹਰ ਬੰਦਾ ਸੋਚੇ ਮੈਂ ਦੁਨੀਆਂ ਜਦੋਂ ਜਾਣਾ ਨਾ ਮੈਂ ਇੱਦਾਂ ਦਾ ਮਾਹੌਲ ਛੱਡ ਕੇ ਜਾਣਾ ਵੀ ਸਰੀਰ ਦੁਆਰਾ ਚੰਗੇ ਕੰਮ ਮੇਰੇ ਬੋਲਣ ਦੁਨੀਆਂ ਵਿੱਚੋਂ। ਹੁਣ ਜਿਸ ਬੰਦੇ ਨੇ ਦੁਨੀਆਂ 'ਤੇ ਸਵਾਰਿਆ ਕੁਝ ਨਹੀਂ, ਲੋਕ ਚੰਗੇ ਨੂੰ ਵੀ ਯਾਦ ਕਰਦੇ ਨੇ, ਲੋਕ ਬੁਰੇ ਨੂੰ ਵੀ ਯਾਦ ਕਰਦੇ ਨੇ। ਤੁਹਾਡੇ ਸਾਹਮਣੇ ਇੱਕ ਸੀਨ ਪੇਸ਼ ਕਰਨਾ ਚਾਹੁੰਦਾ। ਔਰੰਗਾਬਾਦ ਦੀ ਧਰਤੀ 'ਤੇ ਔਰੰਗਜ਼ੇਬ ਦੀ ਮਜ਼ਾਰ ਹੈ ਜਿੱਥੇ ਔਰੰਗਜ਼ੇਬ ਨੂੰ ਦਫਨਾਇਆ ਗਿਆ ਸੀ ਔਰੰਗਾਬਾਦ। ਪਿਛਲੇ ਦਿਨੀ ਅਖਬਾਰ 'ਚ ਇੱਕ ਆਰਟੀਕਲ ਆਇਆ, ਔਰੰਗਜ਼ੇਬ ਸਮੇਂ ਦਾ ਬਾਦਸ਼ਾਹ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਸ਼ਹੀਦ ਕੀਤਾ ਉਹਨੇ ਦਿੱਲੀ ਦੀ ਧਰਤੀ 'ਤੇ। ਔਰੰਗਜ਼ੇਬ ਦੀ ਮਜ਼ਾਰ ਦੇ ਲਾਗੇ ਨਾ ਭਿਖਾਰੀ ਭੀਖ ਮੰਗ ਰਹੇ ਨੇ, ਅਖਬਾਰ 'ਚ ਆਰਟੀਕਲ ਆਇਆ ਵੀ ਭਿਖਾਰੀ ਭੀਖ ਮੰਗ ਰਹੇ ਨੇ। ਜਦੋਂ ਭੀਖ ਮੰਗ ਰਹੇ ਨੇ ਤਾਂ ਕਿਸੇ ਨੇ ਪੁੱਛਿਆ ਵੀ ਤੁਸੀਂ ਭੀਖ ਮੰਗ ਕਿਉਂ ਰਹੇ ਹੋ? ਕਹਿੰਦੇ ਔਰੰਗਜ਼ੇਬ ਦੀ ਮਜ਼ਾਰ 'ਤੇ ਦੀਵਾ ਜਗਾਉਣਾ। ਦੇਸ਼ ਦਾ ਬਾਦਸ਼ਾਹ ਹੋਵੇ ਕਦੀ ਉਹਦੀ ਮਜ਼ਾਰ 'ਤੇ ਦੀਵਾ ਜਗਾਉਣ ਲਈ ਭੀਖ ਮੰਗ ਕੇ ਦੀਵੇ 'ਚ ਤੇਲ ਪਾਉਣਾ ਪੈ ਰਿਹਾ ਹੈ, ਪਰ ਜਿਹਦੇ ਰਾਜ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਉਹਦੇ ਦਰ 'ਤੇ 24 ਘੰਟੇ ਦੀਵਾਲੀ ਹੈ। ਫਰਕ ਵੇਖੋ ਕੀ ਹੈ, ਉਹ ਸਮੇਂ ਦਾ ਬਾਦਸ਼ਾਹ ਹੈ ਪਰ ਉਹਦੇ ਮਜ਼ਾਰ 'ਤੇ ਦੀਵਾ ਜਗਾਉਣ ਲਈ ਭਿਖਾਰੀਆਂ ਨੂੰ ਪੈਸੇ ਮੰਗਣੇ ਪੈ ਰਹੇ ਨੇ ਵੀ ਦੀਵੇ 'ਚ ਤੇਲ ਪਾਉਣ ਲਈ ਸਾਨੂੰ 2 ਰੁਪਈਏ ਦੇ ਦਿਓ। ਅਤੇ ਜਿਸ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਹਨੇ ਆਪਣੇ ਗਰੂਰ ਵਿੱਚ ਨਸ਼ੇ ਵਿੱਚ ਆਣ ਕੇ ਸ਼ਹੀਦ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਤੇਰੇ ਦਰ ਦੇ ਉੱਤੇ ਸਾਨੂੰ ਸੀਸ ਚੁਕਾਉਣ ਵਾਸਤੇ ਭੀਖ ਮੰਗਣੀ ਨੇ ਪੈ ਰਹੀ, ਤੇਰੇ ਦਰ 'ਤੇ ਹਰ ਇੱਕ ਦਾ ਆਣ ਕੇ ਸੀਸ ਆਪਣੇ ਆਪ ਚੁੱਕ ਜਾਂਦਾ ਹੈ। ਕੰਮ ਬੋਲਦੇ ਨੇ, ਔਰੰਗਜ਼ੇਬ ਨੇ ਸਰੀਰ ਦੁਆਰਾ ਕੀਤੇ ਹੋਏ ਕੁਕਰਮ ਵੀ ਬੋਲਦੇ ਨੇ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੀਰ ਦੁਆਰਾ ਕੀਤੇ ਹੋਏ ਪਰਉਪਕਾਰ ਵੀ ਬੋਲਦੇ। ਇਸ ਕਰਕੇ ਫਿਰ ਇਹ ਸਾਖੀਆਂ ਇਸ ਵਾਸਤੇ ਹੁੰਦੀਆਂ, ਹੇ ਬੰਦਿਆ ਤੈਨੂੰ ਕਿਸੇ ਨੇ ਨਹੀਂ ਕਹਿਣਾ ਤੂੰ ਨੇਕੀ ਕਰ ਬਦੀ ਕਰ, ਤੇਰੀ ਆਪਣੀ ਮਰਜ਼ੀ ਹੈ, ਤੇਰੇ ਅੰਦਰ ਕੋਈ ਗੁਰਮਤ ਘੋਟ ਕੇ ਥੋੜ੍ਹਾ ਪਾ ਸਕਦਾ, ਪਰ ਯਾਦ ਰੱਖੀ ਜਦੋਂ ਮਰੇਗਾ ਨਾ ਉਦੋਂ ਲੋਕਾਂ ਤੈਨੂੰ ਯਾਦ ਕਰਨਾ। ਕੋਈ ਪਰਉਪਕਾਰੀ ਮਰਦਾ ਲੋਕ ਉਹਨੂੰ ਵੀ ਯਾਦ ਕਰਦੇ ਨੇ, ਕੋਈ ਬਦਕਾਰੀ ਕਰਕੇ ਮਰਦਾ ਲੋਕ ਉਹਨੂੰ ਵੀ, ਘਰ ਤੋੜਨ ਵਾਲਿਆਂ ਨੂੰ ਵੀ ਲੋਕ ਯਾਦ ਕਰਦੇ ਨੇ ਅਤੇ ਘਰ ਜੋੜਨ ਵਾਲਿਆਂ ਨੂੰ ਵੀ ਲੋਕ। ਪਿੰਡਾਂ ਵਿੱਚ ਹੁੰਦੇ ਨੇ ਨਾ ਕਈ ਬੰਦੇ ਵੀ ਦੋ ਭਰਾਵਾਂ 'ਚ ਲੜਾਈ ਪੈ ਜਾਵੇ ਅਤੇ ਉਹਨਾਂ ਵਿੱਚ ਸੁਲਾਹ ਕਰਾਉਣ ਵਾਲੇ ਨੂੰ ਵੀ ਲੋਕ ਯਾਦ ਕਰਦੇ ਵੀ ਚੰਗਾ ਬੰਦਾ ਦੁਨੀਆਂ ਤੋਂ ਚਲਾ ਗਿਆ। ਅਤੇ ਐਸੇ ਬੰਦੇ ਵੀ ਹੁੰਦੇ ਜਿਹਨਾਂ ਕੋਲ ਨਾਲੇ ਚਾਹ ਦਾ ਕਾਪੀ ਆਉਣਾ, ਨਾਲੇ ਭਰਾ ਨਾਲ ਲੜਾ ਆਉਣਾ, ਇੱਦਾਂ ਦੇ ਕੰਮ ਵੀ ਬੰਦੇ ਕਰਦੇ ਨੇ ਕਿ ਵੀ ਨਾਲੇ ਚਾਹ ਪੀ ਜਾਣੀ ਹੈ ਅਤੇ ਨਾਲੇ ਗੱਲਾਂ ਕਰੀ ਜਾਣੀਆਂ ਨਿੱਕੀਆਂ ਨਿੱਕੀਆਂ ਵੀ ਇਹਨਾਂ ਵਿੱਚ ਬਟਵਾਰਾ ਕਿਵੇਂ ਕਰਾਉਣਾ, ਇਹਨਾਂ ਦੇ ਸਿਰ ਕਿੰਦਾ ਪੜਵਾਉਣੇ ਨੇ, ਨਾਲੇ ਚਾਹ ਪੀ ਲੈਣੀ ਹੈ। ਵੈਸੇ ਇਹਨਾਂ ਇਹ ਜ਼ਿਕਰ ਸਤਿਗੁਰ ਨੇ ਬਾਣੀ 'ਚ ਕੀਤਾ ਵੀ ਉਹ ਸੁੱਕੇ ਰੁੱਖ ਦੀ ਤਰ੍ਹਾਂ ਹੁੰਦੇ ਨੇ, ਸੁੱਕਾ ਰੁੱਖ ਧਰਤੀ 'ਤੇ ਥੋੜ੍ਹੀ ਖਲੋਤਾ ਖਲੋਤਾ ਵੇਖਿਆ, ਧਰਤੀ 'ਤੇ ਉੱਗਦਾ ਵੀ ਹੈ ਅਤੇ ਖਲੋਤਾ ਖਲੋਤਾ ਸੁੱਕ ਜਾਂਦਾ, ਧਰਤੀ ਨਾਲ ਨਾਤਾ ਤੋੜ, ਮਨਮੁੱਖ ਉਹਦੇ ਸੁੱਕ ਗਏ। ਮਨਮੁੱਖ ਬੰਦਾ ਸੁੱਕੇ ਰੁੱਖ ਵਰਗਾ ਜਿਹੜਾ ਧਰਤੀ 'ਤੇ ਉੱਗਿਆ ਸੀ ਪਰ ਧਰਤੀ ਨਾਲੋਂ ਨਾਤਾ ਤੋੜ ਬੈਠਾ, ਨਾ ਫਲ ਅਤੇ ਨਾ ਛਾਂ, ਐਸੇ ਰੁੱਖਾਂ ਨੂੰ ਨਾ ਫਲ ਲੱਗਦਾ ਅਤੇ ਨਾ ਐਸੇ ਰੁੱਖ ਕਿਸੇ ਨੂੰ ਛਾਂ ਦੇ ਸਕਦੇ ਨੇ। ਇੱਕੇ ਕੰਮ ਹੀ ਆਉਂਦੇ ਨੇ, ਕਿਹੜੇ ਭਲਾ ਕੱਟੀਆਂ ਤਿੰਨ ਅਤੇ ਜਲ ਗਏ।
ਉਹ ਡੱਕੇ ਬਣਾ ਕੇ ਨਾ ਗੱਟੇ ਬਣਾ ਕੇ ਭੱਠੀਆਂ ਵਿੱਚ ਅੱਗ ਬਾਲਣ ਦੇ ਕੰਮ ਆਉਂਦੇ ਨੇ। ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਕਿਸੇ ਦਾ ਘਰ ਵਸਾ ਤਾਂ ਨਹੀਂ ਸਕਦਾ, ਹਾਂ ਅੱਗ ਲਾਉਣ ਦੇ ਕੰਮ ਜ਼ਰੂਰ ਆਉਂਦਾ। ਉਹ ਅੱਗ ਲਾ ਸਕਦਾ ਕਦੀ ਕਿਸੇ ਘਰ ਅੱਗ ਲਾ ਦੇ, ਕਦੀ ਕਿਸੇ ਘਰ ਅੱਗ ਲਾ ਦੇਗਾ। ਹੁਣ ਐਸੇ ਬੰਦੇ ਇਹ ਸੰਸਾਰ 'ਤੇ ਬਿਰਤੀਆਂ ਨੇ। ਮਹਾਰਾਜ ਕਹਿੰਦੇ ਚੰਗਾ ਜੀਵਨ ਜੀਉ ਤਾਂ ਕਿ ਤੇਰਾ ਜੀਵਨ ਖੂਬਸੂਰਤ ਬਣ ਸਕੇ। ਕਵਨ ਕਾਜ ਸਿਰਜੇ ਜਗ ਪੀਤਰ, ਕਿਸ ਵਾਸਤੇ ਦੁਨੀਆਂ 'ਤੇ ਆਇਆ? ਪਹਿਲਾ ਸਵਾਲ ਹੈ ਤੇਰਾ, ਤੂੰ ਕਾਹਦੇ ਲਈ ਆਇਆ ਦੁਨੀਆਂ 'ਤੇ? ਜਨਮ ਕਵਨ ਫਲ ਪਾਇਆ, ਜਨਮ ਲੈ ਕੇ ਕਿਹੜੇ ਫਲ ਦੀ ਪ੍ਰਾਪਤ? ਜਦੋਂ ਤੋਂ ਜੰਮਿਆ ਅੱਜ ਤੱਕ ਕੰਮ ਗਿਣਾ, ਆਪਣੇ ਜੋੜ ਘਟਾਓ ਕਰ। ਜਦੋਂ ਤੋਂ ਜਨਮ ਲਿਆ ਅੱਜ ਤੱਕ ਕਿਹੜੇ ਚੰਗੇ ਕੰਮ ਕੀਤੇ ਨੇ ਤੂੰ, ਜਿਹਨਾਂ 'ਤੇ ਤੂੰ ਮਾਣ ਕਰ ਸਕੇ, ਜਿਹਨਾਂ 'ਤੇ ਤੇਰੀ ਪਤਨੀ ਮਾਣ ਕਰ ਸਕੇ, ਜਿਹਨਾਂ 'ਤੇ ਤੇਰਾ ਪਤੀ ਮਾਣ ਕਰ ਸਕੇ, ਜਿਹਨਾਂ 'ਤੇ ਤੇਰੇ ਮਾਂ ਬਾਪ ਮਾਣ ਕਰਨ ਵੀ ਆਹ ਕੰਮ ਮੇਰੇ ਬੱਚੇ ਨੇ ਬੜਾ ਵਧੀਆ ਕੀਤਾ? ਜੋੜ ਘਟਾਓ ਕਰਕੇ ਵੇਖ। ਕਵਨ ਕਾਜ ਸਿਰਜੇ ਜਗ ਪੀਤਰ, ਜਨਮ ਕਵਣ ਫਲ ਪਾਇਆ, ਪਾਵਨ ਤਰਨ ਤਾਰਨ ਚਿੰਤਾ ਮਨ। ਇਹ ਸੰਸਾਰ ਡਰਾਂ ਦਾ ਸਮੁੰਦਰ ਹੈ, ਇਹਦੇ ਵਿੱਚ ਦੁਨੀਆਂ ਡੁੱਬਦੀ ਜਾ ਰਹੀ ਹੈ, ਪਰ ਜਿਹੜਾ ਪਰਮੇਸ਼ਰ ਇਸ ਡਰ ਤੋਂ ਬਚਾਉਣ ਵਾਲਾ, ਇੱਕ ਨਿਮੁਖ ਨਏ ਮਨ ਲਾਇਆ, ਇੱਕ ਨਿਮੁਖ ਮਾਤਰ ਵੀ ਉਹ ਸੱਚ ਨਾਲ ਮੈਂ ਮਨ ਨਾ ਲਾਇਆ, ਕੀ ਕੀਤਾ? ਪਰ ਧਨ ਆਇਆ ਵਾ ਗੁਣ। ਕਦੀ ਬੰਦਾ ਪਰਾਇਆ ਧਨ ਵੇਖ ਕੇ ਮਰ ਜਾਂਦਾ, ਪਰਾਇਆ ਧਨ ਵੇਖ ਕੇ, ਇਹ ਵੀ ਮੌਤ ਹੈ। ਸਰੀਰ ਦੀ ਮੌਤ ਇੱਕ ਵਾਰ ਹੋਣੀ ਹੈ, ਮਨ ਪਤਾ ਨਹੀਂ ਕਿੰਨੀ ਵਾਰ ਦਿਨ 'ਚ ਮਰਦਾ। ਪਰ ਧਨ ਜਿਹੜੀ ਆਇਆ ਹੁਣ, ਪਰ ਧਨ ਪਰਾਇਆ ਧਨ, ਕਦੀ ਪਰਾਇਆ ਧਨ ਵੇਖ ਕੇ ਮਰਦਾ, ਕਦੀ ਪਰਾਇਆ ਧਨ ਵੇਖ ਕੇ ਮਰਦਾ। ਕਬੀਰ ਮਰਤਾ ਮਰਤਾ ਜਗ ਮੂਆ, ਮਰ ਪੀ ਨਾ ਜਾਣਿਆ ਕੋਏ। ਸਾਰੀ ਦੁਨੀਆਂ ਮਰ ਰਹੀ ਹੈ, ਕੋਈ ਕਿਸੇ ਦਾ ਘਰ ਵੇਖ ਕੇ ਮਰੀ ਜਾਂਦਾ, ਕੋਈ ਕਿਸੇ ਦਾ ਤਨ ਵੇਖ ਕੇ ਮਰੀ ਜਾਂਦਾ। ਮੌਤ ਵੇਖੋ ਕਿੱਡੇ ਪ੍ਰਕਾਰ ਦੀ, ਕਿੰਨੇ ਪ੍ਰਕਾਰ ਦੀ ਮੌਤ ਹੈ ਬੰਦੇ ਦੇ ਜੀਵਨ ਦੇ ਵਿੱਚ। ਪਰ ਧਨ ਪਰ ਤਨ ਪਰ ਤੀ ਨਿੰਦਾ, ਪਰ ਅਪਵਾਦ ਨ ਛੂਟੇ ਆਵਾਗਮਨ। ਆਪਾਂ ਜਦੋਂ ਬੰਦਾ ਮਰਦਾ ਕਹਿੰਦੇ ਨਾ ਆਵਾਗਮਨ ਤੋਂ ਬਚਾਓ, ਮਾਰ ਕਹਿੰਦੇ ਆਵਾਗਮਨ ਵਿੱਚ ਤਾਂ ਜਿਉਂਦੇ ਪਿਆ ਹੋਇਆ। ਕਦੀ ਕਿਸੇ ਦਾ ਪਰਾਇਆ ਧਨ ਵੇਖ ਕੇ ਮਰ ਜਾਂਦਾ, ਕਦੀ ਪਰਾਇਆ ਧਨ ਵੇਖ ਕੇ ਮਰ ਜਾਂਦਾ, ਕਹਿੰਦਾ ਆਹ ਚੀਜ਼ ਮੇਰੇ ਕੋ ਹੋਵੇ ਕਿਤੇ। ਪਰ ਧਨ ਪਰ ਤਨ ਪਰ ਤੀ ਨਿੰਦਾ, ਪਰ ਅਪਵਾਦ ਨਾ ਛੂਟ। ਹੁਣ ਗੋਰੇ ਨੇ ਅੰਗਰੇਜ਼ ਲੋਕ, ਜਿੰਨਾ ਕੁ ਸਮਾਂ ਮੈਨੂੰ ਇਹਨਾਂ ਕੰਟਰੀਆਂ 'ਚ ਘੁੰਮਦੇ ਹੋਗੇ, ਇੱਕ ਚੀਜ਼ ਤਾਂ ਮੈਂ ਨੋਟ ਕੀਤੀ ਹੈ, ਤੁਹਾਡੇ ਲਾਗੂ ਦੇ ਲੰਘ ਮੁਸਕਰਾ ਕੇ ਲੰਘ ਦਿੰਦੇ ਨਾ। ਵੇਖਿਆ ਗੋਰਾ ਭਾਵੇਂ ਬਜ਼ੁਰਗ ਹੋਵੇ 70 ਸਾਲ ਦਾ, ਸਮੈਲ ਦੇ ਕੇ ਹੱਸ ਕੇ ਲੰਘਣਗੇ ਤੁਹਾਡੇ ਲਾਗੂ। ਅਸੀਂ ਉੱਥੇ ਨਿਊਜ਼ੀਲੈਂਡ ਕਈ ਵਾਰੀ ਵੇਖਣਾ, ਪਾਰਕ ਨੂੰ ਜਾਣਾ, ਜਿੰਨੇ ਵੀ ਗੋਰੇ ਲਾਗੂ ਨੂੰ ਲੰਘਣੇ, ਉਹਨਾਂ ਐਂ ਹੱਸ ਕੇ ਲੰਘਣਾ। ਉਹ ਪੰਜਾਬੀ ਮਿਲਣਾ, ਉਹ ਜਿਵੇਂ ਕਰੇਲਿਆਂ ਦਾ ਜੂਸ ਪੀ ਕੇ ਕਰਵਾਇਆ, ਵੀ ਤੂੰ ਹੀ ਹੱਸਦਾ ਭੱਲਿਆ, ਵੀ ਤੂੰ ਤੈਨੂੰ ਫਤਿਹ ਬਣਾ ਦਾਂਗੇ ਅਸੀਂ। ਇਹ ਭੁੱਖ ਦੀ ਵੇਖੋ, ਭਲੇ ਪੰਜਾਬੀ ਹਾਂ, ਫੰਬੜੀ ਇੱਕ ਦਿਨ ਅੱਖਾਂ ਵਿੱਚ ਅੱਖਾਂ 'ਚ ਅੱਖਾਂ ਪਾਓ, ਫਤਿਹ ਬੁਲਾਓ, ਪਤਾ ਨਹੀਂ ਕੀ ਹੋ ਜਾਣਾ। ਹੁਣ ਇਹਨਾਂ ਗੋਰੇ ਲੋਕਾਂ ਨੇ ਕੋਈ ਪਾਠ ਤਾਂ ਨਹੀਂ ਕੀਤਾ ਕੋਈ, ਪਰ ਨਿਜਮ ਵੇਖੋ ਇਹਨਾਂ 'ਤੇ ਕਿੱਡੇ ਕਮਾਲ, ਹੱਥ ਹੱਥ ਟੱਚ ਕਰ ਦਿੰਦੇ ਨਾ ਸੌਰੀ, ਅਸੀਂ ਨਾਸਾਂ ਪੜ ਕੇ ਵੀ ਸੌਰੀ ਨਹੀਂ ਕਹਿੰਦੇ। ਸਾਡੀ ਹਾਲਤ ਵੇਖੋ, ਅਸੀਂ ਕਿੱਥੇ ਕਰੋ ਤੇ, ਇਹਨਾਂ ਕੋਲ ਗੁਣ ਸਿੱਖਣ ਦੀ ਜ਼ਰੂਰਤ ਹੈ। ਠੀਕ ਹੈ ਇਹਨਾਂ ਦਾ ਕਲਚਰ ਸਾਡੇ ਨਾਲ ਮੇਲ ਨਹੀਂ ਖਾਂਦਾ, ਠੀਕ ਹੈ ਇਹਨਾਂ ਦਾ ਕਲਚਰ, ਇਹਨਾਂ ਦਾ ਜਿਹੜਾ ਸਿਸਟਮ ਹੈ, ਜੋ ਇਹਨਾਂ ਦਾ ਸਮਾਜ ਦਾ ਵਿਹਾਰ ਹੈ, ਕੁਝ ਗੱਲਾਂ ਮੇਲ ਨਹੀਂ ਖਾਂਦੀਆਂ, ਪਰ ਕੁਝ ਗੱਲਾਂ ਵੇਖੋ ਤੁਹਾਡੇ ਵੱਲ ਵੇਖ ਕੇ ਵੀ ਐਂ ਚਿਹਰੇ 'ਤੇ ਮੁਸਕਰਾਹਟ ਹੋਏਗੀ ਇਹਨਾਂ ਦੀ। ਸਾਡੇ ਹੱਥ ਹੋ ਗਈ ਦੁਆਈ ਰੱਬ ਦੀ, ਪਤਾ ਨਹੀਂ ਅਸੀਂ ਕਿਹੋ ਜਿਹਾ ਸੰਸਾਰ 'ਤੇ ਜੀਵਨ ਲੈ ਕੇ ਆਏ ਹਾਂ। ਸਾਡੇ ਲਾ ਕੇ ਗੁਆਂਢੀ ਹੋਏਗਾ, ਉਹਦੇ ਵੇਖ ਕੇ ਘੁਰੀ ਜਾਵਾਂਗੇ, ਹੈ ਗੱਡੀ ਲਾਇਆ ਨਹੀਂ, ਹੱਦ ਹੋ ਗਈ। ਗੱਡੀ ਇਟਲੀ ਆਈ ਹੋਏਗੀ, ਅਸੀਂ ਅਮੈਰੀਕਾ ਬੈਠੇ ਹੋਵਾਂਗੇ, ਮਾਸੀ ਦੇ ਲੜਕੇ ਨੇ ਫੋਨ ਕਰਤਾ, ਰਾਤ ਸੌਣ ਲੱਗਿਆ ਵੀ ਮੈਂ 2 ਨਵੇਂ ਟਰੱਕ ਪਾਲੇ ਨੇ, ਉਹਨੇ ਟਰੱਕ ਉੱਥੇ ਪਾਲੇ ਨੇ, ਸਾਨੂੰ ਨਹੀਂ ਦੇ, ਇੱਥੇ ਨਹੀਂ ਆ ਰਹੀ ਰਾਤ। ਹੱਦ ਹੋ ਗਈ, ਇਕੱਠੇ ਬਾਹਰ ਆਏ ਸੀ, ਪਤਾ ਨਹੀਂ ਕਿੱਦਾਂ ਟਰੱਕ ਪਾਈ ਜਾਂਦੇ ਨੇ।
ਆ ਹੈ ਜੇ ਅਸੀਂ ਇਹ ਵਿਸਰ ਗਈ ਸਭ ਤਾਤ ਪਰਾਇ, ਗੁਰਦੁਆਰੇ ਵੀ ਜਾਣਾ, ਥਾਲੀਆਂ ਵੀ ਮੱਝ ਜਾਣੀਆਂ, ਭਾਂਡੇ ਵੀ ਮੱਝ ਜਾਣੇ ਨੇ, ਲੰਗਰ ਵੀ ਬਣਾਈ ਜਾਣਾ, ਸਭ ਕੁਝ ਕਰੀ ਜਾਣਾ, ਦੇਗ ਤੇ ਫਤਿਹ ਵੀ ਕਹੀ ਜਾਣਾ, ਝੂਲ ਤੇ ਨਿਸ਼ਾਨ ਵੀ ਕਹੀ ਜਾਣੇ ਨੇ, ਪੰਥ ਮਹਾਰਾਜ ਕੇ, ਪਰ ਤੁਹਾਡੇ ਦੇ ਨਿਸ਼ਾਨ ਨਾ ਝੂਲੇ, ਪੰਥ ਮਹਾਰਾਜ ਦੇ ਝੂਲਦੇ ਰਹਿਣਗੇ ਰਹਿਣਗੇ, ਪਰ ਆਪਾਂ ਤਾਂ ਜ਼ਿੰਦਗੀ 'ਚ ਕੁਝ ਨਾ ਸਵਾਰਿਆ ਸੀ ਅਤੇ ਉੱਥੇ ਦੇ ਉੱਥੇ ਖਲੋਤੇ ਹਾਂ। ਬਾਣੀ 'ਚ ਲਿਖਿਆ ਕਾਂਢਣਾ ਮਹਿਲਾ ਪੰਜਵਾਂ, ਵਿਸਰ ਗਈ ਸਭ, ਪੜ੍ਹੋ ਜੀ, ਵਿਸਰ ਗਈ ਸਭ ਤਾਤ ਪਰਾਈ। ਈਰਖਾ ਬੰਦਾ ਕਿਹਦੇ ਨਾਲ ਕਰਦਾ ਭਲਾ? ਜਿੰਨਾ ਨਿਕਟਵਰਤੀ ਹੋਏਗਾ ਉਹਦੇ ਨਾਲ ਈਰਖਾ ਕਰਦਾ। ਤੁਹਾਡਾ ਲਾਗੇ ਗੋਰਾ ਰਹਿੰਦਾ, ਤੁਸੀਂ ਨਵੀਂ ਗੱਡੀ ਲੈ ਕੇ ਆਏ, ਗੋਰਾ ਤੁਹਾਨੂੰ ਸਮਾਇਲ ਦੇਵੇਗਾ, ਕਿਆ ਬਾਤ ਹੈ, ਕਿੰਨਾ ਮੈਨੂੰ ਲੱਗਿਆ ਵੀ ਖੁਸ਼, ਵਧੀਆ ਗੱਲ, ਚੰਗੀ ਗੱਲ। ਸਾਡਾ ਰਿਸ਼ਤੇਦਾਰ, ਸਾਡਾ ਆਪਣਾ ਰਿਸ਼ਤੇਦਾਰ, ਆਪਣਾ ਜਾਣ ਵਾਲਾ, ਉਹ ਸਾਡੇ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਬੈਠਾ, ਜੇ ਉਹਨੂੰ ਪਤਾ ਲੱਗ ਜਾਵੇ ਉਹਨੇ ਉੱਥੇ ਰਹਿ ਜਾਣਾ, ਅਸੀਂ ਇੱਥੇ ਰਹਿ ਜਾਣਾ, ਕੀ ਫਾਇਦਾ ਹੈ ਭਲਾ ਸਾਡੇ ਜੀਵਨ ਦਾ? ਕੀ ਸਾਰਿਆ ਕੀ ਇਸ ਜੀਵਨ ਦੇ ਵਿੱਚ ਕੀ ਸਿੱਖਿਆ ਲਈ? ਜਾਦੂ ਟੂਣੇ ਜੰਤਰ ਮੰਤਰ ਤਾਗੇ ਤਵੀਤ, ਅਸੀਂ ਕਿੱਥੇ ਖਲੋਤੇ ਹਾਂ ਭਲਾ? ਬਣ ਦਾ ਜੀਵਨ ਸੁਧਾਰਨ ਵਾਸਤੇ ਸੀ, ਕਿੱਦੀ ਜ਼ਿੰਦਗੀ ਜਿਉਣੀ ਸੀ, ਕਿਵੇਂ ਜੀਵਨ ਨੂੰ ਖੂਬਸੂਰਤ ਬਣਾਉਣਾ ਸੀ ਅਸੀਂ? ਜਿਹੜੇ ਨਿਯਮ ਇਹਨਾਂ ਦੇਸ਼ਾਂ ਵਿੱਚ ਲਾਗੂ ਹੋਏ ਨੇ, ਤੁਸੀਂ ਬਾਣੀ ਪੜ੍ਹ ਕੇ ਵੇਖੋ, ਇਹੋ ਜਿਹੇ ਸੰਸਾਰ ਤੇ ਨਿਯਮ ਸਿਖਾਉਂਦੀ ਹੈ ਸਾਨੂੰ ਸੱਚੇ ਪਾਤਸ਼ਾਹ ਦੀ ਬਾਣੀ। ਮੈਂ ਅਮੈਰੀਕਾ ਦੇ ਸਿੱਖਾਂ ਨੂੰ ਕਿਹਾ ਸੀ, ਮੈਂ ਕਿਹਾ ਗੋਰਿਆਂ ਨੂੰ ਗੁਰੂ ਦਾ ਸਿਧਾਂਤ ਦੱਸ ਦਿਓ, ਇਹਨਾਂ ਪਤਾ ਕੀ ਕਹਿਣਾ? ਉਹਨਾਂ ਕਹਿਣਾ ਭਾਲਿਓ, ਇਹ ਸਿਧਾਂਤ ਤੁਸੀਂ ਆਪਣੇ ਦੇਸ਼ ਵਿੱਚ ਲਾਗੂ ਕਰਦੇ, ਤੁਹਾਨੂੰ ਸਾਡੇ ਦੇਸ਼ ਵਿੱਚ ਆਉਣ ਦੀ ਲੋੜ ਨਹੀਂ ਸੀ ਪੈਣੀ, ਅਸੀਂ ਵੀਜ਼ੇ ਲੈ ਕੇ ਤੁਹਾਡੇ ਦੇਸ਼ 'ਚ ਆਇਆ ਕਰਨਾ ਸੀ, ਪਰ ਅਸੀਂ ਤਾਂ ਨਿਸ਼ਾਨ ਸਾਹਿਬ ਵੱਡੇ ਵੱਡੇ ਲਾਲ ਹੈ, ਚੌਰ ਦੂਰੇ ਦੂਰੇ ਉਹ ਕਰਦੇ ਹਾਂ, ਨਮਸਕਾਰਾਂ ਕਰਦੇ ਹਾਂ, ਪਾਲਕੀਆਂ ਟੁੱਟੀ ਜਾਂਦੇ ਹਾਂ, ਪਰ ਮਹਾਰਾਜ ਕੋ ਅਕਲ ਲੈਣ ਨੂੰ ਤਿਆਰ ਅਸੀਂ ਬਿਲਕੁਲ ਵੀ ਤਿਆਰ ਨਹੀਂ ਹਾਂ। ਪਹਿਲੀ ਗੱਲ ਤਾਂ ਅਸੀਂ 70-80 ਸਾਲ ਮਹਾਰਾਜ ਸਰੂਪੀ ਸਾਧਾਂ ਦੇ ਹਵਾਲੇ ਕਰਤਾ, ਜਿਹਨਾਂ ਚਿਮਟੇ ਬੜੀ ਜ਼ੋਰ ਜ਼ੋਰ ਨਾਲ ਖੜਕਾਏ ਮਹਾਰਾਜ ਦੇ ਲਾਗੇ, ਖੜਤਾਲਾਂ ਖੜਕਾਈਆਂ, ਟੱਲੀਆਂ ਵਜਾਈਆਂ, ਕਮਲੇ ਬੋਰੇ ਜੇ ਕਰਕੇ ਸਾਨੂੰ ਘਰ ਨੂੰ ਤੋੜਤਾ, ਨਾ ਸਾਨੂੰ ਸਮਝ ਆਈ ਵੀ ਗੁਰਮਤਿ ਕੀ ਸੀ। ਬਾਣੀ ਦੀ ਵਿਚਾਰ ਸਮਝ ਸਿਧਾਂਤ 38 ਪੌੜੀਆਂ ਨੇ, ਰੋਜ਼ ਇੱਕ ਪੌੜੀ ਦੇ ਅਰਥ ਵੀ ਕਰੀਏ ਤਾਂ 38 ਦਿਨ ਲੰਘ ਜਾਂਦੇ ਨੇ। ਅੱਜ ਪੁੱਛ ਲਓ ਸਿੱਖ ਨੂੰ, ਭਾਈ ਕਿੰਨੇ ਸਾਲ ਹੋ ਗਏ ਪਾਠ ਕਰਦੇ, ਜਪਜੀ ਸਾਹਿਬ ਦੀ ਪਹਿਲੀ ਪੌੜੀ ਦੇ ਅਰਥ ਆਉਂਦੇ ਨੇ? ਚੁੱਪ ਕਰ ਜਾਏਗਾ, ਨਹੀਂ ਆਉਂਦੇ ਜੀ, ਬਸ ਪੜ੍ਹੀ ਜਾਂਦੇ ਅਸੀਂ। ਤੁਸੀਂ ਤਾਂ ਟੀ ਵੀ ਦਾ ਚੈਨਲ ਵੀ ਨਹੀਂ ਵੇਖਦੇ ਜਿਹੜੀ ਤੁਹਾਨੂੰ ਸਮਝ ਨਾ ਆਉਂਦੀ ਹੋਵੇ, ਤੁਸੀਂ ਘਰ 'ਚ ਟੀ ਵੀ ਵੇਹਦੇ ਹੋ, ਜਿਹੜੇ ਚੈਨਲ ਦੀ ਤੁਹਾਨੂੰ ਸਮਝ ਆਉਂਦੀ ਉਹ ਵੇਖ ਲਿਓ ਨਾ, ਅਖਬਾਰ ਦੇ ਉੱਤੇ ਨਿਊਜ਼ ਉਹ ਪੜ੍ਹਦੇ, ਸਮਝ ਆ ਰਹੀ ਹੈ? ਇੰਨੇ ਸਾਲ ਹੋ ਗਏ ਪਾਠ ਕਰਦੇ, ਕਦੀ ਕੋਸ਼ਿਸ਼ ਕੀਤੀ ਸਮਝ ਕੇ ਪੜ੍ਹੀਏ? ਬਸ ਪੜ੍ਹੀ ਜਾਂਦੇ, ਮੁੰਡਾ ਸੰਤੋਖ ਸ਼ਰਮ ਪਤ ਚੋਲੀ ਧਿਆਨ ਕੀ ਕਰੇ। ਜਿੱਦਣ ਪੜ੍ਹਾਂਗੇ ਨਾ, ਜਿੱਦਣ ਪੜ੍ਹਾਂਗੇ, ਨਾਲ ਨਾਲ ਸਮਝ ਆਉਣੀ ਸ਼ੁਰੂ ਹੋ ਜਾਏਗੀ, ਬਾਣੀ ਕੁਝ ਹੋਰ ਕਹਿ ਰਹੀ, ਮੈਂ ਕੁਝ ਹੋਰ ਕਰ ਰਿਹਾ, ਇਹ ਜਿਹੜਾ ਆਵਾਗੋਣ ਦਾ ਚੱਕਰੇ 'ਚੋਂ ਮੁਕਤ ਹੋ ਜਾਵਾਂਗੇ। ਪਰ ਧਨ ਪਰ ਧਨ ਪਰ ਤੀ ਨਿੰਦਾ, ਪਰ ਅਪਵਾਦ ਨਾ ਛੂਟੇ ਆਵਾਗਮਨ, ਹੋਤ ਹੈ ਫੁਨ ਫੁਨ। ਆਵਾਗਮਨ ਫੁਨ ਫੁਨ ਹੋ ਰਿਹਾ, ਸਕਿੰਡ ਸਕਿੰਡ ਵਿੱਚ ਬੰਦਾ ਮਰ ਰਿਹਾ। ਇਹ ਪ੍ਰਸੰਗ ਨਾ ਤੂੰ, ਇਹ ਪ੍ਰਸੰਗ ਤਾਂ ਟੁੱਟਦਾ ਹੀ ਨਹੀਂ ਮਹਾਰਾਜ, ਕਿੰਨੀ ਅਜੀਬ ਅਰਦਾਸ ਹੋਵੇਗੀ ਜਿਉਂਦੇ ਸਿੱਖ ਮਹਾਰਾਜ ਨੂੰ ਆਣ ਕਰੇ, ਮਹਾਰਾਜ ਮੇਰਾ ਆਵਾਗਮਨ ਕੱਟ ਦਿਓ। ਜਿਉਂਦਿਆਂ ਕਵੇ ਸੱਚੇ ਪਾਤਸ਼ਾਹ, ਕਦੀ ਮੈਂ ਕਿਸੇ ਦਾ ਤਨ ਵੇਖ ਕੇ ਮਰ ਜਾਂਦਾ, ਕਦੀ ਕਿਸੇ ਦਾ ਧਨ ਵੇਖ ਕੇ ਮਰ ਜਾਂਦਾ, ਮੈਨੂੰ ਇਸ ਆਵਾਗਮਨ ਦੇ ਚੱਕਰਾਂ 'ਚੋਂ ਮੁਕਤ ਕਰੋ। ਜਿਉਂਦੇ ਕਹਿਣ ਦੀ ਲੋੜ ਹੈ, ਜਿਉਂਦੇ ਮੁਕਤ ਹੋ ਜਾ, ਮਗਰੋਂ ਕੋਈ ਅਰਦਾਸ ਨਾ ਵੀ ਕਰੇ ਫਰਕ ਨਹੀਂ ਪੈਂਦਾ। ਤੁਸੀਂ ਜਿਉਂਦੇ ਵੱਡੇ ਵੱਡੇ ਘੱਲੂਘਾਰਿਆਂ ਦੇ ਵਿੱਚ 30,000 ਵੱਡੇ ਘੱਲੂਘਾਰੇ ਸਿੱਖਾਂ ਨੇ ਸ਼ਹਾਦਤ ਜਾਮ ਪੀਤਾ, 30,000 ਅਰਦਾਸ ਥੋੜ੍ਹਾ ਕੀਤੀ ਕਿਸੇ ਨੇ, ਉਹਦਾ ਜੀਵਨ ਹੀ ਅਰਦਾਸ ਬਣ ਚੁੱਕਾ ਸੀ। ਸੋਰੀ ਜ਼ਿੰਦਗੀ, ਬੰਦਾ ਕੋਈ ਕਰਮ ਕਰਕੇ ਮਰ ਜਾਂਦਾ, ਮਗਰੋਂ ਅਸੀਂ ਕਿੱਲੀ ਜਾਂਦੇ, ਜ਼ੋਰ ਲਾਈ ਜਾਂਦੇ, ਮਹਾਰਾਜ ਨੂੰ ਚਰਨਾ 'ਚ ਨਿਵਾਸ ਦੋ, ਅੱਧੇ ਪਿੰਡ ਦੇ ਪੈਸੇ ਲੈ ਕੇ ਮਰਿਆ ਹੁੰਦਾ, ਜਿਹਨਾਂ ਦੇ ਪੈਸੇ ਲੈ ਕੇ ਮਰਿਆ ਹੁੰਦਾ ਨਾ, ਜਿਹਨਾਂ ਦੇ ਪੈਸੇ ਲੈ ਕੇ ਉਹ ਵੀ ਵਿੱਚ ਬੈਠੇ ਹੁੰਦੇ ਨੇ, ਉਹ ਕਹਿੰਦੇ ਪਤਾ ਨਹੀਂ ਕਿਹੜੇ ਬੰਦੇ ਨੂੰ ਸੱਚਖੰਡ ਪਹੁੰਚਾਈ ਜਾਂਦੇ ਨੇ। ਇੱਥੇ ਵੱਡੇ ਵੱਡੇ ਮੰਤਰੀ ਮਰਦੇ ਨੇ ਨਾ, ਜਿਹੜੇ ਅੱਧਾ ਅੱਧਾ ਦੇਸ਼ ਖਾ ਜਾਂਦੇ ਨੇ, ਉਹਨਾਂ ਦੇ ਜਾ ਕੇ ਰਾਗੀ ਸਾਹਿਬਾਨ ਕੀਰਤਨ ਕਰ ਆਉਂਦੇ ਨੇ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਫੇੜ। ਉਹ ਪਬਲਿਕ ਬੈਠੀ ਸੋਚਦੀ ਹੁੰਦੀ ਵੀ ਜਿੱਥੇ ਜਿਹੜੇ ਦੇਸ਼ ਖਾਣ ਵਾਲਿਆਂ ਨੂੰ ਵੀ
ਗੁਰਮੁਖ ਦਾ ਸਾਧੂ ਕਿਵੇਂ ਮਿਲਦਾ? ਫਿਰ ਮੈਂ ਤੇ ਮੇਰੇ ਵਾਸਤੇ ਵਧੀਆ ਸਿੰਘਾਸਨ ਹੋਣਾ ਕੋਈ, ਕਿਉਂਕਿ ਮੈਂ ਦੋ ਚੋਂ ਬੰਦਿਆਂ ਦੇ ਪੈਸੇ ਖਾਧੇ, ਦੇਸ਼ ਖਾ ਗਏ, ਵੱਡੇ ਵੱਡੇ ਪੁਲ ਖਾ ਗਏ, ਕਿੰਨਾ ਕਿੰਨਾ ਕੁਛ ਸਮਾਜ ਘਪਲੇ ਕਰ ਗਏ ਨੇ ਸਮਾਜ ਦੇ ਵਿੱਚ, ਅੰਦਾਜ਼ਾ ਲਾ ਕੇ ਵੇਖ ਲਓ। ਪਾਗਾਂ ਵਾਲੇ ਅਸੀਂ ਜੀਵਨ ਜ਼ਿੰਦਗੀ ਜਿਉਂਦੇ ਜੀ ਆਪਣੇ ਜੀਵਨ ਨੂੰ ਸਵਾਰਨਾ ਸੀ ਸਿੱਖ ਨੇ, ਜਿਉਂਦੇ ਜੀ ਆਪਣੇ ਆਪ ਨੂੰ ਗੁਰੂ ਦੇ ਸਾਹਮਣੇ ਪੇਸ਼ ਕਰਨਾ ਸੀ, ਸੀਸੇ ਸਾਹਮਣੇ ਆਪਣੇ ਆਪ ਨੂੰ ਤਿਆਰ ਕਰਦੇ। ਪਰ ਤਨ ਪਰ ਤਨ ਪਰ ਤੀ ਨਿੰਦਾ ਪਰ ਅਪਵਾਦ ਨ ਛੂਟੈ, ਆਵਾਗਮਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨ ਟੂਟੈ ਜੇ ਕਰ ਕਥਾ ਹੋਤ ਹਰ ਸੰਤਨ। ਜਿੱਥੇ ਮਹਾਰਾਜ ਤੁਹਾਡੀ ਕਥਾ ਹੁੰਦੀ ਹੈ ਨਾ, ਜਿੱਥੇ ਤੁਹਾਡੀਆਂ ਵਿਚਾਰਾਂ, ਮੇਰਾ ਨਹੀਂ ਜਾਣ ਨੂੰ ਚਿੱਤ ਕਰਦਾ ਉੱਥੇ। ਇੱਕ ਨਿਮਖ ਨਾ ਕੀਨੋ ਮੈਂ ਫੇਰਾ, ਇੱਕ ਨਿਮਖ ਮਾਤਰ ਵੀ ਮੇਰਾ ਫੇਰਾ ਪਾਉਣ ਨੂੰ ਚਿੱਤ ਹੀ ਨਹੀਂ ਕਰਦਾ, ਤੇ ਕਿੱਥੇ ਜਾਣ ਨੂੰ ਜੀ ਕਰਦਾ? ਪਰ ਸੁਣਿਓ, ਲੰਪਟ ਚੋਰ ਦੂਤ ਮਤਵਾਰੇ, ਜਿੱਥੇ ਚੋਰ ਰਹਿੰਦੇ, ਜਿੱਥੇ ਸ਼ਰਾਬੀ ਨਸ਼ੇੜੀ ਬਲਾਤਕਾਰੀ ਵਿਭਚਾਰੀ ਕੁਕਰਮ ਕਰਨ ਵਾਲੇ, ਤਿੰਨ ਸੰਗ ਸਦਾ ਬਸੇਰਾ, ਮੇਰਾ ਤੇ ਉਹਨਾਂ ਨਾਲ ਵਾਸਾ, ਮੈਂ ਉਹਨਾਂ ਜਾ ਕੇ ਮੇਰਾ ਬੜਾ ਚਿੱਤ ਲੱਗਦਾ ਉੱਥੇ, ਮੇਰਾ ਬੜਾ ਧਿਆਨ ਉੱਥੇ ਜੁੜਦਾ। ਜੇ ਕਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ, ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ। ਆ ਸੁਣਿਓ ਮਹਾਰਾਜ ਕੀ ਕਹਿੰਦੇ ਨੇ, ਕਹਿੰਦੇ ਮੈਂ ਬੈਂਕ ਬੈਲੈਂਸ ਵੀ ਤਿਆਰ ਕੀਤਾ, ਪਤਾ ਕਿਹੜਾ? ਆ ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਸੰਪੈ ਮੋਹ ਮਾਹੀ, ਮੇਰੇ ਮਨ ਦੀ ਆਹ ਸੰਪਤੀ ਹੈ, ਮੇਰੇ ਕੋਲ ਕਾਮ ਵਾਸ਼ਨਾਵਾਂ ਬੜੀਆਂ, ਕ੍ਰੋਧ ਬੜਾ ਮੇਰੇ ਕੋਲ, ਲੋਭ ਬੜਾ ਮੇਰੇ ਕੋਲ, ਲਾਲਚ ਬੜਾ ਮੇਰੇ ਕੋਲ, ਜਿੰਨਾ ਮਰਜ਼ੀ ਕੁੱਟ ਕੁੱਟ। ਜਿਵੇਂ ਕਿਸੇ ਬੰਦੇ ਕੋਲ ਬੰਦਾ ਮਾਣ ਨਹੀਂ ਕਰਦਾ ਵੀ ਮੇਰੀਆਂ ਫਲਾਣੇ ਬੈਂਕ 'ਚ ਇੰਨੇ ਲੱਖ, ਮੇਰਾ ਫਲਾਣੇ ਬੈਂਕ 'ਚ ਫਲਾਣੀ ਬੈਂਕ 'ਚ ਇੰਨਾ, ਇੱਥੇ ਮੇਰੇ ਪਲਾਟ, ਉੱਥੇ ਮੇਰੀਆਂ ਚਾਰ ਕੋਠੀਆਂ, ਉੱਥੇ ਮੇਰਾ ਆਹ, ਇੱਦਾਂ ਮੇਰਾ ਮਨ ਦਾ ਬੈਂਕ ਬੈਲੈਂਸ ਆ ਹੈ। ਕਿਹੜਾ ਭਲਾ? ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਸੰਪੈ ਮੋਹ ਮਾਹੀ, ਇਹ ਸੰਪੈ, ਸੰਪੈ ਦਾ ਅਰਥ ਸੰਪਤੀ, ਮੋਹ ਮਾਹੀ ਦਾ ਅਰਥ ਹੈ ਮੇਰੇ ਮਨ ਦੀ ਇਹ ਸੰਪਤੀ, ਇਹ ਜਾਇਦਾਦ ਹੈ। ਈਰਖਾ ਬੜੀ ਮੇਰੇ ਕੋਲ, ਜਿੰਨੀ ਮਰਜ਼ੀ ਕਰਾ ਲਓ ਮੇਰੇ ਕੋਲ, ਕ੍ਰੋਧ ਜਿੰਨਾ ਮਰਜ਼ੀ ਕਰਾ ਲਓ, ਵਾਸ਼ਨਾਵਾਂ ਜਿੰਨੀਆਂ ਮਰਜ਼ੀ, ਇੰਨੀਆਂ ਕਿਸੇ ਹੋਣੀਆਂ ਨਹੀਂ ਜਿੰਨੀਆਂ ਮੇਰੇ ਕੋਲ ਨੇ, ਇਹ ਅਪਰਾਧ ਹੈ ਮੇਰਾ। ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਸੰਪੈ ਮੋਹ ਮਾਹੀ, ਅੱਛਾ ਹੈ ਨਹੀਂ ਮੇਰੇ ਕੋਲ, ਕੀ ਨਹੀਂ ਹੈਗਾ ਮੇਰੇ ਕੋਲ, ਆ ਨਹੀਂ ਹੈਗਾ। ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨੰਤਰ ਨਾਹੀ, ਨਾ ਮੇਰੇ ਕੋਲ ਦਇਆ, ਨਾ ਮੇਰੇ ਕੋਲ ਧਰਮ, ਨਾ ਮੇਰੇ ਕੋਲ ਗੁਰੂ ਦੀ ਸੇਵਾ, ਇਹ ਤਾਂ ਕਦੀ ਸੁਪਨਾ ਨਹੀਂ ਮੈਨੂੰ ਆਇਆ ਇਹਨਾਂ ਚੀਜ਼ਾਂ ਦਾ। ਸਾਡੇ ਲੋਕ ਨਾ ਭਰਾ ਦੀ ਜ਼ਮੀਨ ਖਾ ਜਾਣਗੇ ਅਤੇ ਸਵੇਰੇ ਉੱਠ ਕੇ ਚਿੜੀਆਂ ਨੂੰ ਚੌਲ ਪਾਉਣਗੇ, ਕਈ ਇੱਦਾਂ ਦੇ ਬੰਦੇ ਹੁੰਦੇ ਨੇ, ਕਈ ਸਵੇਰੇ ਉੱਠ ਕੇ ਨਾ ਚਿੜੀਆਂ ਕਬੂਤਰ ਲੱਭਦੇ ਫਿਰਨਗੇ ਚੌਲ ਪਾਉਣ ਲਈ, ਹੱਦ ਹੋ ਗਈ ਕਬੂਤਰਾਂ ਤੋਂ, ਹੁਣ ਕਬੂਤਰਾਂ ਨੂੰ ਚੌਲ ਪਾਉਣ ਦਾ ਵੀ, ਭਰਾ ਦੇ 80 ਕਿੱਲੇ ਖਾ ਕੇ ਪਤਾ ਵੀ ਕਬੂਤਰ ਤਾਂ 10 ਦੇ ਚੌਲ ਖਾ ਜਾਣਗੇ, ਹੋਰ ਕੀ ਹੋਊਗਾ। ਉਹਨਾਂ ਨੂੰ ਕਹਿਣਾ ਬੜੀ ਦਇਆ ਮੇਰੇ ਅੰਦਰ, ਬੜੀ ਦਇਆ, ਬੜੀ ਦਇਆ। ਦੁਨੀਆਂ ਨੂੰ ਮਾਰ ਕੇ ਖਾਣ ਵਾਲੇ ਬੰਦੇ ਜਾਨਵਰਾਂ ਦੇ ਉੱਤੇ ਤਰਸ ਕਰਦੇ ਫਿਰਦੇ ਨੇ, ਜਾਨਵਰਾਂ ਉੱਤੇ ਮੁੜ ਕੇ ਤਰਸ ਕਰਦੇ ਫਿਰਦੇ ਨੇ। ਸਾਨੂੰ ਦਇਆ ਦੀ ਡੈਫੀਨੇਸ਼ਨ ਨਹੀਂ ਪਤਾ ਸਾਧ ਸੰਗਤ। ਦਇਆ ਦਾ ਅਰਥ ਜੇ ਤੇਰੇ ਬੱਚੇ ਰੋਟੀ ਖਾਂਦੇ, ਧਿਆਨ ਮਾਰ ਕਿਸੇ ਹੋਰ ਦੇ ਵਿੱਚ ਵੀ ਰੋਟੀ ਖਾਣ, ਇਹ ਯਾਦ ਰੱਖਣ ਦਇਆ ਦੀ ਡੈਫੀਨੇਸ਼ਨ। ਆਪਣੇ ਬੱਚੇ ਦੇ ਮੂੰਹ 'ਚ ਪਾਉਣ ਲੱਗਿਆਂ ਇਹ ਗੱਲ ਦਾ ਧਿਆਨ ਰੱਖੀ, ਜਿੱਥੋਂ ਰੋਟੀ ਲੈ ਕੇ ਆ ਰਿਹਾ ਕਮਾ ਕੇ, ਕਿਤੇ ਕਿਸੇ ਦੇ ਬੱਚੇ ਦੇ ਮੂੰਹ 'ਚੋਂ ਖੋ ਕੇ ਤਾਂ ਨਹੀਂ ਲੈ ਕੇ ਆ ਰਿਹਾ। ਜੇ ਲੈ ਕੇ ਆ ਰਿਹਾ ਤਾਂ ਫਿਰ ਤੇਰੇ ਅੰਦਰ ਦਇਆ ਨਾਂ ਦੀ ਕੋਈ ਚੀਜ਼ ਨਹੀਂ ਹੈ। ਦਇਆ ਦਾ ਅਰਥ ਜੇ ਤੂੰ ਰੋਟੀ ਖਾ ਰਿਹਾ ਤਾਂ ਕਿਸੇ ਨੂੰ ਰੋਟੀ ਖਾਣ ਦੇ ਲਾਇਕ ਬਣਾ ਦੇ, ਪੈਰਾਂ 'ਤੇ ਸਿਰ ਖੜਾ ਕਰ ਦੇ, ਦਇਆ ਇਹ ਹੈ।
ਤੈਨੂੰ ਸਾਰਿਆਂ ਵਿੱਚ ਪਰਮੇਸ਼ਰ ਦਿਸਣਾ ਸ਼ੁਰੂ ਹੋ ਜਾਏ, ਰੱਬ ਦਿਸਣਾ ਸ਼ੁਰੂ ਹੋ ਜਾਏ। ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨੰਤਰ ਨਾਹੀ। ਅਖੀਰ ਚ ਭਗਤ ਕਬੀਰ ਜੀ ਕਹਿੰਦੇ ਨੇ, ਦੀਨਾ ਦਇਆਲ ਕਿਰਪਾਲ ਦਮੋਦਰ। ਹੇ ਰੱਬ, ਦੀਨਾ ਤੇ ਦਇਆ ਕਰਨ ਵਾਲੇ, ਕਿਰਪਾਲੂ ਦਮੋਦਰ ਵਾਹਿਗੁਰੂ ਪਰਮੇਸ਼ਰ ਜੀ, ਭਗਤ ਬਛਲ ਭੈ ਹਾਰੀ। ਭਗਤ ਬਛਲ ਕਹਿੰਦੇ ਨੇ ਭਗਤਾਂ ਨੂੰ ਪ੍ਰੇਮ ਕਰਨ ਵਾਲੇ ਰੱਬ ਜੀ, ਮੇਰੀ ਤੁਹਾਡੇ ਚਰਨਾਂ ਚ ਕਰਦਾਸ ਹੈ। ਕਿਹੜੀ ਭਲਾ? ਕਹਿਤ ਕਬੀਰ ਭੀਰ ਜਨ ਰਾਖੋ। ਕਬੀਰ ਜੀ ਕਹਿੰਦੇ ਨੇ, ਮੈਨੂੰ ਇਸ ਜਨ ਨੂੰ ਵਿਕਾਰਾਂ ਦੀ ਭੀੜ ਤੋਂ ਬਚਾ ਲਓ। ਕਹਿਤ ਕਬੀਰ ਭੀਰ ਜਨ ਰਾਖੋ, ਹਰ ਸੇਵਾ ਕਰੋ ਤੁਹਾਰੀ, ਤਾਂ ਕਿ ਹਰੀ ਜੀ ਮੈਂ ਵੀ ਤੁਹਾਡੀ ਸੇਵਾ ਕਰ ਸਕਾਂ, ਮੈਂ ਵੀ ਤੁਹਾਡੇ ਨਾਲ ਸਾਂਝ ਪਾ ਸਕਾਂ, ਮੇਰੀ ਵੀ ਤੁਹਾਡੇ ਨਾਲ ਬਿਰਤੀ ਜੁੜ ਸਕੇ। ਆਓ ਸਾਧ ਸੰਗਤ, ਜਿਸ ਅਪਰਾਧ ਦਾ ਜ਼ਿਕਰ ਭਗਤ ਕਬੀਰ ਜੀ ਨੇ ਕੀਤਾ, ਜੇ ਜਾਣੇ ਅਣਜਾਣੇ ਸਾਡੇ ਕੋਲ ਹੋਇਆ, ਆਓ ਦੁਨੀਆਂ ਦੇ ਅੰਦਰ ਜੇ ਕੋਈ ਗਲਤੀ ਕਰਦਾ ਹੈ, ਸ਼ਾਇਦ ਉਹਨੂੰ ਸੁਧਰਨ ਦਾ ਮੌਕਾ ਨਾ ਮਿਲੇ, ਪਰ ਇੱਥੇ ਗੁਰਮਤਿ ਨੇ ਤਾਂ ਬੜਾ ਖੁੱਲ੍ਹਾ ਜਿਹਾ ਦਾਇਰਾ ਰੱਖਿਆ, ਆ ਭਲਿਆ ਵਾਪਸ ਪਰਤ ਕੇ ਆ ਜਾ। ਪੱਤਾ ਟੁੱਟ ਜਾਏ ਦੁਬਾਰਾ ਦਰਖਤ ਨਾਲ ਨਹੀਂ ਜੁੜ ਸਕਦਾ, ਪਰ ਤੇਰੇ ਕੋਲ ਚਾਂਸ ਹੈਗੇ ਨੇ। ਜੇ ਤੇਰੇ ਕੋਲੋਂ ਜਾਣੇ ਅਣਜਾਣੇ ਕੋਈ ਗਲਤੀ ਹੋਈ ਹੈ, ਵਾਪਸ ਪਰਤ ਕੇ ਆਪਣੇ ਜੀਵਨ ਨੂੰ ਖੂਬਸੂਰਤ ਬਣਾ। ਯਾਦ ਰੱਖੀ, ਜਿੱਦਣ ਜੀਵਨ ਖੂਬਸੂਰਤ ਬਣ ਗਿਆ, ਬੱਚਿਆਂ ਨੂੰ ਕਹਿਣਾ ਨਹੀਂ ਪੈਣਾ, ਬੱਚਿਆਂ ਨੇ ਤੁਹਾਡੇ ਵੱਲ ਵੇਖ ਕੇ ਬਹੁਤ ਕੁਝ ਚੰਗਾ ਸਿੱਖਣਾ ਸ਼ੁਰੂ ਕਰ ਦੇਣਾ। ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀ ਉਹ ਪਿੰਡ ਸਾਧੀ ਆ, ਤਿਸ ਕੀ ਭਾਉ ਭਗਤ ਨੀ ਸਾਧੀ। ਪਾਤਸ਼ਾਹ ਕਿਰਪਾ ਕਰਨ, ਬਾਣੀ ਦੀਆਂ ਵਿਚਾਰਾਂ ਸਾਡੇ ਜੀਵਨ ਦੇ ਵਿੱਚ ਵੱਸ ਸਕਣ, ਅਸੀਂ ਗੁਰਮਤਿ ਦੀਆਂ ਵਿਚਾਰਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਹਿਮੀਅਤ ਦੇ ਸਕੀਏ। ਧੰਨਵਾਦ ਆਪ ਸਾਰਿਆਂ ਦਾ, ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੰਮ ਕਰ ਕਰਦੇ ਹੋਇਆਂ ਸ਼ਾਮਾਂ ਨੂੰ ਇੰਝ ਜਾਣ ਕੇ ਗੁਰੂ ਦੀ ਗੋਦ ਵਿੱਚ ਬੈਠ ਜਾਂਦੇ ਹੋ, ਜਿਵੇਂ ਬੱਚਾ ਜਿੰਨਾ ਮਰਜ਼ੀ ਥੱਕਿਆ ਟੁੱਟਿਆ ਹੋਵੇ, ਪਰ ਜਦੋਂ ਮਾਂ ਦੀ ਗੋਦ ਪ੍ਰਾਪਤ ਹੁੰਦੀ ਹੈ ਉਹਦਾ ਥਕੇਵਾ ਲੈ ਜਾਂਦਾ ਹੈ। ਸਿੱਖ ਵਾਸਤੇ ਗੁਰੂ ਦੀ ਗੋਦ ਮਾਂ ਦੀ ਨਿਆਈ ਹੈ, ਸਿੱਖ ਦਾ ਥਕੇਵਾ ਲਾਉਂਦੀ ਹੈ ਗੁਰੂ ਦੀ ਗੋਦ। ਜਦੋਂ ਸ਼ਾਮਾਂ ਨੂੰ ਸਿੱਖ ਬਾਣੀ ਪੜ੍ਹਦਾ ਹੈ, ਪਾਠ ਕਰਦਾ ਹੈ, ਸਾਰੇ ਦਿਨ ਦਾ ਥਕੇਵਾ ਉਤਾਰ ਦਿੰਦੀ ਹੈ। ਪਰ ਅਸੀਂ ਟਾਣੇ ਟੱਬਰ ਰਹਿ ਗਏ ਹਾਂ ਜਿਹਨਾਂ ਨੂੰ ਗੁਰੂ ਦੀ ਗੋਦ ਨਸੀਬ ਹੈ। ਨਹੀਂ ਤਾਂ ਕੋਈ ਕਿਤੇ ਭੱਜਾ ਫਿਰਦਾ, ਕੋਈ ਕਿਤੇ ਭੱਜਾ ਫਿਰਦਾ। ਆਓ ਵਾਪਸ ਪਰਤ ਕੇ ਆਈਏ, ਅਸੀਂ ਪਾਤਸ਼ਾਹ ਦੀ ਗੋਦ ਵਿੱਚ ਬੈਠ ਕੇ ਆਪਣੀ ਜ਼ਿੰਦਗੀ ਨੂੰ ਸਵਾਰਨ ਦਾ ਯਤਨ ਕਰੀਏ। ਸਾਰਿਆਂ ਦਾ ਧੰਨਵਾਦ, ਸ਼ੁਕਰਾਨਾ ਪਾਤਸ਼ਾਹ ਦਾ ਜਿਨ੍ਹਾਂ ਦੀ ਗੋਦ ਵਿੱਚ ਬੈਠ ਕੇ ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਹਨ। ਬਾਕੀ ਰਹਿੰਦੀਆਂ ਵਿਚਾਰਾਂ ਆਉਣ ਵਾਲੇ ਦਿਨਾਂ ਵਿੱਚ ਆਪਾਂ ਰੋਜ਼ ਸ਼ਾਮਾਂ ਨੂੰ ਕਰਦੇ ਜਾਵਾਂਗੇ। ਅਦਬ ਸਤਿਕਾਰ ਨਾਲ ਫਤਿਹ ਬੁਲਾਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣ ਤੇ ਪੁਨੀਤ ਕਹਿ ਸਤਿਗੁਰ ਰਹਿਆ ਪਰ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੋਮਾ।